ਸਾਹਿਬ ਦਾ ਕੀ ਕੰਮ ਹੁੰਦਾ ਇੱਥੇ? ਕਹਿੰਦੇ ਜੀ ਅਸੀਂ ਤੇ ਭਾਈ ਵਿਸ਼ਨੀ ਕਵਿਤਾ ਆ ਕੇ ਆਪਣੇ ਚਲੇ ਜਾਂਦੇ ਹਾਂ ਆਰਾਮ ਨਾਲ। ਭਾਈ ਜੀ ਅੱਛੀ ਕੰਮ ਹੈ ਕਵਿਤਾ ਤੇ ਕਹਿੰਦੇ ਕੁਛ ਹੋਰ ਵੀ ਕਰੀਏ ਨਾ, ਤੇ ਹੋਰ ਕਰਨ ਲਈ ਮੈਂ ਆਗਿਆ ਮੰਗੀ ਆਪਣੀ ਉਸ ਵੇਲੇ ਦੀ ਮੈਨੇਜਮੈਂਟ ਤੋਂ ਕਿ ਮੈਨੂੰ ਆਪਣੀ ਮਰਜ਼ੀ ਦੇ 10 ਬੰਦੇ ਵਿੱਚ ਕੌਂਸਲ ਪਾਉਣ ਦਿਓ। ਉਹ ਮੰਨ ਗਏ, ਸ਼ਰੀਕ ਬੰਦੇ ਸੀਗੇ, ਸਿਆਣੇ ਨਹੀਂ ਸੀ ਬਹੁਤੇ, 10 ਬੰਦੇ ਪਾ ਲਏ। ਉਹਨਾਂ 'ਚ ਪ੍ਰੋਫੈਸਰ ਪ੍ਰੀਤਮ ਸਿੰਘ ਵੀ ਸੀਗੇ, ਠੀਕ ਹੈ ਜੀ, ਡਾਕਟਰ ਨੇਕੀ, ਅਮਰੀਕ ਸਿੰਘ। ਉਹਨੇ ਇੱਕ ਸਵਾਲ ਪੁੱਛਿਆ ਵੀ ਭਾਈ ਵੀਰ ਸਿੰਘ ਜਿਹੜਾ ਕੀ ਕਰਦਾ, ਤੇ ਜੇ ਕੀਰਤਨ ਕਰਦਾ ਤੇ ਫਿਰ ਤਾਂ ਕੋਈ ਫਾਇਦਾ ਨਹੀਂ, ਕਿਉਂ ਬੰਗਲਾ ਸਾਹਿਬ ਅੱਛਾ ਕੀਰਤਨ ਹੁੰਦਾ ਤੁਹਾਡੇ ਨਾਲੋਂ, ਲੰਗਰ ਸਿਖਾਉਂਦਾ ਫਿਰ ਵੀ ਕੋਈ ਫਾਇਦਾ ਨਹੀਂ, ਉੱਥੇ ਵਧੀਆ ਲੰਗਰ ਹੁੰਦਾ, ਸਾਹਿਬ ਦਾ ਕੀ ਕਰਦਾ? ਫਿਰ ਮੈਂ ਸੋਚਣ ਲੱਗ ਗਿਆ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਖਿਆਲ ਦਿੱਤਾ ਅਸੀਂ ਪਹਿਲਾਂ ਕਰੀਏ ਸੈਮੀਨਾਰ ਔਨ ਐਲੀਮੈਂਟਸ ਆਫ ਕੰਪੈਸ਼ਨ ਇਨ ਪੰਜਾਬੀ ਲਿਟਰੇਚਰ। ਕੰਪੈਸ਼ਨ ਸਮਝਦੇ ਹੋ ਤੁਸੀਂ ਪੰਜਾਬੀ ਨੂੰ, ਬਹੁਤ ਚੰਗੀ ਨਹੀਂ ਹੁੰਦੀ, ਠੀਕ ਹੈ। ਤੇ ਉਹਦਾ ਕੀ ਨੋਟ ਐਡਰੈਸ ਦੇਗੀ ਅੰਮ੍ਰਿਤਾ ਪ੍ਰੀਤਮ, 1990 ਦੀ ਗੱਲ ਹੈ, ਅੰਮ੍ਰਿਤਾ ਪ੍ਰੀਤਮ ਦੇ ਘਰ ਗਿਆ। ਮੈਨੂੰ ਜਫੀ ਪਾ ਕੇ ਰੋਣ ਲਈ, ਕਹਿੰਦੇ ਮਹਿੰਦਰ ਸਿੰਘ ਤੇਰਾ ਦਿਮਾਗ ਠੀਕ ਹੈ, ਮੈਨੂੰ ਤਾਂ ਲਾਇਬ੍ਰੇਰੀ ਜਾਣ ਦਿੰਦੇ। ਮੈਂ ਕਿਹਾ ਦਿਮਾਗ ਬਿਲਕੁਲ ਠੀਕ ਹੈ, ਗੱਲਬਾਤ ਕਰਕੇ ਆਇਆ ਤੇ ਮਰ ਗਈ। ਮੈਂ ਕਿਹਾ ਅਮਰੋਜ਼ ਵੀ ਨਾਲ ਆਉਣਗੇ, ਠੀਕ ਹੋ ਗਿਆ। ਇੱਥੇ ਸਾਡੀ ਗੁਰੀ ਨਿੰਦਾ ਨਹੀਂ ਕਰਨੀ ਚਾਹੀਦੀ ਬੱਚੇ ਕਿਸੇ ਦੀ, ਜਿਹੜਾ ਬੰਦਾ ਦੁਨੀਆਂ ਚਲਾ ਜਾਏ ਨਿੰਦਾ ਨਹੀਂ ਕਰਨੀ ਚਾਹੀਦੀ, ਵੈਸੇ ਵੀ ਨਹੀਂ ਕਰਨੀ ਚਾਹੀਦੀ। ਪਰ ਸਾਡੇ ਮੀਤ ਪ੍ਰਧਾਨ ਸਨ ਇੱਥੇ, ਉਹ ਕਹਿੰਦੇ ਮੈਂ ਤਾਂ ਜੇ ਅੰਮ੍ਰਿਤਾ ਆਏਗੀ ਤੇ ਮੈਂ ਤਾਂ ਮਰ ਜਾਂਗਾ ਇੱਥੇ ਗੇਟ ਤੇ। ਉਹ ਮੈਂ ਕਿਹਾ ਮਰਨ ਦੀ ਲੋੜ ਨਹੀਂ, ਫੈਸਲਾ ਕਰੀਏ। ਇੱਥੇ ਸਾਧਨ ਚੀਜ਼ ਪਈ ਹੈ, ਭਾਈ ਵੀਰ ਸਿੰਘ ਅਭਿਨੰਦਨ ਗੰਧ ਸੁਣਿਆ ਹੁਣ ਅਸੀਂ, ਠੀਕ ਹੈ, ਵੱਡਾ ਸਾਰਾ ਕੱਢਿਆ। ਹਾਂਜੀ, ਤੇ ਭਾਈ ਵੀਰ ਸਿੰਘ ਦੀ ਮਰਜ਼ੀ ਨਾਲ ਤਿਆਰ ਹੋਏ ਸੀ ਉਹ ਦਿਖਾ ਕੇ, ਉਹਨੇ ਆ ਗਿਆ ਨਾਲ ਇੱਕ ਮਜ਼ਬੂਰ ਗੁਜ਼ਰੀਏ ਸਾਹਿਬ ਦੇ ਸੀ, ਦੋ ਅੰਮ੍ਰਿਤਾ ਦੇ ਸੀਗੇ। ਮੈਂ ਕਿਹਾ ਜੇ ਭਾਈ ਸਾਹਿਬ ਨੂੰ ਅੰਮ੍ਰਿਤਾ ਨੇ ਨਫ਼ਰਤ ਦਿੰਦੀ ਤਾਂ ਪੂਰੂ ਨਾ ਕਰਦੇ ਨਾ ਉਹਦਾ ਮਜ਼ਬੂਰ, ਕਿਉਂਕਿ ਭਾਈ ਸਾਹਿਬ ਨੂੰ ਪਤਾ ਸੀ ਪੰਜਾਬੀ ਸਾਹਿਤ ਦੀ ਗੱਲ ਕਰੀਏ, ਸਿੱਖੀ ਦੀ ਨਹੀਂ ਗੱਲ ਕਰੀਏ, ਠੀਕ ਹੈ। ਸੋ ਥੋੜ੍ਹਾ ਸਾਹ ਆਇਆ ਸਾਨੂੰ। ਫਿਰ ਦੂਜਾ ਪੜਾਇਆ ਸੀ ਕਿ ਰਵੇਲ ਸਿੰਘ ਵਰਗੇ ਜਿਹੜੇ ਯੰਗ ਬੰਦੇ, ਯੰਗ ਟਰਕਸ ਮੈਂ ਕਹਿੰਦਾ ਉਹਨੂੰ, ਇਹ ਕੌਂਸਲ ਦੇ ਆ ਗਏ। ਇਹਨਾਂ ਨੇ ਕਿਹਾ ਨਹੀਂ ਜੀ ਅਸੀਂ ਕੰਮ ਕਰਨਾ ਲਿਟਰੇਚਰ ਦਾ, ਜੋ ਕਰਨਾ ਤੁਸੀਂ ਰੋਕ ਲਓ ਸਾਨੂੰ। ਅਤੇ ਰਵੇਲ ਸਿੰਘ ਦੀ ਬਾਕੀ ਦੀ ਕਿਸਮਤ ਚੰਗੀ ਸੀ ਕਿ ਪ੍ਰਧਾਨ ਨੂੰ ਮਰ ਗਏ ਡਾਕਟਰ ਮਨਮੋਹਨ ਸਿੰਘ, ਉਹ ਇਨਕਰੇਜ ਕਰਦੇ, ਪੁੱਛਦੇ ਵਾਰ ਵਾਰ ਬੀਬੀਆਂ ਕਿੰਨੀਆਂ ਨੇ, ਹੁਣ ਬੀਬੀਆਂ ਪਤਾ ਕਿੰਨੀਆਂ ਗਵਰਨਿੰਗ ਬੋਡੀ ਦੇ ਲਿਟਰੇਚਰ ਦੀ ਕਿਹੜੀ ਗੱਲ ਕਰਦੇ ਹੋ। ਅਤੇ ਸਾਡੀ ਖੁਸ਼ਕਿਸਮਤੀ ਹੈ ਕਿ ਡਾਕਟਰ ਮਨਮੋਹਨ ਸਿੰਘ ਪਿਛਲੇ 20 ਸਾਲਾਂ ਦੇ ਪ੍ਰਧਾਨ ਹਨ। ਕਮਾਲ ਦੀ ਗੱਲ ਹੈ ਕਿ ਜਦੋਂ ਪ੍ਰਾਈਮ ਮਿਨਿਸਟਰ ਬਣ ਗਏ ਅੰਡਰ ਰੂਲ ਪ੍ਰਾਈਮ ਮਿਨਿਸਟਰ ਗਾਂਧੀ ਸਮ੍ਰਿਤੀ ਦਾ, ਵਿਸ਼ਵ ਭਾਰਤੀ ਯੂਨੀਵਰਸਿਟੀ ਦਾ ਅਤੇ ਜ਼ਿਲ੍ਹਾ ਵਲਵਾਕ ਕਮੇਟੀ ਦਾ ਪ੍ਰਧਾਨ ਰਹਿ ਸਕਦਾ, ਬਾਕੀ ਨਹੀਂ ਰਹਿ ਸਕਦਾ। ਇਹਦੇ ਪ੍ਰਧਾਨ ਤੋਂ ਅਸਤੀਫਾ ਨਹੀਂ ਦਿੱਤਾ, ਉਹਨਾਂ ਨੇ ਡੈਲੀਗੇਟ ਕਰਤੀ ਆਪਣੀ ਅਥਾਰਟੀ ਡਾਕਟਰ ਅਮਰੀਕ ਸਿੰਘ ਨੂੰ। ਹੁਣ ਅੱਗੇ ਬਹੁਤੀ ਤਾਰੀਫ ਨਹੀਂ ਕਰਨੀ ਚਾਹੀਦੀ ਆਪਣੀ ਸਦਨ ਦੀ। ਅਸੀਂ ਦੋ ਤਿੰਨ ਕੰਮ ਕੀਤੇ, ਇਹਨੂੰ ਸਾਹਿਤ ਦਾ ਸਦਨ ਬਣਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਮਨਮੋਹਨ ਸਿੰਘ ਤੋਂ ਪਹਿਲਾਂ ਸਾਡੇ ਪ੍ਰਧਾਨ ਸੀਗੇ, ਇੱਥੇ ਦੋ ਚੀਜ਼ਾਂ ਚੱਲੀ, ਇੰਸਟੀਟਿਊਟ ਪੰਜਾਬ ਸਟੱਡੀ, ਸਾਰ ਸਵਰਨ ਸਿੰਘ। ਉਹਨਾਂ ਨੂੰ ਪੁੱਛ ਕੇ ਅਸੀਂ ਬਣਾਇਆ ਮੁਲਕ ਦੇ ਨੰਨ ਨੂੰ ਪੈਟਰਨ। ਤੁਹਾਨੂੰ ਪਤਾ ਜਿਹੜੇ ਪੈਟਰਨ ਦਾ ਨਾਮ ਜਿਹੜਾ ਪ੍ਰਧਾਨ ਤੋਂ ਉੱਪਰ ਆਉਂਦਾ ਸ਼ਬਦ ਹੈ। ਉਸ ਤੋਂ ਬਾਅਦ ਗੁਰਦਿਆਲ ਸਿੰਘ ਬਣਾਇਆ ਚੀਫ ਪੈਟਰਨ, ਮਨਮੋਹਨ ਸਿੰਘ ਦਾ ਨਾਮ ਹੇਠਾਂ ਅਤੇ ਗੁਰਦਿਆਲ ਸਿੰਘ ਉੱਪਰ। ਇਹ ਸਾਰਾ ਕੁਝ ਡਾਕਟਰ ਮਨਮੋਹਨ ਸਿੰਘ ਦੀ ਰਜ਼ਾਮੰਦੀ ਨਾਲ ਹੋਇਆ, ਬਿਨਾਂ ਮੇਰੀ ਹਿੰਮਤ ਨਹੀਂ ਮੈਂ ਕਰ ਸਕਿਆ, ਪਤਾ ਨਹੀਂ ਹਿੱਲਾ ਉਹਨਾਂ ਮੈਨੂੰ। ਚਿੱਠੀ ਲੈ ਕੇ ਗਿਆ ਉਹਨਾਂ ਕੋਲ ਤਾਂ ਰੋਣ ਲੱਗੇ, ਕਹਿੰਦੇ ਇਹ ਕੀ ਕਰ ਰਹੇ ਤੁਸੀਂ? ਮੈਂ ਕਿਹਾ ਜੀ ਬਿਲਕੁਲ ਰਜ਼ਾਮੰਦੀ ਨਾਲ ਹੋ ਰਿਹਾ ਕਿ ਡਾਕਟਰ ਮਨਮੋਹਨ ਸਿੰਘ ਸਮਝਦੇ ਨੇ ਕਿ ਸਾਹਿਤ ਦਾ ਸਦਨ ਹੈ, ਮੈਂ ਪ੍ਰਧਾਨ ਹਾਂ ਕੋਈ ਗੱਲ ਨਹੀਂ, ਰਾਸ਼ਟਰ ਮੈਂ ਪ੍ਰਧਾਨ ਮੰਤਰੀ ਹਾਂ ਵੀ ਕੋਈ ਗੱਲ ਨਹੀਂ, ਪਰ ਸਾਹਿਤ ਕਰਨ ਦਾ। ਸੋ ਇਹ ਸਾਡਾ ਮੇਰਾ ਸੁਪਨਾ ਹੈ ਕਿ ਸੱਚਮੁੱਚ ਸਾਹਿਤ ਦਾ ਸਦਨ ਬਣ ਜਾਏ ਇੱਕ। ਦੂਸਰਾ, ਸੈਕਿੰਡ ਲਾਈਨ ਜਿਹੜੀ ਹੈ ਰਵੇਲ ਸਿੰਘ ਤੋਂ ਬਾਅਦ, ਮੇਰਾ ਤਾਂ ਨਹੀਂ ਕਿਸ ਕੋਈ ਰੋਲ ਨਹੀਂ ਹੈਗਾ, ਮੈਂ ਲਿਟਰੇਰੀ ਬੰਦਾ ਨਹੀਂ ਹੈਗਾ, ਸੈਕਿੰਡ ਲਾਈਨ ਆਫ ਡਿਫੈਂਸ ਜਿਹੜੀ ਹੈ ਇਹ ਯੰਗ ਜਿਹੜੇ ਲਿਟਰੇਟਰ ਯੰਗ ਬੱਚੇ ਜਿਹੜੇ ਨੇ ਉਹਨਾਂ ਨਾਲ ਕੀਤੀ ਜਾਏ। ਸਾਨੂੰ ਖੁਸ਼ੀ ਹੈਗਾ ਸਾਡਾ ਸਾਥੀ ਦਵਿੰਦਰ ਸਿੰਘ ਯੰਗਰ ਕੈਟੇਗਰੀ 'ਚ ਹੈਗਾ, ਠੀਕ ਹੈ ਜੀ, ਅਤੇ ਇਹਦਾ ਕਨਵੀਨਰ ਬਣ ਗਿਆ, ਇਹਨੂੰ ਰਵੇਲ ਸਿੰਘ ਦਾ ਥਾਪੜਾ ਹੈਗਾ, ਉਹਨਾਂ ਦੀ ਆਗਿਆ ਨਾਲ ਬਣਾਇਆ ਗਿਆ, ਠੀਕ ਹੈ ਜੀ, ਅਪਰੂਵਡ ਹੈ ਰਵੇਲ ਸਿੰਘ ਜੀ? ਸਰ ਸਰ ਮਾਲਕ ਤੇ ਮਾਲਕ ਜੀ ਮਾਲਕ ਠੀਕ ਹੈ ਜੀ ਜੀ ਮਾਲਕ ਨੇ ਉਹਨੇ ਜੀ ਬਾਹਰ ਹੁਣ ਮੈਂ ਚਾਹ ਲੱਗਿਆ ਮੈਂ ਡਾਂਡ ਗਿਆ ਸਰ ਨੂੰ, ਮੈਂ ਕਿਹਾ ਜੀ ਮੇਰੇ ਭਾਬੀ ਦੱਟੀ ਨਹੀਂ ਬਣਨੀ ਚਾਹੀਦੀ ਸਦਨ, ਸਫਾਈ ਕਿਵੇਂ ਰਹੇਗੀ, ਸਾਰੇ ਓਨਰਸ਼ਿਪ ਲੈਣ ਨਾ। ਸੋ ਇਹ ਜਿਹੜਾ ਅਸੀਂ ਕੋਸ਼ਿਸ਼ ਕੀਤੀ ਨਵਾਂ ਇੱਕ ਕਰ ਲਿਆ ਕਿ ਯੰਗਰ ਬੰਦਿਆਂ ਨੂੰ ਇਨਵੋਲਵ ਕਰੀਏ, ਅਤੇ ਮੈਂ ਇਹ ਨਵੇਂ ਬੱਚੇ ਦੇ ਜਨਮ ਤੇ ਰਵੇਲ ਸਿੰਘ ਨੂੰ ਮੁਬਾਰਕ ਦੇਵਾਂਗਾ, ਠੀਕ ਹੈ, ਉਹਨਾਂ ਦਾ ਬੇਬੀ ਆ, ਅਸੀਂ ਕੇਅਰ ਕਰਾਂਗੇ। ਅਤੇ ਮੈਂ ਕਹਾਂਗਾ ਆਪਣੇ ਦਵਿੰਦਰ ਨੂੰ ਕਿ ਯੰਗ ਬੰਦੇ ਨੂੰ ਇੰਟਰੋਡਿਊਸ ਕਰੇ ਅਤੇ ਰਵੇਲ ਸਿੰਘ ਦੀ ਆਸ਼ੀਰਵਾਦ ਦੇਣ, ਧੰਨਵਾਦ ਕਰਨ, ਕੁਛ ਨਾ ਕੁਛ ਜ਼ਰੂਰ ਕਰਨ। ਥੈਂਕ ਯੂ ਸਰ, ਥੈਂਕ ਯੂ। ਮੈਂ ਸਾਰਿਆਂ ਨੂੰ ਜੀਓ ਆਖਦਾ ਅਤੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦਾ।
ਇਹ ਯੁਵਾ ਸਾਹਿਤੀ ਪ੍ਰੋਗਰਾਮ ਨਾਲ ਇੱਥੋਂ ਦੇ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਸਾਰੇ ਪੰਜਾਬੀ ਪ੍ਰੇਮੀਆਂ ਦਾ ਮੈਂ ਭਾਈ ਵੀਰ ਸਿੰਘ ਸਹਿਤ ਸਦਨ ਵੱਲੋਂ ਦਿਲੋਂ ਧੰਨਵਾਦ ਕਰਦਾ। ਇਸ ਮਹਾਮਾਰੀ ਕਾਲ ਦੌਰਾਨ ਵੱਡੇ ਇਕੱਠ ਸੰਭਵ ਨਾ ਹੋਣ ਕਰਕੇ ਸਦਨ ਵੱਲੋਂ ਚਰਚਾ ਦੀ ਇਹ ਨਵੀਂ ਲੜੀ ਵੀ ਆਨਲਾਈਨ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਅਸੀਂ ਯੁਵਾ ਲੇਖਕਾਂ, ਯੁਵਾ ਆਲੋਚਕਾਂ ਅਤੇ ਯੁਵਾ ਰੰਗ ਕਰਮੀਆਂ ਨੂੰ ਤੁਹਾਡੇ ਰੂਬਰੂ ਕਰਾਂਗੇ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਵਿਦਵਾਨਾਂ ਤੇ ਲੇਖਕਾਂ ਲਈ ਇੱਕ ਨਵੀਂ ਪਨੀਰੀ ਤਿਆਰ ਕੀਤੀ ਜਾਵੇ, ਜਿਹੜੀ ਕਿ ਸਾਡੇ ਸਥਾਪਕ ਵਿਦਵਾਨਾਂ ਦੀ ਉੱਤਰਾਧਿਕਾਰੀ ਬਣ ਸਕੇ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੁਰਪ੍ਰੀਤ ਬੋੜਾਵਾਲ ਦੀ ਪਲੇਠੀ ਪੁਸਤਕ ਮਤੇਸ਼ਵਰੀ ਨੂੰ ਚਰਚਾ ਦਾ ਵਿਸ਼ਾ ਬਣਾਵਾਂਗੇ। ਇਸ ਚਰਚਾ ਵਿੱਚ ਭਾਗ ਲੈਣਗੇ ਹਰਵੀਰ ਪੌਰ ਢਿੱਲੋਂ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਤੋਂ PhD ਕਰ ਰਹੇ ਨੇ, ਅਤੇ ਗੁਰਦੀਪ ਸਿੰਘ ਢਿੱਲੋਂ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੀ ਪੰਜਾਬੀ ਵਿਭਾਗ ਤੋਂ PhD ਕਰ ਰਹੇ ਨੇ। ਇਸ ਪ੍ਰੋਗਰਾਮ ਦਾ ਜਿਹੜਾ ਸੰਚਾਲਨ ਆ ਉਹ ਡਾਕਟਰ ਸਿਮਰਨ ਸੇਠੀ ਕਰਨਗੇ, ਜਿਨ੍ਹਾਂ ਨੇ ਹੁਣੇ ਹੁਣੇ ਦਿੱਲੀ ਯੂਨੀਵਰਸਿਟੀ ਤੋਂ PhD ਦੀ ਡਿਗਰੀ ਪੂਰੀ ਕੀਤੀ ਹੈ ਅਤੇ ਅੱਜ ਕੱਲ੍ਹ ਰਾਮਾਨੁਜਨ ਕਾਲਜ ਦੇ ਵਿੱਚ ਪੜ੍ਹਾ ਰਹੇ ਨੇ। ਤੇ ਹੁਣ ਮੈਂ ਮੰਚ ਡਾਕਟਰ ਸੇਠੀ ਦੇ ਹਵਾਲੇ ਕਰਦਾ ਹਾਂ ਤਾਂ ਜੋ ਉਹ ਲੇਖਕ ਅਤੇ ਪੈਨਲਿਸਟਾਂ ਨਾਲ ਜਾਣ ਪਛਾਣ ਕਰਾਉਂਦਿਆਂ ਇਸ ਪ੍ਰੋਗਰਾਮ ਦਾ ਆਗਾਜ਼ ਕਰਨ। ਡਾਕਟਰ ਸੇਠੀ। ਸ਼ੁਕਰੀਆ ਦਵਿੰਦਰ ਜੀ। ਸਭ ਤੋਂ ਪਹਿਲਾਂ ਤੇ ਮੈਂ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਵੱਲੋਂ ਜਿਵੇਂ ਕਿ ਸਮੇਂ ਸਮੇਂ ਤੇ ਪ੍ਰੋਗਰਾਮ ਜਿਹੜੇ ਨੇ ਕਰਵਾਏ ਜਾਂਦੇ ਨੇ ਪੰਜਾਬੀ ਸਾਹਿਤ ਨੂੰ, ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ, ਉਸੇ ਲੜੀ ਦੇ ਦੌਰਾਨ ਇੱਕ ਨਵਾਂ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ, ਜਿਹਦੇ ਵਿੱਚ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ ਸਾਹਿਤ ਪੜ੍ਹਨ ਦੇ ਨਾਲ ਨਾਲ ਜਦੋਂ ਉਹ ਸਾਹਿਤ ਰਚਣ ਦੇ ਵਿੱਚ ਰੁਚੀ ਰੱਖਦੀ ਆਪਣੀ, ਤੇ ਭਾਈ ਵੀਰ ਸਿੰਘ ਸਦਨ ਮੋਢੀ ਬਣ ਕੇ ਕਿਵੇਂ ਉਹਨਾਂ ਦੀ ਬਾਂਹ ਫੜ ਕੇ ਅੱਗੇ ਲੈ ਕੇ ਜਾਂਦਾ, ਇਹ ਬਹੁਤ ਖੁਸ਼ੀ ਦੀ ਗੱਲ ਆ। ਮੈਂ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਰਪ੍ਰਸਤ ਡਾਕਟਰ ਮਹਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਸਾਡੇ ਨਾਲ ਖੜੇ ਹੋ ਤੇ ਹਮੇਸ਼ਾ ਐਸੇ ਤਰੀਕੇ ਦੇ ਨਾਲ ਖੜੇ ਰਹੋਗੇ। ਅੱਜ ਦਾ ਇਹ ਪ੍ਰੋਗਰਾਮ ਜਿਹੜਾ ਆ ਪਹਿਲਾ ਪ੍ਰੋਗਰਾਮ ਹੈ, ਬੜਾ ਨਿਵੇਕਲਾ ਪ੍ਰੋਗਰਾਮ ਹੈ ਤੇ ਕੋਈ ਗਲਤੀਆਂ ਹੋ ਜਾਣ ਤੇ ਮਾਫ ਕਰ ਦੇਣਾ ਸਾਨੂੰ ਸਾਰਿਆਂ ਨੂੰ, ਕਿਉਂਕਿ ਅਸੀਂ ਸਾਰੇ ਨਵੇਂ ਹੈ ਇਹਦੇ ਤੇ। ਕਵਿਤਾ ਦੀ ਜਦੋਂ ਗੱਲ ਚੱਲਦੀ ਆ ਕਦੇ ਵੀ, ਤੇ ਪੁਰਾਣੀ ਕਵਿਤਾ ਨੂੰ ਜਾਂ ਪਰੰਪਰਕ ਕਵਿਤਾ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਉਹ ਛੰਦਾਬੰਦੀ ਵਾਲੀ ਕਵਿਤਾ ਵੀ ਅਸੀਂ ਦੇਖੀ ਆ, ਤੇ ਉਸ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਜਦੋਂ ਖੁੱਲੀ ਕਵਿਤਾ ਦੀ ਗੱਲ ਕਰਦੇ ਨੇ, ਉਹ ਵੀ ਕਵਿਤਾ ਅਸੀਂ ਸਾਰੇ ਲੋਕਾਂ ਨੇ ਪੜ੍ਹੀ ਆ। ਪਰ ਹੁਣ ਕੀ ਹੁੰਦਾ ਜਾ ਰਿਹਾ ਕਿ ਟਾਈਮ ਦੇ ਨਾਲ ਨਾਲ, ਸਥਿਤੀਆਂ ਦੇ ਨਾਲ ਨਾਲ ਜਿਹੜੀ ਖੁੱਲੀ ਕਵਿਤਾ ਆ ਉਹ ਕਿਤੇ ਨਾ ਕਿਤੇ ਉਹਦੇ ਵਿੱਚੋਂ ਕਾਵਿਕਤਾ ਦਾ ਜਿਹੜਾ ਅੰਸ਼ ਆ ਉਹ ਮਨਫੀ ਹੁੰਦਾ ਜਾ ਰਿਹਾ। ਤੇ ਮੈਨੂੰ ਜ਼ਿਆਦਾਤਰ ਅੱਜ ਕੱਲ੍ਹ ਦੀ ਕਵਿਤਾ ਜਿਹੜੀ ਆ ਉਹਦੇ ਵਿੱਚ ਵਾਰਤਕ ਦਾ ਝੋਲਾ ਜਿਹੜਾ ਉਹ ਜ਼ਿਆਦਾ ਪੈਂਦਾ। ਹੁਣ ਇਹੋ ਜਿਹੇ ਵਕਤ ਦੇ ਵਿੱਚ ਜਦੋਂ ਸਾਡੇ ਨੌਜਵਾਨ ਸ਼ਾਇਰ ਜਿਹੜੇ ਨੇ ਉਹ ਕਲਮ ਅਜ਼ਮਾਈ ਕਰਦੇ ਨੇ ਤੇ ਉਹ ਬੜੀ ਕਮਾਲ ਦੀ ਚੀਜ਼ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਉਂਦੀ ਆ। ਤੇ ਮੈਨੂੰ ਜਦੋਂ ਮੈਂ ਗੁਰਪ੍ਰੀਤ ਦੀ ਕਿਤਾਬ ਮਾਤੇਸ਼ਵਰੀ ਮੈਨੂੰ ਮਿਲੀ ਤੇ ਉਸ ਕਿਤਾਬ ਨੂੰ ਮੈਂ ਪੜ੍ਹਿਆ ਤੇ ਮੈਨੂੰ ਇਹ ਲੱਗਾ, ਕਿਉਂਕਿ ਮੈਂ ਕੁਛ ਟਾਈਮ ਤੋਂ ਜਿਹੜੀ ਬੈਲਟ ਆ ਪੂਰੇ ਦੇ ਪੂਰੀ ਮਾਲਵੇ ਦੇ ਇਲਾਕੇ ਦੀ, ਪਿਛਲੇ ਕੁਛ ਸਮੇਂ ਤੋਂ ਮੇਰੇ ਕੁਛ ਦੋਸਤ ਬਣੇ ਆ ਇਸ ਬੈਲਟ ਦੇ ਵਿੱਚ, ਤੇ ਮੈਨੂੰ ਲੱਗਦਾ ਵੀ ਮਾਲਵੇ ਦੀ ਇਸ ਬੈਲਟ ਨੂੰ ਨਾ ਕੁਛ ਖਾਸ ਕੁਛ ਇਸ ਤਰ੍ਹਾਂ ਦਾ ਇਹਦੇ ਵਿੱਚ ਹੈਗਾ ਆ ਕਿ ਜੇ ਮੈਂ ਗੱਲ ਕਰਾਂ ਸਵਰਨਜੀਤ ਸਵੀ ਜੀ ਦੀ, ਮੁਨੱਵਰ ਰਾਣਾ ਦੀ, ਦਵਿੰਦਰ ਸੈਫੀ ਹੋਰੀ ਨੇ, ਜਸਵਿੰਦਰ ਚਾਹਲ ਨੇ, ਤੇ ਉਹਨਾਂ ਦੇ ਨਾਲ ਨਾਲ ਹੁਣ ਨਵਾਂ ਨਾਮ ਇੱਕ ਜਿਹੜਾ ਗੁਰਪ੍ਰੀਤ ਬੋੜਾਵਾਲ, ਇਹ ਜਦੋਂ ਆਪਣੀ ਕਿਤਾਬ ਮਾਤੇਸ਼ਵਰੀ ਲੈ ਕੇ ਆਉਂਦਾ ਤੇ ਮੈਨੂੰ ਲੱਗਦਾ ਵੀ ਜਦੋਂ ਉਹਨੇ ਸ਼ੁਰੂ ਕੀਤੀ ਹੋਏਗੀ ਤੇ ਇੱਕ ਗੱਲ ਜਿਹੜੀ ਆ ਉਹਦੇ ਦਿਮਾਗ ਦੇ ਵਿੱਚ ਸ਼ਾਇਦ ਆਈ ਹੋਵੇਗੀ ਕਿ ਸ਼ਰਤ ਲੱਗੀ ਸੀ ਦੁਨੀਆਂ ਭਰ ਦੇ ਮੋਹ ਮਮਤਾ ਨੂੰ ਬਿਆਨ ਕਰਨ ਦੀ, ਸ਼ਰਤ ਲੱਗੀ ਸੀ ਦੁਨੀਆਂ ਭਰ ਦੇ ਮੋਹ ਮਮਤਾ ਨੂੰ ਬਿਆਨ ਕਰਨ ਦੀ, ਲੋਕ ਕਿਤਾਬਾਂ ਪੜ੍ਹਦੇ ਰਹੇ ਤੇ ਮੈਂ ਮਾਂ ਲਿਖ ਦਿੱਤਾ। ਗੁਰਪ੍ਰੀਤ ਬੋੜਾਵਾਲ ਹਾਲਾਤ ਦਾ ਚੰਡਿਆ ਹੋਇਆ, ਸਥਿਤੀਆਂ ਦਾ ਚੰਡਿਆ ਹੋਇਆ ਇੱਕ ਇਹੋ ਜਿਹਾ ਨੌਜਵਾਨ ਜਿਹੜਾ ਕਿ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਮਹਾਨਗਰ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਆਉਂਦਾ ਆ ਉਹ, ਤੇ ਆਪਣੀ ਸਥਾਪਤੀ ਕਰਦਾ ਉੱਥੇ ਆ ਕੇ। ਹੁਣ ਜਦੋਂ ਮੈਂ ਮਤੇਸ਼ਵਰੀ ਪੜ੍ਹ ਰਹੀ ਹਾਂ ਤੇ ਮਤੇਸ਼ਵਰੀ ਦਾ ਮੈਨੂੰ
ਜਿਹੜਾ ਨਾਮ ਹੈ ਉਹ ਬਹੁਤ ਅਟਰੈਕਟ ਕਰਦਾ ਹੈ, ਕਿਉਂਕਿ ਨਾ ਇਹ ਸ਼ਬਦ ਪੰਜਾਬੀ ਦਾ ਆ, ਨਾ ਇਹ ਸ਼ਬਦ ਹਿੰਦੀ ਦਾ ਆ। ਮਾਂ ਤੋਂ ਈਸ਼ਵਰ ਤੱਕ ਦੀ ਯਾਤਰਾ, ਕਿਉਂਕਿ ਗੁਰਪ੍ਰੀਤ ਖੁਦ ਕਹਿੰਦਾ ਹੈ ਕਿ ਮਾਂ ਦਾ ਹਰ ਕਾਰਜ ਮੇਰੇ ਵਾਸਤੇ ਕਵਿਤਾ ਹੈ। ਜਦੋਂ ਉਹ ਲਿਖਦਾ ਆਰਤੀ ਮਾਤੇਸ਼ਵਰੀ ਦੀ, ਮਾਂ ਓਮ ਹੈ, ਓਮਨੀ ਹੈ, ਓਂਕਾਰ ਹੈ ਲਿਖਦਾ ਹੈ, ਤੇ ਮੈਨੂੰ ਲੱਗਦਾ ਵੀ ਉਹ ਸਾਡੀ ਜਿਹੜੀ ਵਿਰਾਸਤ ਹੈ, ਸਾਡਾ ਜਿਹੜਾ ਫਲਸਫਾ ਨਾਨਕ ਦਾ, ਉਹਦੇ ਤੋਂ ਸੇਧ ਲੈ ਰਿਹਾ। ਗਗਨ ਮਿਥਾਲ ਰਵ ਚੰਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਲ ਨੂੰ ਪਵਨ ਚਵਰੋ ਪਰੇ, ਸਗਲ ਬਨ ਰਾਏ ਫੁਲੰਤ ਜੋਤੀ। ਉਹ ਜਿਹੜਾ ਨਾਨਕ ਦੀ ਆਰਤੀ ਹੈ, ਨਾਨਕ ਦਾ ਫਲਸਫਾ, ਉਹ ਤੋਂ ਸੇਧ ਲੈਂਦਾ ਹੋਇਆ ਆਪਣੀ ਕਵਿਤਾ ਮਾਤੇਸ਼ਵਰੀ ਦਾ ਮੰਗਲਾ ਚਰਨ ਜਿਹੜਾ ਆ ਉਹ ਰਚਦਾ ਆ ਆਰਤੀ ਦੇ ਰੂਪ ਦੇ ਵਿੱਚ। ਗੁਰਪ੍ਰੀਤ ਦੀ ਸਾਰੀ ਜਿਹੜੀ ਕਵਿਤਾ ਆ ਮਾਤੇਸ਼ਵਰੀ ਦੇ ਵਿੱਚ, ਉਹ ਮਾਤੇਸ਼ਵਰੀ ਦਾ ਜਿਹੜਾ ਜਗਤ ਸਿਰਜਦਾ ਆ ਉਹਦੇ ਕੇਂਦਰ ਦੇ ਵਿੱਚ ਮਾਂ ਆ ਜਾਂਦੀ ਹੈ। ਔਰ ਮਾਂ ਦੇ ਆਸ ਪਾਸ ਜੇ ਮੈਂ ਕਹਾਂ ਕਿ ਮਾਂ ਰੂਪੀ ਬ੍ਰਹਿਮੰਡ ਦੀ ਸਿਰਜਣਾ ਕਰਦਾ ਔਰ ਉਹਦੇ ਵਿੱਚ ਸਿਰਫ ਔਰਤ ਦੇ ਜਿਹੜੇ ਵੱਖ ਵੱਖ ਸਰੋਕਾਰ ਨੇ, ਚਾਹੇ ਉਹ ਮਾਂ ਦੇ ਰੂਪ ਦੇ ਵਿੱਚ ਲੈਂਦਾ, ਚਾਹੇ ਉਹ ਭੈਣ ਦੇ ਰੂਪ ਦੇ ਵਿੱਚ ਲੈਂਦਾ ਜਿਹੜੀ ਉਹਨੂੰ ਚੰਡਦੀ ਆ, ਉਹ ਲਿਖਦਾ ਆ ਕਿ ਤੇਰੇ ਜਿਹੜੇ ਤੂੰ ਮੇਰੇ ਕੰਨ ਖਿੱਚੇ ਸੀ ਉਸ ਵੇਲੇ, ਉਹ ਹਜੇ ਤੱਕ ਉਹਨਾਂ ਕਰਕੇ ਮੈਂ ਕਰ ਰਿਹਾ ਸਫ਼ਰ। ਔਰ ਮਾਂ ਜਿਹੜੀ ਆ ਹਰ ਪਲ ਉਹਦੇ ਕੰਮ ਦੇ ਵਿੱਚ ਉਹਨੂੰ ਉਹ ਚੀਜ਼ ਨਜ਼ਰ ਆਉਂਦੀ ਆ ਕਿ ਕਵਿਤਾ ਆ। ਫਿਰ ਚਾਹੇ ਉਹ ਇੱਕ ਛੋਟੀ ਜਿਹੀ ਬੱਚੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਝੁਕਾਉਂਦੀ ਹੈ ਸੀਸ ਆਪਣਾ ਤੇ ਝੁਕਾਉਂਦੀ ਚਲੀ ਜਾਂਦੀ ਆ, ਉਹ ਔਰਤ ਦੇ ਵੱਖਰੇ ਵੱਖਰੇ ਰੂਪਾਂ ਨੂੰ ਕਿਵੇਂ ਇੱਕੋ ਜਗ੍ਹਾ ਮਾਂ ਦੇ ਰੂਪ ਦੇ ਵਿੱਚ ਲਿਆ ਕੇ ਉਹ ਇਕੱਠਾ ਕਰ ਦਿੰਦਾ। ਇਹਦੇ ਨਾਲ ਨਾਲ ਜਿਹੜੇ ਸਰੋਕਾਰ ਨੇ, ਚਾਹੇ ਸਾਡੇ ਸਮਾਜਿਕ ਸਰੋਕਾਰ ਨੇ, ਚਾਹੇ ਸਾਡੇ ਰਾਜਨੀਤਿਕ ਸਰੋਕਾਰ ਨੇ, ਚਾਹੇ ਸਾਡੀ ਕੁਦਰਤ ਨੂੰ ਲੈ ਕੇ, ਵਾਤਾਵਰਣ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ, ਉਹ ਸਾਰਿਆਂ ਨੂੰ ਹੀ ਇੱਕ ਘੇਰੇ ਦੇ ਵਿੱਚ ਲਿਆ ਕੇ ਉਹ ਖੜਾ ਕਰ ਦਿੰਦਾ। ਗੁਰਪ੍ਰੀਤ ਦੇ ਮਨ ਦੇ ਵਿੱਚ ਜਿਹੜਾ ਮਾਂ ਦਾ ਬਿੰਬ ਆ ਉਹ ਬਹੁਤ ਪ੍ਰਬਲ ਰੂਪ ਦੇ ਵਿੱਚ ਆ। ਮੈਨੂੰ ਲੱਗਦਾ ਕਿ ਗੁਰਪ੍ਰੀਤ ਦੇ ਮਨ ਦੇ ਵਿੱਚ ਹੀ ਨਹੀਂ, ਅੱਜ ਚਾਹੇ ਕੋਈ ਵੀ ਨੌਜਵਾਨ, ਚਾਹੇ ਉਹ ਕਵਿਤਾ ਪੜ੍ਹਨ ਵਾਲਾ ਹੈ ਚਾਹੇ ਨਹੀਂ ਹੈ, ਈਵਨ ਕਿ ਅਸੀਂ ਲੋਕ ਵੀ, ਸਾਡੇ ਮਨ ਦੇ ਵਿੱਚ ਮਾਂ ਤੇ ਪਿਤਾ ਦਾ ਜਿਹੜਾ ਵਿਰਾਟ ਬਿੰਬ ਇੱਕ ਪਿਆ ਆ, ਗੁਰਪ੍ਰੀਤ ਉਹਨੂੰ ਫੋਕਸ ਦੇ ਵਿੱਚ ਰੱਖ ਘੁੰਮ ਫਿਰਦਾ ਸਾਰੇ ਪਾਸੇ, ਲੇਕਿਨ ਕੇਂਦਰ ਕਿਹਦੇ ਉੱਪਰ ਹੁੰਦਾ ਆ ਕੇ ਮਾਂ ਦੇ ਉੱਪਰ। ਮਾਂ ਰੰਗਾਂ ਦੀ ਗਾਗਰ, ਰੰਗਾਂ ਦੀ ਮੁੱਠ ਭਰ, ਸ਼ਬਦਾਂ ਤੇ ਛਿੜਕ ਲੈਂਦਾ ਤੇ ਸ਼ਬਦ ਕਵਿਤਾ ਬਣ ਖਿੜ ਉੱਠਦੇ ਨੇ। ਇਹ ਆ ਗੁਰਪ੍ਰੀਤ ਦੀ ਕਵਿਤਾ। ਸੋ ਸਭ ਤੋਂ ਪਹਿਲਾਂ ਮੈਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਹਰਵੀਰ ਪਾਲ ਢਿੱਲੋਂ ਜੀ ਨੂੰ ਗੁਜ਼ਾਰਿਸ਼ ਕਰਾਂਗੀ, ਜਿਹੜੇ ਕਿ PhD ਦੇ ਸਟੂਡੈਂਟਸ ਨੇ ਤੇ ਉਹਨਾਂ ਦਾ PhD ਦਾ ਜਿਹੜਾ ਟੌਪਿਕ ਆ ਅੰਗਰੇਜ਼ੀ ਵਿਭਾਗ ਪੰਜਾਬੀ ਯੂਨੀਵਰਸਿਟੀ ਤੋਂ ਉਹ ਆਪਣੀ PhD ਕਰ ਰਹੇ ਨੇ, ਅਰਮੇਨੀਅਨ ਜੈਨੋਸਾਈਡ ਇਨ ਲਿਟਰੇਰੀ ਇਮੈਜੀਨੇਸ਼ਨ। ਬਹੁਤ ਵਧੀਆ ਲੱਗਿਆ ਜਦੋਂ ਮੈਂ ਉਹਨਾਂ ਦਾ ਟੌਪਿਕ ਪੜ੍ਹਿਆ, ਇੱਕ ਯੂਨੀਕ ਜਿਹਾ ਟੌਪਿਕ ਆ ਉਹਨਾਂ ਦਾ। ਹੁਣ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਉਹ ਮਾਤੇਸ਼ਵਰੀ ਨੂੰ ਕਿਵੇਂ ਦੇਖਦੇ ਨੇ, ਜਿਹਨੂੰ ਅਸੀਂ ਇੰਟਰਟੈਕਸਚੁਐਲਿਟੀ ਕਹਿੰਦੇ ਹਾਂ, ਉਹ ਕਿਵੇਂ ਵਾਚਦੇ ਨੇ, ਜਿਹੜੀਆਂ ਪੜਤਾਂ ਨੇ, ਕੀ ਉਹ ਉਸ ਚੀਜ਼ ਨੂੰ ਫੜ ਪਾਏ ਨੇ ਜੋ ਜਾਂ ਕਿਤੇ ਨਾ ਕਿਤੇ ਉਹ ਉਸ ਦੇ ਸ਼ਬਦਾਂ ਨੂੰ, ਉਹਦੀਆਂ ਕਵਿਤਾਵਾਂ ਨੂੰ ਬਹੁਤ ਪਾਰ ਲੈ ਜਾਂਦੇ ਨੇ। ਸੋ ਮੇਰੀ ਗੁਜ਼ਾਰਿਸ਼ ਹੈ ਹਰਵੀਰ ਪਾਲ ਢਿੱਲੋਂ ਜੀ ਨੂੰ, ਪਲੀਜ਼ ਸਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਸੱਦਾ ਦੇਣ ਦੇ ਲਈ, ਤੇ ਸਪੈਸ਼ਲੀ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਜੋ ਇਹ ਪ੍ਰੋਗਰਾਮ ਔਰਗੇਨਾਈਜ਼ ਕੀਤਾ ਜਾ ਰਿਹਾ, ਤੇ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਇੱਥੇ ਮੈਨੂੰ ਬੋਲਣ ਦਾ ਮੌਕਾ ਦੇ ਰਹੇ ਹੋ। ਮਾਤੇਸ਼ਵਰੀ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਗੱਲ ਬੈਕਗਰਾਊਂਡ ਦੇ ਵਿੱਚ ਕਰਨਾ ਚਾਹਾਂਗਾ ਕਿ ਪੰਜਾਬੀ ਲਿਟਰੇਚਰ ਦਾ ਜਦੋਂ ਆਪਾਂ ਹਿਸਟਰੀ ਪੜ੍ਹਦੇ ਹਾਂ ਤੇ ਉਸ ਦੇ ਵਿੱਚ ਜਿਹੜੀ ਕਵਿਤਾ ਹੈ ਉਹ ਇਸ ਤਰ੍ਹਾਂ ਦਾ ਰੂਪ ਕਿਵੇਂ ਲੈ ਲੈਂਦੀ ਹੈ। ਉਸ ਦੇ ਵਿੱਚ ਇੱਕ ਵਿਅਕਤੀ ਜੋ ਪਿੰਡ ਤੋਂ ਉੱਠ ਕੇ ਸ਼ਹਿਰ ਵੱਲ ਜਾਂਦਾ ਹੈ, ਉਹ ਸ਼ਹਿਰ ਹੀ ਨਹੀਂ ਮਹਾਨਗਰ ਵੱਲ ਜਾਂਦਾ ਹੈ, ਤੇ ਉਹ ਉੱਥੋਂ ਦੀ ਬੈਕਗਰਾਊਂਡ ਕੀ ਹੈ, ਉੱਥੋਂ ਦੇ ਸਰਕਮਸਟਾਂਸਿਸ ਕਿੱਦਾਂ ਦੇ ਨੇ ਜਿਸ ਦੇ ਵਿੱਚ ਉਹ ਐਵੇਂ ਦੀ ਕਵਿਤਾ ਲਿਖ ਰਿਹਾ ਹੈ। ਤੇ ਜਦੋਂ ਆਪਾਂ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਮੇਰੇ ਜ਼ਿਹਨ ਦੇ ਵਿੱਚ ਇੱਕ ਬੁੱਕ ਆ ਰਹੀ ਸੀ
ਜੋ ਨੀਲਾਦਰੀ ਭੱਟਾਚਾਰੀਆ ਦੀ ਹੈਗੀ ਦ ਗ੍ਰੇਟ ਅਗਰੇਰੀਅਨ ਕਨਕੁਐਸਟ ਦ ਕਲੋਨੀਅਲ ਰੀਸ਼ੇਪਿੰਗ ਆਫ ਆਰ ਰੂਰਲ ਵਰਲਡ ਉਹਦੇ ਵਿੱਚ ਜਦੋਂ ਪੰਜਾਬ ਦੇ ਪਿੰਡਾਂ ਨੂੰ ਕਿਸ ਤਰ੍ਹਾਂ ਬ੍ਰਿਟਿਸ਼ ਇਰਾ ਦੇ ਦੌਰਾਨ ਰੀਸ਼ੇਪ ਕੀਤਾ ਗਿਆ ਉਹ ਉਸ ਦੀ ਗੱਲ ਕਰਦਾ ਹੈ ਹੁਣ ਜੋ ਸਾਡੇ ਪਿੰਡ ਸਾਡੇ ਤਸੱਬਰ ਦੇ ਵਿੱਚ ਇੱਕ ਪਿੰਡ ਦੀ ਇਮੇਜ ਆਉਂਦੀ ਹੈ ਤੇ ਇਹ ਉਹ ਪਿੰਡ ਹੈ ਜਿਹੜੇ ਡਿਊਰਿੰਗ ਕਲੋਨੀਅਲ ਇਰਾ ਜਿਹੜੇ ਇੱਕ ਪ੍ਰੋਫਿਟ ਲੈਣ ਦੇ ਲਈ ਉਹ ਸਿਰਜੇ ਗਏ ਮੱਧ ਕਾਲ ਤੋਂ ਆਧੁਨਿਕ ਜਿਹੜਾ ਕਾਲ ਦਾ ਸਮਾਂ ਹੈ ਉਹ ਇੱਕ ਤਾਂ ਔਰਗੈਨਿਕ ਡਿਵੈਲਪਮੈਂਟ ਹੁੰਦੀ ਹੈ ਜਿਵੇਂ ਜਦੋਂ ਤੁਸੀਂ ਵੈਸਟਰਨ ਹਿਸਟਰੀ ਪੜ੍ਹਦੇ ਹੁੰਦੇ ਹਿਸਟਰੀ ਆਫ ਵੈਸਟਰਨ ਲਿਟਰੇਚਰ ਐਂਡ ਦਾ ਹਿਸਟਰੀ ਆਫ ਵੈਸਟਰਨ ਵਰਲਡ ਉਹਦੇ ਵਿੱਚ ਜਿਹੜੀ ਇੱਕ ਮਿਡੀਵੀਅਲ ਟਾਈਮ ਤੋਂ ਮਾਡਰਨ ਟਾਈਮ ਦਾ ਜਿਹੜਾ ਸਮਾਂ ਹੈਗਾ ਉਹ ਇੱਕ ਔਰਗੈਨਿਕ ਡਿਵੈਲਪਮੈਂਟ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ ਹੈ ਪੰਜਾਬ ਦੇ ਵਿੱਚ ਇਹ ਗੱਲ ਉਲਟ ਹੁੰਦੀ ਹੈ ਪੰਜਾਬ ਦੇ ਵਿੱਚ ਜਦੋਂ ਮੱਧਕਾਲੀਨ ਸਮਾਂ ਹੈ ਉਸ ਤੋਂ ਬਾਅਦ ਆਧੁਨਿਕ ਕਾਲ ਆਉਂਦਾ ਹੈ ਤੇ ਉਹਦੇ ਵਿੱਚ ਕਈ ਗੈਪਸ ਨਜ਼ਰ ਆਉਂਦੇ ਸਨ ਜਿਹਦੇ ਉਦਾਹਰਣ ਆਪਾਂ ਜਦੋਂ ਉਸਨੂੰ ਲਿਟਰੇਚਰ ਦੇ ਪ੍ਰਸੰਗ ਵਿੱਚ ਵੇਖਦੇ ਹਾਂ ਤੇ ਉਸ ਦੇ ਵਿੱਚ ਤੁਹਾਨੂੰ ਇਹ ਗੱਲ ਨਜ਼ਰ ਆਉਂਦੀ ਹੈ ਕਿ ਪੰਜਾਬੀ ਦੇ ਜਿਹੜੇ ਆਧੁਨਿਕ ਕਵੀ ਨੇ ਜਾਂ ਆਧੁਨਿਕ ਲੇਖਕ ਨੇ ਉਹ ਪੰਜਾਬੀ ਉਹ ਮਾਡਰਨ ਯੋਨਰ ਨੂੰ ਤਾਂ ਲੈ ਰਹੇ ਆ ਜਿਵੇਂ ਨੋਵਲ ਲਿਖਿਆ ਜਾ ਰਿਹਾ ਹੈ ਲੇਕਿਨ ਜਦੋਂ ਤੁਸੀਂ ਉਹਨਾਂ ਦਾ ਕੰਟੈਂਟ ਪੜ੍ਹਦੇ ਹੋ ਤੇ ਉਹਦੇ ਵਿੱਚ ਉਹ ਆਧੁਨਿਕਤਾ ਉਵੇਂ ਨਹੀਂ ਹੈਗੀ ਜਿਵੇਂ ਆਪਾਂ ਵੈਸਟ ਦੇ ਵਿੱਚ ਵੇਖਦੇ ਹੈਗੇ ਹਾਂ ਉਦਾਹਰਨ ਦੇ ਤੌਰ ਤੇ ਜਦੋਂ ਆਪਾਂ ਭਾਈ ਵੀਰ ਸਿੰਘ ਦੀ ਗੱਲ ਕਰਦੇ ਹਾਂ ਉਹਨਾਂ ਦੇ ਜਿਵੇਂ ਨਾਨਕ ਚਮਤਕਾਰ ਜਾਂ ਕਲਗੀਧਰ ਚਮਤਕਾਰ ਨੇ ਹੁਣ ਚਮਤਕਾਰ ਦਾ ਤੇ ਮਾਡਰਨਿਟੀ ਦਾ ਆਪਸ ਵਿੱਚ ਕੋਈ ਰਿਲੇਸ਼ਨਸ਼ਿਪ ਨਹੀਂ ਹੈਗਾ ਸੋ ਜਿਹੜੇ ਇਹ ਗੈਪਸ ਨੇ ਇਹ ਗੈਪਸ ਅੱਜ ਤੋਂ 100 ਸਾਲ ਪਹਿਲਾਂ ਜਦੋਂ ਆਪਾਂ ਜੇ ਮੋਟੇ ਰੂਪ ਵਿੱਚ ਆਪਾਂ ਲਾ ਲਈਏ ਉਦੋਂ ਦੇ ਸ਼ੁਰੂ ਹੋਏ ਇਹ ਦਿਨ ਬ ਦਿਨ ਸਾਲ ਬ ਸਾਲ ਦਹਾਕੇ ਤੋਂ ਦਹਾਕੇ ਬਾਅਦ ਇਹ ਵੱਧਦੇ ਗਏ ਇਹ ਇੱਕ ਉਮੀਦ ਉਦੋਂ ਆਪਣੇ ਚ ਆਈ ਸੀ ਜਦੋਂ ਦੇਸ਼ ਆਜ਼ਾਦ ਹੁੰਦਾ ਪਰ ਬਦਕਿਸਮਤੀ ਨਾਲ ਉਹ ਪੰਜਾਬ ਦੀ ਉਦੋਂ ਤਕਸੀਮ ਹੋਈ ਤੇ ਉਹਨੇ ਵੀ ਸਾਨੂੰ ਨਿਰਾਸ਼ ਕੀਤਾ ਫਿਰ ਹਰੀ ਕ੍ਰਾਂਤੀ ਆਉਂਦੀ ਹੈ ਹਰੀ ਕ੍ਰਾਂਤੀ ਦੇ ਵਿੱਚ ਇੱਕ ਹੋਰ ਪ੍ਰੋਬਲਮ ਆ ਜਾਂਦੀ ਹੈ ਕਿ ਜਦੋਂ ਅਗਰੇਰੀਅਨ ਸੋਸਾਇਟੀ ਜਾਂ ਅਗਰੇਰੀਅਨ ਜਿਹੜੀ ਸਿਸਟਮ ਹੈ ਉਹਨੂੰ ਪ੍ਰੋਡਕਸ਼ਨ ਦੇ ਲਈ ਯੂਜ਼ ਕਰਨਾ ਤੁਸੀਂ ਨੇ ਜਦੋਂ ਉਹਦੇ ਵਿੱਚ ਤੁਸੀਂ ਪ੍ਰੋਫਿਟ ਦੇਖ ਰਹੇ ਹੋ ਤਾਂ ਉਸ ਦੇ ਵਿੱਚ ਇੱਕ ਬਹੁਤ ਇੱਕ ਇੱਕ ਨਿਰਾਸ਼ਾ ਵਾਪਰਨੀ ਹੈਗੀ ਹੈ ਕਿ ਤੁਸੀਂ ਕਿਸੇ ਦੌੜ ਦੇ ਵਿੱਚ ਪੈ ਗਏ ਜਿਹੜੇ ਉੱਥੋਂ ਦੀ ਧਰਾਤਲ ਹੈ ਉਹ ਉਸ ਦੀ ਜਿਹੜੀਆਂ ਡਿਮਾਂਡਸ ਨੇ ਤੁਸੀਂ ਉਹਨਾਂ ਨੂੰ ਪਿੱਛੇ ਰੱਖ ਕੇ ਕਿਸੇ ਹੋਰ ਰਾਜਾਂ ਦੀ ਜਾਂ ਦੁਨੀਆਂ ਦੇ ਉੱਪਰ ਹੋਰ ਦੇਸ਼ਾਂ ਦੇ ਦਾ ਢਿੱਡ ਭਰਨ ਦੇ ਲਈ ਤੁਸੀਂ ਉਹ ਲੈਂਡ ਨੂੰ ਯੂਜ਼ ਕਰ ਰਹੇ ਤੋ ਇਸ ਦੇ ਵਿੱਚ ਇੱਕ ਨਿਰਾਸ਼ਾ ਨਜ਼ਰ ਆਉਂਦੀ ਹੈ ਜਿਹੜੀ ਪੰਜਾਬੀ ਜਿਸਨੂੰ ਫੜਨ ਦੀ ਕੋਸ਼ਿਸ਼ ਕਰਦੇ ਹੈ ਹੁਣ ਉਹ ਪਿੰਡ ਦੇ ਵਿੱਚ ਇੱਕ ਏਦਾਂ ਦਾ ਨਿਰਾਸ਼ਤਾ ਦਾ ਮਾਹੌਲ ਹੈ ਜਿੱਥੇ ਪਿੰਡ ਜਿਹੜਾ ਮਾਡਰਨ ਪਿੰਡ ਜਿਹੜਾ ਬ੍ਰਿਟਿਸ਼ ਮਾਡਰਨ ਨਹੀਂ ਜਿਹੜਾ ਬ੍ਰਿਟਿਸ਼ ਟਾਈਮ ਦੇ ਦੌਰਾਨ ਸਿਰਜਿਆ ਗਿਆ ਉਹਦੇ ਵਿੱਚ ਇੱਕ ਕਾਸਟ ਸਿਸਟਮ ਬਹੁਤ ਵੱਡੀ ਪ੍ਰੋਬਲਮ ਹੈ ਉਹਦੇ ਵਿੱਚ ਜੈਂਡਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹਦੇ ਵਿੱਚ ਰਿਲੀਜਨ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹਦੇ ਵਿੱਚ ਕਮਿਊਨਿਟੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਉੱਥੋਂ ਉੱਠ ਕੇ ਕੋਈ ਵਿਅਕਤੀ ਜਦੋਂ ਸ਼ਹਿਰ ਵਾਲੇ ਜਾਂਦਾ ਹੈ ਇੱਕ ਉਮੀਦ ਤੇ ਸੁਪਨਾ ਲੈ ਕੇ ਜਾਂਦਾ ਹੈ ਤੇ ਹੁਣ ਸ਼ਹਿਰਾਂ ਦੀ ਡਿਵੈਲਪਮੈਂਟ ਦੇ ਵਿੱਚ ਵੀ ਇਹ ਪ੍ਰੋਬਲਮ ਰਹੀ ਇੰਡੀਆ ਦੇ ਜਦੋਂ ਆਪਾਂ ਸੰਬੰਧ ਵਿੱਚ ਵੇਖਦੇ ਹਾਂ ਉੱਥੇ ਉਹ ਜਿਹੜਾ ਸੁਪਨਾ ਹੈ ਉਸਨੂੰ ਉਹ ਚਕਨਾ ਚੂਰ ਹੁੰਦਾ ਨਜ਼ਰ ਆ ਰਿਹਾ ਹੈ ਜਦੋਂ ਉਹ ਸੁਪਨਾ ਚਕਨਾ ਚੂਰ ਨਜ਼ਰ ਆ ਰਿਹਾ ਹੈ ਤੇ ਉਸ ਜੋ ਚੇਤਨ ਵਿਅਕਤੀ ਹੈ ਉਹ ਉਸਨੇ ਇੱਕ ਭਟਕਣਾ ਤਲਾਸ਼ ਬੇਵਸੀ ਇਕਲਾਪਾ ਲਾਚਾਰਗੀ ਤੇ ਸੰਤਾਪ ਦੇ ਦੁਆਲੇ ਉਹ ਘਿਰ ਜਾਂਦਾ ਤੇ ਉਹ ਸੰਤਾਪ ਤੋਂ ਮੁਕਤ ਹੋਣ ਦੇ ਲਈ ਉਹ ਕਿਸੇ ਨੂੰ ਸੰਬੋਧਿਤ ਹੋਣਾ ਚਾਹੁੰਦਾ ਜਦੋਂ ਉਸਨੂੰ ਕੋਈ ਕਿਉਂਕਿ ਜਿਹੜੀ ਇਹ ਮੈਂ ਸੰਖੇਪ ਦੇ ਵਿੱਚ ਤੁਹਾਨੂੰ ਦੱਸਿਆ ਕਿ ਜਦੋਂ ਆਧੁਨਿਕਤਾ ਆਈ ਉਸਦੇ ਵਿੱਚ ਹੀ ਗੜਬੜ ਹੋ ਗਈ ਜਿਹੜੇ ਗੈਪਸ ਹਨ ਉਹ ਗੈਪਸ ਆਪਣੇ ਤੋਂ ਫਿੱਲ ਨਹੀਂ ਹੋਏ ਜਿਹਨਾਂ ਨੂੰ ਯੂਨੀਵਰਸਿਟੀਜ਼ ਨੇ ਐਜੂਕੇਸ਼ਨਲ ਇੰਸਟੀਟਿਊਟਸ ਨੇ ਭਰਨਾ ਸੀ ਉਹ ਖੱਪਾ ਉਹ ਬਰਕਰਾਰ ਹੈ ਦਿਨੋ ਦਿਨ ਹੋਰ ਡੀਪ ਹੋ ਗਿਆ ਉਹ ਤੇ ਉੱਥੇ ਇੱਕ ਪਿੰਡ ਤੋਂ ਉੱਠ ਕੇ ਲੜਕਾ ਜੋ ਸ਼ਹਿਰ ਵਿੱਚ ਜਾ ਰਿਹਾ ਤੇ ਸ਼ਹਿਰ ਦੇ ਵਿੱਚ ਉਹਨੂੰ ਹੋਰ ਪ੍ਰੋਬਲਮਸ ਲੱਗ ਰਹੀਆਂ ਨੇ ਉਹਨੂੰ ਕਿਤੇ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਫਿਰ ਉਹ ਕਿਸੇ ਨੂੰ ਮੁਖਾਤਬ ਹੋਣਾ ਚਾਹੁੰਦਾ ਉਹ ਮੁਖਾਤਬ ਗੁਰਪ੍ਰੀਤ ਆਪਣੀ ਜਿਹੜੀ ਇਸ ਪੁਸਤਕ ਦੇ ਵਿੱਚ ਆਪਣੀ ਮਾਂ ਨੂੰ ਹੁੰਦਾ ਹੈਗਾ ਮੈਨੂੰ ਇੱਕ ਇੱਥੇ ਕਵਿਤਾ ਜੇ ਮੈਂ ਪੜ੍ਹਾਂ ਤੇ ਉਸਦੀ ਕਵਿਤਾ ਹੈ ਉਦਾਸ ਪਲ ਉਹ ਲਿਖਦਾ ਹੈ ਕਿ ਉਦਾਸ ਪਲ ਆਪਣਾ ਆਪਾ ਹੌਲਾ ਕਰਨ ਲਈ ਸਿਰਫ ਇੱਕੋ ਸ਼ਬਦ ਦੀ ਆਰਾਧਨਾ ਕਰਦਾ ਹਾਂ ਮਾਂ ਹੋਰ ਉਸਨੂੰ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਤੇ ਇਹ ਗੱਲ ਹੁਣ ਹੀ ਸ਼ੁਰੂ ਨਹੀਂ ਹੋਈ ਜੇ ਆਪਾਂ ਥੋੜਾ ਜਿਹਾ ਬੈਕਗਰਾਉਂਡ ਦੇ ਵਿੱਚ ਜਾਈਏ ਜਿੰਨਾ ਕੁ ਮੇਰਾ ਪੰਜਾਬੀ ਲਿਟਰੇਚਰ ਨਾਲ ਸੰਬੰਧ ਹੈ
ਜਦੋਂ ਤੁਸੀਂ ਅਮਤੋਸ ਦੀ ਕਵਿਤਾ ਪੜ੍ਹਦੇ ਹੋ ਬੁੱਢਾ ਬੋਲਦ, ਬੁੱਢਾ ਬੋਲਦ ਦੇ ਵਿੱਚ ਕਮਾਲ ਦੀ ਗੱਲ ਇਹ ਹੈ ਕਿ ਉਸਨੂੰ ਕੋਈ ਇਨਸਾਨ ਗੱਲਬਾਤ ਕਰਨ ਲਈ ਨਜ਼ਰ ਨਹੀਂ ਆ ਰਿਹਾ। ਉਸ ਕੋਲ ਆਪਣੀ ਮਾਂ ਨਹੀਂ, ਉਸ ਕੋਲ ਆਪਣੀ ਮਹਿਬੂਬਾ ਨਹੀਂ, ਉਸ ਕੋਲ ਆਪਣਾ ਕੋਈ ਦੋਸਤ ਨਹੀਂ, ਉਸ ਕੋਲ ਆਪਣਾ ਕੋਈ ਪਿਤਾ ਨਹੀਂ, ਫਿਰ ਉਹ ਗੱਲਬਾਤ ਕਰਨੀ ਕਿਸਦੇ ਨਾਲ ਚੂਜ਼ ਕਰਦਾ ਹੈ? ਉਹ ਕਰਦਾ ਇੱਕ ਬਲਦ ਦੇ ਨਾਲ ਕਿ ਤੈਨੂੰ ਤਾਂ ਹੁਣ ਉੱਕਾ ਯਾਦ ਨਹੀਂ ਹੋਣਾ, ਮੈਨੂੰ ਤਾਂ ਚੰਗੀ ਤਰ੍ਹਾਂ ਯਾਦ ਹੈ ਜਦੋਂ ਨਵੀਂ ਨਵੀਂ ਤੇਰੀ ਲੋਹੀ ਫੁੱਟੀ ਸੀ ਤੇ ਤੇ ਮੂੰਹੋਂ ਪੈਰੋਂ ਖੜ ਗਿਆ ਸੀ, ਉਦਣ ਨੌ ਸੌਣ ਸੀ ਤੇ ਖਾਣਗੀ ਤੇ ਚਿਰਾਗਾਂ ਦਾ ਮੇਲਾ ਲੱਗਿਆ ਸੀ। ਜਿਹੜੀ ਪੋਇਟਰੀ ਹੈ ਇਸਦੀ ਪੰਜਾਬੀ ਦੇ ਵਿੱਚ ਜਦੋਂ ਕਵੀ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ, ਇੱਕ ਪੰਜਾਬੀ ਪਾਠਕਾਂ ਨੇ ਆਪਾਂ ਇਹ ਆਪਣੀ ਸਮੱਸਿਆ ਰਹੀ ਕਿ ਆਪਾਂ ਪੰਜਾਬੀ ਪੋਇਟਰੀ ਨੂੰ ਇੱਕ ਦਾਤ ਦੇਣ ਦੇ ਨਾਲ ਜੋੜ ਲਿਆ, ਉਹਨੂੰ ਸੈਲੀਬ੍ਰੇਟ ਕਰਨਾ ਸ਼ੁਰੂ ਕਰ ਦਿੱਤਾ। ਉਹ ਜਿਹੜੀ ਸਮੱਸਿਆ ਨਾਲ ਜੂਝ ਰਿਹਾ ਆਪਾਂ ਉਹਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਦੇ ਵੱਲ ਸਿਮਰਨ ਨੇ ਇਸ਼ਾਰਾ ਕੀਤਾ ਸੀ ਕਿ ਜਿਹੜੀ ਇੰਟਰ ਟੈਕਸਚੁਅਲਿਟੀ ਹੈ ਉਹ ਹਿਸਟੋਰੀਕਲ ਕਿਹੜੇ ਸਰਕਮਸਟਾਂਸਿਸ ਨੇ ਜਿਹਦੇ ਵਿੱਚ ਮਹਾਨਗਰ ਦੇ ਵਿੱਚ ਵੀ ਉਹਨੂੰ ਕੁਝ ਨਜ਼ਰ ਨਹੀਂ ਆ ਰਿਹਾ ਤੇ ਉਹ ਵਾਪਸ ਆਪਣੀ ਮਾਂ ਕੋਲ ਜਾਣਾ ਚਾਹੁੰਦਾ ਹੈ। ਇੱਕ ਸੁਪਨਾ ਲੈ ਕੇ ਪਿੰਡ ਤੋਂ ਉਹ ਆਇਆ, ਲੇਕਿਨ ਉਹ ਸੁਪਨਾ ਉਸਨੂੰ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਉਹ ਵਾਪਸ ਜਾਣਾ ਚਾਹੁੰਦਾ ਹੈ। ਤੇ ਇੱਕ ਕਵਿਤਾ ਮੈਂ ਜਦੋਂ ਇਹ ਗੱਲ ਕਰ ਰਿਹਾ ਕਿ ਉਹ ਵਾਪਸ ਜਾਣਾ ਕਿਉਂ ਚਾਹੁੰਦਾ ਹੈ, ਇੱਕ ਕਵਿਤਾ ਰੂਹ, ਇਹਦੇ ਵਿੱਚ ਗੁਰਪ੍ਰੀਤ ਲਿਖਦਾ ਕਿ ਸੁਰਮਈ ਰੰਗੇ ਬੱਦਲਾਂ ਚੋਂ ਬਿਜਲੀ ਦੀ ਅੱਖ ਫਰਕ ਰਹੀ, ਆਪਣੇ ਪਰਛਾਵੇ ਦੀ ਛਾਂ ਹੇਠ ਤੂੰ ਆਪਣੇ ਆਪ ਤੋਂ ਕਿੰਨੀ ਦੂਰ ਆ ਗਈ, ਕਦੇ ਪਿੱਛੇ ਵੱਲ ਵੇਖਿਆ, ਚੱਲ ਮੁੜ ਚੱਲ ਤੈਨੂੰ ਤੇਰਾ ਘਰ ਉੜੇਗਾ। ਸੋ ਇਹ ਕਿਸ ਤਰ੍ਹਾਂ ਦੇ ਸਿਚੁਏਸ਼ਨ ਦੇ ਵਿੱਚੋਂ ਇਹ ਕਵਿਤਾ ਉਪਜੀ ਹੋਈ ਕਿ ਅਸੀਂ ਜਿਹੜੀ ਉਸ ਗੱਲ ਵੱਲ ਗੌਰ ਨਹੀਂ ਕੀਤੀ ਜਿਹੜਾ ਅਮਦੋਜ਼ ਅੱਜ ਤੋਂ 35-40 ਵਰੇ ਪਹਿਲਾਂ ਗੱਲ ਕਰ ਗਿਆ ਕਿ ਉਸਨੂੰ ਇਨਸਾਨ ਨਹੀਂ ਲੱਭ ਰਿਹਾ, ਮਹਾਨਗਰ ਦੇ ਵਿੱਚ ਆ ਗਿਆ ਤੇ ਉਸਦੇ ਵਿੱਚ ਇੱਕ ਤੁਹਾਡਾ ਜਿਹੜਾ ਸਮਾਜਿਕ ਕ੍ਰਾਈਸਿਸ ਹੈ, ਇੱਕ ਐਗਜਿਸਟੈਂਸ਼ੀਅਲ ਕ੍ਰਾਈਸਿਸ ਹੈ, ਉਹ ਦੋਵੇਂ ਕ੍ਰਾਈਸਿਸ ਦੇ ਉਹ ਰੂਬਰੂ ਹੋ ਰਿਹਾ ਤੇ ਉਹਦਾ ਹੱਲ ਉਹਨੂੰ ਕੋਈ ਨਜ਼ਰ ਨਹੀਂ ਆ ਰਿਹਾ। ਕਾਰਨ ਉਹਦਾ ਇਹ ਹੈ ਕਿ ਗਵਰਨਮੈਂਟ ਭਾਵੇਂ ਉਹ ਕੇਂਦਰ ਦੀ ਹੈ ਭਾਵੇਂ ਉਹ ਰਾਜ ਦੀ ਹੈ, ਉਹ ਪੰਜਾਬੀ ਵਿਅਕਤੀ ਨੂੰ ਉਹ ਸਾਧਨ ਨਹੀਂ ਮੁਹੱਈਆ ਕਰ ਪਾਈ ਜਿਸ ਦੇ ਵਿੱਚ ਉਹ ਫਿਰ ਇੱਕ ਭਟਕਣਾ ਦੇ ਵਿੱਚ ਪੈ ਜਾਂਦਾ ਹੈਗਾ। ਤੇ ਜਦੋਂ ਆਪਾਂ ਕਹਿੰਦੇ ਹਾਂ ਕਿ ਜਿਵੇਂ ਮੇਰੇ ਯਾਦ ਆ ਰਿਹਾ ਸੀ ਕਿ ਐਰਿਸਟੋਟਲ ਲਿਖਦਾ ਹੈ ਕਿ ਪੋਇਟਰੀ ਇਜ਼ ਮੋਰ ਫਿਲੋਸੋਫੀਕਲ ਦੈਨ ਹਿਸਟਰੀ, ਜੇ ਤੁਸੀਂ ਹਿਸਟਰੀ ਨੂੰ ਜਾਣਨਾ ਹੈਗਾ ਤੇ ਤੁਹਾਨੂੰ ਥਰੂ ਪੋਇਟਰੀ ਜਾਣਨਾ ਪਊਗਾ। ਪਰ ਆਪਣੀ ਪਾਠਕਾਂ ਦੀ ਸਮੱਸਿਆ ਇਹ ਰਹੀ ਕਿ ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਉਸਨੂੰ ਆਪਾਂ ਥੋੜਾ ਜਿਹਾ ਸੈਲੀਬ੍ਰੇਟ ਕਰਨ ਲੱਗ ਗਏ, ਆਪਾਂ ਕਾਫੀ ਵਾਹ ਵਾਹ ਕੀਤੀ ਸਾਰੇ ਪੰਜਾਬੀ ਕਵੀਆਂ ਦੀ, ਲੇਕਿਨ ਉਹ ਕਿਸ ਮਨੋਦਸ਼ਾ ਚੋਂ ਉਹ ਕਵਿਤਾ ਲਿਖ ਰਹੇ ਆਪਾਂ ਉਹ ਉਸਦੇ ਵੱਲ ਧਿਆਨ ਨਹੀਂ ਦਿੱਤਾ ਹੈ। ਤੇ ਜਿਹੜੀ ਇਹ ਅੱਜ ਕੱਲ੍ਹ ਦੀ ਪੰਜਾਬੀ ਪੋਇਟਰੀ ਹੈ, ਜਿਵੇਂ ਇਹ ਮੈਂ ਪੜ੍ਹ ਰਿਹਾ ਸੀ ਮਾਤੇਸ਼ਵਰੀ, ਉਹ ਉਸਦਾ ਸੁਰ ਬਹੁਤ ਨਿਰਾਸ਼ਾ ਦੇ ਵਿੱਚੋਂ ਉਪਜੀ ਹੈ ਕਿ ਜਦੋਂ ਤੁਸੀਂ ਏਦਾਂ ਦੀ ਗੁਫਾ ਚ ਐਂਟਰ ਹੋ ਗਏ ਜਿਸਦਾ ਕੋਈ ਸਾਹਮਣੇ ਕੋਈ ਰਾਹ ਨਹੀਂ ਹੈ, ਤੇ ਉੱਥੇ ਤੁਹਾਨੂੰ ਫਿਰ ਕੋਈ ਇੱਕ ਜਿਹੜੀ ਉਮੀਦ ਹੈ ਉਹ ਨਜ਼ਰ ਜੇ ਆ ਰਹੀ ਹੈ, ਉਹ ਤੁਹਾਡੀ ਮਾਂ ਹੈ। ਤੇ ਉਹਨੂੰ ਲੱਗਦਾ ਜਿੱਥੋਂ ਉਹ ਉੱਠ ਕੇ ਆਇਆ, ਜਿੱਥੇ ਮੈਂ ਆਲਰੇਡੀ ਤੁਹਾਨੂੰ ਦੱਸਦਾ ਕਿ ਬਹੁਤ ਸਾਰੀਆਂ ਪ੍ਰੋਬਲਮਸ ਨੇ, ਉਹਨੂੰ ਸ਼ਹਿਰ ਦੀ ਜ਼ਿੰਦਗੀ ਇੰਨੀ ਨਿਰਾਸ਼ ਕਰਦੀ ਕਿ ਉੱਥੇ ਹੀ ਵਾਪਸ ਜਾਣਾ ਚਾਹੁੰਦਾ ਹੈਗਾ। ਤੇ ਇਸ ਜਿਹੜੀ ਭਟਕਣਾ ਹੈਗੀ ਹੈ ਜਾਂ ਇਸ ਬੇਵਸੀ ਤੇ ਵੱਖ ਵੱਖ ਕਵੀਆਂ ਦੀਆਂ ਆਪਣੇ ਆਪਣੇ ਸਟਾਂਸਿਸ ਰਹੇ ਆ, ਉਹਨਾਂ ਨੇ ਵੱਖ ਵੱਖ ਇਸ ਗੱਲ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਰਿਸਪੋਂਸ ਕੀਤਾ ਹੈਗਾ, ਪਰ ਇਸਦਾ ਰਿਸਪੋਂਸ ਇਹੀ ਹੈ ਕਿ ਉਹ ਵਾਪਸ ਜਾਣਾ ਚਾਹੁੰਦਾ ਹੈਗਾ। ਹੁਣ ਆਪਾਂ ਜਦੋਂ ਪੰਜਾਬ ਨੂੰ ਥਰੂ ਹਿਸਟਰੀ ਪੜਾਂਗੇ ਤੇ ਹਿਸਟਰੀ ਇਹ ਗੱਲ ਨੂੰ ਪਕੜ ਨਹੀਂ ਪਾਊਗੀ, ਕੋਈ ਅਰਥ ਸ਼ਾਸਤਰੀ ਇਸ ਗੱਲ ਨੂੰ ਪਕੜ ਨਹੀਂ ਪਾਊਗਾ, ਪਰ ਪੋਇਟਰੀ ਇਸ ਗੱਲ ਨੂੰ ਪਕੜ ਲਊਗੀ ਕਿ ਜਦੋਂ ਤੁਸੀਂ ਉਹਨੂੰ ਥੋੜਾ ਡੀਪਲੀ ਤੇ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹੋ ਕਿ ਕਿਹੜੇ ਹਾਲਾਤ ਨੇ ਜਿਹਦੇ ਵਿੱਚੋਂ ਉਸਨੂੰ ਦੁਨੀਆਂ ਦੇ ਵਿੱਚ ਸਿਰਫ ਇੱਕੋ ਹੀ ਚੀਜ਼ ਨਜ਼ਰ ਆ ਰਹੀ ਹੈ, ਉਹ ਆਪਣੀ ਮਾਂ ਨਜ਼ਰ ਆ ਰਹੀ ਹੈ। ਤੇ ਇਹ ਨਹੀਂ ਮੈਂ ਕਹਿ ਰਿਹਾ ਕਿ ਜਿਹੜੀ ਹਿਸਟਰੀ ਹੈ ਉਹ ਕੋਈ ਏਦਾਂ ਦਾ ਡਿਸਿਪਲਿਨ ਹੈ ਜਿਹੜਾ ਲਿਟਰੇਚਰ ਤੋਂ ਛੋਟਾ ਹੈ, ਪਰ ਹਿਸਟਰੀ ਦੀ ਇੱਕ ਆਪਣੀ ਸਪੈਸੀਫਿਸਿਟੀ ਹੈ, ਇਕਨੋਮਿਕਸ ਦੀ ਆਪਣੀ ਇੱਕ ਸਪੈਸੀਫਿਸਿਟੀ ਹੈ, ਉਹਨੇ ਨੰਬਰ ਦੱਸਣਾ ਹੈਗਾ ਕਿ ਇਹ ਸਾਲ ਐਵੇਂ ਹੋਇਆ ਜਾਂ ਏਦਾਂ ਹੋਇਆ। ਜਿਹੜੀ ਇਹ ਕਸ਼ਮਕਸ਼ ਹੈ ਇਹ ਸਾਨੂੰ ਪੋਇਟਰੀ ਹੀ ਦੱਸ ਪਾਉਂਦੀ ਹੈਗੀ, ਜਿਵੇਂ ਇਹ ਮੈਂ ਪਹਿਲਾਂ ਹੀ ਗੱਲ ਨਸ਼ਰ ਕੀਤੀ ਹੈ। ਤੇ ਉਸਦੇ ਵਿੱਚ ਹੁਣ ਜਿਹੜੀ ਮਾਂ ਤੇ ਮਾਤੇਸ਼ਵਰੀ ਹੈ ਤੇ ਇਸਦਾ ਜਿਵੇਂ ਜਿਹੜਾ ਟਾਈਟਲ ਹੈ ਇਟਸ ਰੀਅਲ ਅਪੀਲਿੰਗ, ਇਹ ਬਹੁਤ ਵਧੀਆ ਹੈ ਕਿ ਉਹ ਸਿਰਫ ਮਾਂ ਨਹੀਂ ਹੈਗੀ, ਉਹ ਆਪਣੀ ਭੈਣ ਚੋਂ ਵੀ ਆਪਣੀ ਮਾਂ ਨੂੰ ਦੇਖਦਾ। ਤੇ ਜਿਵੇਂ ਇਹਨਾਂ ਦੀ ਇੱਕ ਕਵਿਤਾ ਹੈਗੀ ਭੈਣ, ਤੇ ਉਹ ਭੈਣ ਦੇ ਜਿਹੜੇ ਉਹ ਕੰਮ ਕਰ ਰਹੀ ਹੈ
ਉਹ ਇੱਕ ਮਾਂ ਦਾ ਹੀ ਰੋਲ ਪਲੇ ਕਰ ਰਹੀ ਹੈ। ਲੈਟ ਮੀ ਰੀਡ ਦਿਸ ਪੋਇਮ। ਇਹ ਕਿ ਭੈਣੇ ਘਰ ਮਾਂ ਨਾ ਹੁੰਦੀ ਤੂੰ ਭੈਣ ਤੋਂ ਮਾਂ ਤੂੰ ਮਾਂ ਬਣ ਜਾਂਦੀ। ਭੈਣੇ ਘਰ ਮਾਂ ਨਾ ਹੁੰਦੀ ਤੂੰ ਭੈਣ ਤੋਂ ਮਾਂ ਬਣ ਜਾਂਦੀ। ਭੈਣੇ ਦਿਨ ਉਹ ਵੀ ਚੇਤੇ ਨੇ ਜਦ ਮੈਨੂੰ ਢਾਕ ਤੇ ਧਰ ਕਿਰਤ ਕਰਦੀ ਮਾਂ ਕੋਲੋਂ ਦੁੱਧ ਚੰਘਾ ਕੇ ਲਿਆਇਆ ਕਰਦੀ ਸੀ। ਮੈਂ ਆਪਣੇ ਰੱਜ ਲਈ ਤੇਰੀ ਅੱਧੀ ਛੁੱਟੀ ਖਾ ਜਾਂਦਾ। ਭੈਣੇ ਤੂੰ ਮੇਰੇ ਲਈ ਮੇਰੀ ਅਧਿਆਪਿਕਾ ਹੈ। ਤੂੰ ਮੇਰੇ ਮੱਥੇ ਤੇ ਇਲਮ ਦਾ ਟਿੱਕਾ ਲਾ ਜੋੜ ਘਟਾ ਗੁਣਾ ਸਿਖਾਈ। ਕੇਵਲ ਇੰਨਾ ਹੀ ਨਹੀਂ ਸਗੋਂ ਵੰਡਣਾ ਵੀ ਸਿਖਾਇਆ। ਦਿਨ ਉਹ ਵੀ ਨਹੀਂ ਭੁੱਲੇ ਜਦ ਸਕੂਲ ਜਾਣ ਵੇਲੇ ਕੰਨ ਰਗੜ ਰਗੜ ਲਾਲ ਕਰਨੇ। ਸੱਚ ਜਾਣੀ ਭੈਣੇ ਤੇਰੇ ਲਾਲ ਕੀਤੇ ਕੰਨਾਂ ਚੋਂ ਸੇਕ ਅੱਜ ਤੀਕ ਨਿਕਲ ਰਿਹਾ। ਇਹ ਉਹ ਸੇਕ ਹੈ ਜਿਸ ਨਾਲ ਲੰਮੜੇ ਰਾਹ ਤੇ ਬਸ ਤੇਰਾ ਵੀਰ ਅਡੋਲ ਤੁਰਿਆ ਜਾ ਰਿਹਾ। ਹੁਣ ਰਾਹ ਟੇਢਾ ਮੇਢਾ ਸਿੱਧਾ ਨਹੀਂ ਹੈ ਰਾਹ। ਇਹ ਉਸਦੀ ਹਰ ਇੱਕ ਕਵਿਤਾ ਦੇ ਵਿੱਚ ਸਾਨੂੰ ਨਜ਼ਰ ਆਊਗਾ ਕਿ ਵਿਅਕਤੀ ਉਸ ਸ਼ਹਿਰ ਦੇ ਵਿੱਚ ਜਾ ਕੇ ਫਸ ਗਿਆ ਤੇ ਉੱਥੇ ਉਸਨੂੰ ਕੋਈ ਉਮੀਦ ਨਜ਼ਰ ਨਹੀਂ ਆ ਰਹੀ, ਜਿਹੜੀ ਕਿ ਪੰਜਾਬੀ ਬੰਦੇ ਦੀ ਹੋਣੀ ਹੈ। ਇਹ ਇਸਨੂੰ ਆਪਾਂ ਇੱਕ ਕਿਸੇ ਨਿੱਜੀ ਪ੍ਰਸੰਗ ਦੇ ਵਿੱਚ ਨਾ ਲਈਏ, ਜਿਹੜੀ ਇਸਨੂੰ ਆਪਾਂ ਜੇ ਆਪਾਂ ਸਮੂਹਿਕ ਲੈਵਲ ਤੇ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਉਸ ਦੇ ਵਿੱਚ ਸਾਨੂੰ ਇਹ ਗੱਲ ਨਜ਼ਰ ਆਊਗੀ ਕਿ ਪੰਜਾਬ ਦਾ ਇੱਕ ਵਿਅਕਤੀ ਕਿ ਪੰਜਾਬ ਦਾ ਇੱਕ ਵਿਅਕਤੀ ਇੱਥੋਂ ਦੀ ਧਰਾਤਲ ਨੂੰ ਛੱਡ ਕੇ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾ ਕੇ ਇੱਥੋਂ ਬਾਹਰ ਜਾਣਾ ਚਾਹੁੰਦਾ ਹੈਗਾ। ਉਹ ਕੈਨੇਡਾ, ਅਮੈਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਵਸਣਾ ਚਾਹੁੰਦਾ ਹੈ। ਉਹਦੇ ਕਾਰਨ ਇਹੀ ਨੇ ਕਿ ਜਿਹੜਾ ਇੱਥੇ ਜੋ ਡਿਵੈਲਪਮੈਂਟ ਔਰਗੈਨਿਕ ਹੋਣੀ ਸੀ, ਜਿਸ ਦੇ ਵਿੱਚ ਆਧੁਨਿਕ ਕਦਰਾਂ ਕੀਮਤਾਂ ਨੇ ਹੋਣਾ ਸੀ, ਜਿਹੜੀ ਉਮੀਦ ਦੀ ਕਿਰਨ ਪੈਦਾ ਹੋਣੀ ਸੀ, ਉਹ ਨਹੀਂ ਹੋ ਪਾ ਰਹੀ। ਤੇ ਪੰਜਾਬ ਦੇ ਵਿੱਚ ਜੇਕਰ ਅੱਜ ਕੱਲ੍ਹ ਕਵਿਤਾ ਲਿਖੀ ਜਾਊਗੀ ਤਾਂ ਐਵੇਂ ਦੀ ਹੀ ਲਿਖੀ ਜਾਊਗੀ। ਸੁਰਜੀਤ ਪਾਤਰ ਦੀ ਇੱਕ ਪ੍ਰਗੀਤ ਹੈ, ਗੀਤ ਹੈ ਕਿ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ। ਉਹ ਦੇਖੋ ਵੱਡਾ ਸ਼ਾਇਰ ਕਿੱਦਾਂ ਕਿੰਨੀ ਖੂਬਸੂਰਤ ਗੱਲ ਕਰਦਾ ਕਿ ਕਿੱਥੋਂ ਦੇ ਆ ਪੰਛੀਆਂ ਨੂੰ ਕਿੱਥੇ ਚੋਗਾ ਲੱਭਿਆ, ਤੀਆਂ ਦੇ ਵਸੇਵੇ ਲਈ ਬਾਪੂ ਦੇਸ਼ ਛੱਡਿਆ, ਉਦੋਂ ਮੇਰੀ ਹਿੱਕ ਚ ਤਿਰੰਗਾ ਗਿਆ ਕੱਢਿਆ, ਕਿੰਨਾ ਹੈ ਮਹਾਨ ਦੇਸ਼ ਜਦੋਂ ਪਤਾ ਲੱਗਿਆ, ਝੁਲੋ ਇਹ ਤਿਰੰਗਿਆ ਤੂੰ ਝੁਲਣ ਦੀ ਖੈਰ ਹੈ, ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ। ਇਹ ਅਸੀਂ ਨੇ ਸਕੂਲਾਂ ਵਿੱਚ ਬਹੁਤ ਪੜ੍ਹਾਇਆ ਤੇ ਅਸੀਂ ਬਹੁਤ ਸੁਣਿਆ, ਹੰਸਰਾਜ ਹੰਸ ਨੇ ਇਹ ਗਾਇਆ, ਲੇਕਿਨ ਜਿਹੜੀ ਕਵੀ ਇਸ਼ਾਰਾ ਕਰਨਾ ਚਾਹੁੰਦਾ ਸੀ ਅਸੀਂ ਉਹ ਮਿਸ ਕਰ ਗਏ ਕਿ ਹਾਲਾਤ ਏਦਾਂ ਦੇ ਪੈਦਾ ਹੋ ਗਏ ਕਿ ਸਾਨੂੰ ਆਪਣੀ ਧੀਆਂ ਵਸਾਉਣ ਦੇ ਲਈ ਇਸ ਮੁਲਕ ਨੂੰ ਛੱਡਣਾ ਪੈਣਾ, ਸਾਨੂੰ ਆਪਣੀ ਧਰਾਤਲ ਨੂੰ ਛੱਡਣਾ ਪੈਣਾ। ਤੇ ਜੇਕਰ ਅਸੀਂ ਉਸਨੂੰ ਥੋੜਾ ਜਿਹਾ ਸੰਜੀਦਗੀ ਨਾਲ ਇਸ ਗੱਲ ਨੂੰ ਜਾਣਿਆ ਹੁੰਦਾ, ਸ਼ਾਇਦ ਸਾਨੂੰ ਅੱਜ ਕਵਿਤਾ ਦਾ ਕੋਈ ਹੋਰ ਰੂਪ ਦੇਖਣ ਨੂੰ ਮਿਲਦਾ। ਲੇਕਿਨ ਇਹ ਜਿਹੜੀ ਕ੍ਰਾਈਸਿਸ ਹੈ ਇਹ ਹੋਰ ਗਹਿਰਾ ਹੋ ਰਿਹਾ ਤੇ ਇਹਦੇ ਨਾਲ ਪੰਜਾਬੀ ਵਿਅਕਤੀ ਕੋਲ ਹੁਣ ਕੋਈ ਮੇਰੇ ਖਿਆਲ ਮੁਤਾਬਕ ਇਹ ਮੇਰਾ ਪਰਸਨਲ ਓਪੀਨੀਅਨ ਹੈ ਕਿ ਉੱਦਾਂ ਦੀ ਕੋਈ ਉਮੀਦ ਨਹੀਂ ਜਿਹਦੇ ਵਿੱਚੋਂ ਉਹ ਕੋਈ ਆਸ਼ਾਵਾਦੀ ਗੱਲ ਕਰ ਪਾਵੇਗਾ। ਉਸ ਉਹ ਕਿਸੇ ਨੂੰ ਮੁਖਾਤਬ ਹੋਊ ਆਪਣੀ ਭਟਕਣਾਂ ਨੂੰ ਦੂਰ ਕਰਨ ਲਈ, ਆਪਣੀ ਪੇਨ ਨੂੰ ਦੂਰ ਕਰਨ ਲਈ। ਤੇ ਇਸ ਦੀ ਜਿਹੜੀ ਇਹ ਏਲੀਨੇਸ਼ਨ ਹੈ, ਜਿਹੜਾ ਇਹ ਇਕਲਾਪਾ ਹੈ, ਉਹ ਵੀ ਜਿਹੜਾ ਤੁਸੀਂ ਫਿਲੋਸਫੀਕਲ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਉਹ ਉਵੇਂ ਦਾ ਨਹੀਂ ਹੈਗਾ ਜਿਵੇਂ ਜਿਹੜਾ ਜਿਹਦੇ ਵੱਲ ਮਾਰਕਸ ਇਸ਼ਾਰਾ ਕਰਦਾ ਹੈ। ਜਦੋਂ ਮਾਰਕਸ ਦਾ ਜਿਹੜਾ ਆਈਡੀਆ ਆਫ ਏਲੀਨੇਸ਼ਨ ਹੈ ਉਹ ਬਹੁਤ ਡਿਫਰੈਂਟ ਹੈ। ਉਹ ਜਦੋਂ ਤੁਸੀਂ ਇੱਕ ਅਗਰੇਰੀਅਨ ਸੁਸਾਇਟੀ ਤੋਂ ਇੰਡਸਟਰੀਅਲ ਸੁਸਾਇਟੀ ਦੇ ਵਿੱਚ ਸ਼ਿਫਟ ਕਰਦੇ ਹੋ, ਉਹਦੇ ਵਿੱਚ ਜਿਹੜੀ ਵਰਕਿੰਗ ਕਲਾਸ ਹੈ, ਕਲਾਸ ਦੇ ਵਿੱਚ ਵਰਕਿੰਗ ਕਲਾਸ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਇਨ ਆਰਡਰ ਟੂ ਪ੍ਰੋਡਿਊਸ ਸਮਥਿੰਗ, ਜਦੋਂ ਉਹ ਆਪਣੀ ਚੇਤਨਾ ਹੀ ਗਵਾ ਬੈਠਦੇ ਨੇ, ਮਤਲਬ ਵੈਨ ਦੇ ਆਰ ਨਾਟ ਏਬਲ ਟੂ ਯੂ ਨੋ ਡਿਸਾਈਡ ਦੇਅਰ ਡੈਸਟੀਨੀ, ਉਹ ਇਹ ਐਲੀਨੇਸ਼ਨ ਹੈਗੀ ਹੈ। ਜਿਹੜੀ ਆਪਣੀ ਏਲੀਨੇਸ਼ਨ ਹੈ ਉਹ ਵੱਖਰੀ ਹੈ। ਆਪਣੀ ਏਲੀਨੇਸ਼ਨ ਦੇ ਵਿੱਚ ਆਪਾਂ ਚੇਤਨ ਹਾਂ, ਆਪਾਂ ਕੁਝ ਕਰਨਾ ਚਾਹੁੰਦੇ ਹਾਂ, ਆਪਾਂ ਨੂੰ ਇਹ ਪਤਾ ਹੈ ਕਿ ਅਸੀਂ ਘਿਰੇ ਹੋਏ ਹਾਂ, ਲੇਕਿਨ ਅਸੀਂ ਕੁਝ ਕਰ ਨਹੀਂ ਪਾ ਰਹੇ। ਉੱਥੇ ਚੇਤਨਾ ਵੀ ਨਹੀਂ ਹੈਗੀ। ਜਿਹੜੀ ਉਹ ਮਾਰਕਸ ਦੀ ਏਲੀਨੇਸ਼ਨ ਵਾਲੀ ਗੱਲ ਹੈ ਉਹ ਪੰਜਾਬੀ ਬੰਦੇ ਦੀ ਏਲੀਨੇਸ਼ਨ ਉਵੇਂ ਦੀ ਨਹੀਂ ਹੈਗੀ। ਜਿਵੇਂ ਮੈਂ ਜਿਹੜੀ ਮਾਰਕਸ ਦੀ ਏਲੀਨੇਸ਼ਨ ਹੈ ਉਹਨੂੰ ਫਿਰ ਮੈਂ ਗੱਲ ਇਹ ਕਹਾਂਗਾ ਕਿ ਜਿਹੜਾ ਵੱਡਾ ਲੇਖਕ ਹੈ ਉਹ ਕਿਸ ਤਰ੍ਹਾਂ ਉਸ ਆਈਡੀਆ ਨੂੰ ਥਰੂ ਲਿਟਰੇਚਰ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਕਸਿਮ ਗੋਰਕੀ ਦਾ ਨਾਵਲ ਹੈ ਮਾਂ, ਉਹਦਾ ਪਹਿਲਾ ਸੈਂਟੈਂਸ ਬਾ ਕਮਾਲ ਸੈਂਟੈਂਸ ਹੈ ਜਿਹਦੇ ਵਿੱਚ ਮਾਰਕਸ ਦੇ ਆਈਡੀਆ ਨੂੰ ਇੱਕ ਸੈਂਟੈਂਸ ਦੇ ਵਿੱਚ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ। ਜਸਟ ਯੂ ਨੋ ਇਟਸ ਅਮੇਜ਼ਿੰਗ। ਲੈਟ ਮੀ ਰੀਡ ਦੈਟ ਸੈਂਟੈਂਸ।
हर रोज कारखाने की सिटी किरतियां की वस्ती की धौंखी ठंडी हवा विच कंबदी हुई चीकदी ਅਤੇ ਇਹਦੇ ਬੁਲਾਵੇ ਦੀ ਤਾਬਿਆ ਗੁਸੈਲੇ ਲੋਕ ਜਿਨ੍ਹਾਂ ਦੇ ਅੰਗਾਂ ਨੂੰ ਅਜੇ ਨੀਂਦ ਨੇ ਨਰਵਾ ਨਹੀਂ ਸੀ ਕੀਤਾ ਆਪਣੇ ਨਿੱਕੇ ਭੂਰੇ ਮਕਾਨਾਂ ਵਿੱਚੋਂ ਡਰੇ ਹੋਏ ਕਾਕਰੋਚਾਂ ਵਾਂਗ ਰਿੜਦੇ ਹੋਏ ਬਾਹਰ ਆਉਂਦੇ ਇਹ ਐਲੀਨੇਸ਼ਨ ਉਹ ਐਲੀਨੇਸ਼ਨ ਪੰਜਾਬੀ ਬੰਦੇ ਦੀ ਐਲੀਨੇਸ਼ਨ ਇਹ ਨਹੀਂ ਹੈ ਪੰਜਾਬੀ ਬੰਦੇ ਦੀ ਐਲੀਨੇਸ਼ਨ ਹੈ ਕਿ ਉਹ ਚੇਤਨ ਹੈ ਖਾਸ ਕਰਕੇ ਜਿਹੜਾ ਕਵਿਤਾ ਨਾਲ ਤੇ ਸਾਹਿਤ ਨਾਲ ਤੇ ਪੜ੍ਹਨ ਲਿਖਣ ਨਾਲ ਜੁੜਿਆ ਹੋਇਆ ਉਹਦੀ ਐਲੀਨੇਸ਼ਨ ਇਸ ਗੱਲ ਦੇ ਵਿੱਚ ਹੈ ਕਿ ਉਹਨੂੰ ਮੌਕਾ ਨਹੀਂ ਮਿਲ ਰਿਹਾ ਉਹ ਕੰਮ ਕਰਨ ਲਈ ਤਿਆਰ ਹੈ ਉਹ ਆਪਣੀ ਜਿਹੜੀ ਡੈਸਟੀਨੀ ਹੈ ਉਹਨੂੰ ਡਿਟਰਮਿਨ ਕਰਨ ਲਈ ਉਸਨੂੰ ਤਿਆਰ ਹੈ ਉਸਨੂੰ ਨਿਰਧਾਰਿਤ ਕਰਨ ਦੇ ਲਈ ਲੇਕਿਨ ਉਹਦੇ ਕੋਲੇ ਸਾਧਨ ਨਹੀਂ ਹੈਗੇ ਉਹ ਤਾਂ ਫਸਿਆ ਮਹਿਸੂਸ ਕਰ ਰਿਹਾ ਹੈ ਤੇ ਜਦੋਂ ਜਿਹੜੀਆਂ ਸੁਸਾਇਟੀਜ਼ ਨੇ ਮਟੀਰੀਅਲ ਪੀਰੀਅਡ ਤੋਂ ਮਾਡਰਨ ਪੀਰੀਅਡ ਦਾ ਜਿਹੜਾ ਸਫ਼ਰ ਹੈ ਉਹ ਬਹੁਤ ਔਰਗੈਨਿਕ ਢੰਗ ਨਾਲ ਕੀਤਾ ਹੈ ਉਹਨਾਂ ਦੀ ਕਵਿਤਾ ਥੋੜ੍ਹੀ ਜਿਹੀ ਹੋਰ ਤਰ੍ਹਾਂ ਦੀ ਹੈ ਜਦੋਂ ਆਪਣੇ ਪੇਰੈਂਟਸ ਨੂੰ ਮੁਖਾਤਬ ਹੁੰਦੇ ਆ ਆਪਣੀ ਮਾਂ ਨੂੰ ਮੁਖਾਤਬ ਹੁੰਦੇ ਆ ਆਪਣੇ ਪਿਤਾ ਨੂੰ ਮੁਖਾਤਬ ਹੁੰਦੇ ਆ ਤਾਂ ਉਹਨਾਂ ਲਈ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਰਿਲੇਸ਼ਨਸ਼ਿਪ ਹੈ ਪਰ ਸਾਡੇ ਲਈ ਉਹ ਥੋੜ੍ਹਾ ਜਿਹਾ ਹੋਰ ਹੈ ਕਿਉਂਕਿ ਉੱਥੇ ਬਾਹਰ ਡਿਊ ਟੂ ਮੋਡਰਨਿਟੀ ਏਦਾਂ ਦੀਆਂ ਕਦਰਾਂ ਕੀਮਤਾਂ ਨੇ ਜਿੱਥੇ ਤੁਹਾਨੂੰ ਘਰ ਬਹੁਤ ਘੁੱਟਣ ਮਹਿਸੂਸ ਜਿੱਥੇ ਘਰ ਦੇ ਵਿੱਚ ਤੁਹਾਨੂੰ ਬਹੁਤ ਘੁੱਟਣ ਮਹਿਸੂਸ ਹੁੰਦੀ ਹੈ ਤੁਸੀਂ ਬਾਹਰ ਜਾ ਕੇ ਸੈਲੀਬ੍ਰੇਟ ਕਰਨਾ ਚਾਹੁੰਦੇ ਹੋ ਕਿਉਂਕਿ ਬਾਹਰ ਤੁਹਾਡੇ ਲਈ ਉਹਨਾਂ ਦਾ ਸਪੇਸ ਹੈ ਤੇ ਉਹਦੇ ਵਿੱਚ ਮੈਂ ਇੱਕ ਅਮੈਰੀਕਨ ਪੋਇਟ ਹੈ ਸਿਲਵੀਆ ਪਲਾਥ ਉਹਦੀ ਕਵਿਤਾ ਮੇਰੇ ਜ਼ਿਹਨ 'ਚ ਆ ਰਹੀ ਸੀ ਡੈਡੀ ਉਹ ਲਿਖਦੀ ਹੈ ਕਿ ਯੂ ਡੋਂਟ ਡੂ ਐਨੀ ਮੋਰ ਬਲੈਕ ਸ਼ੂ ਇਨ ਵਿੱਚ ਆਈ ਹੈਵ ਲਿਵਡ ਲਾਈਕ ਅ ਫੁੱਟ ਫੋਰ 30 ਈਅਰਸ ਫ੍ਰੈਂਡ ਵਾਈਡ ਕੇਅਰਲੀ ਡੇਅਰਿੰਗ ਟੂ ਬਰੀਦ ਔਰ ਐਚੂ ਇਹ ਲੱਗਦਾ ਹੈ ਕਿ ਜ਼ਿੰਦਗੀ ਦੇ 30 ਵਰੇ ਜਿਹੜੇ ਉਹਨੇ ਘਰ 'ਚ ਗੁਜ਼ਾਰੇ ਉਹ ਐਵੇਂ ਲੱਗੇ ਕਿ ਜਿਵੇਂ ਪੈਰ ਆਪਾਂ ਕਿਸੇ ਜੁੱਤੇ ਦੇ ਵਿੱਚ ਨਰੜਿਆ ਹੁੰਦਾ ਤੇ ਉਹ ਆਪਣੇ ਡੈਡੀ ਨੂੰ ਮੁਖਾਤਬ ਹੁੰਦੀ ਹੈ ਇੱਕ ਮੈਂ ਤੁਹਾਨੂੰ ਇਹ ਅਮੈਰੀਕਨ ਪੋਇਟ ਹੈ ਕਿ ਇੰਗਲਿਸ਼ ਪੋਇਟ ਫਿਲਿਪ ਲਾਕਿਨ ਦੀ ਕਵਿਤਾ ਸੁਣਾਉਣਾ ਮੈਂ ਇੱਕ ਸ਼ਬਦ ਲਈ ਮਾਫੀ ਚਾਹੁੰਦਾ ਪਰ ਐਥੀਕਲੀ ਮੈਂ ਇਹਨੂੰ ਸਕਿਪ ਨਹੀਂ ਕਰ ਸਕਦਾ ਮੈਨੂੰ ਇਹ ਸ਼ਬਦ ਵਰਤਣਾ ਪੈਣਾ ਇਟਸ ਮਾਈ ਯੂ ਨੋ ਐਥੀਕਲ ਡਿਊਟੀ ਟੂ ਰੀਡ ਦ ਫੁੱਲ ਪੋਇਮ ਔਰ ਦ ਫੁੱਲ ਸਟੈਂਜਾ ਉਹਦੇ ਵਿੱਚ ਆਪਣੇ ਪੇਰੈਂਟਸ ਨੂੰ ਲਿਖਦਾ ਹੈ ਕਿ They fuck you up, your mom and dad. They may not mean to, but they do. They fill you with the faults they had and add some extra just for you. ਉੱਥੇ ਹੁਣ ਸੁਸਾਇਟੀ ਦੇ ਵਿੱਚ ਕਿਉਂਕਿ ਸਪੇਸ ਹੈ ਸੁਸਾਇਟੀ ਦੇ ਵਿੱਚ ਕਦਰਾਂ ਕੀਮਤਾਂ ਐਵੇਂ ਨੇ ਤੁਹਾਨੂੰ ਘਰ ਦੇ ਵਿੱਚ ਘੁੱਟਣ ਮਹਿਸੂਸ ਹੁੰਦੀ ਹੈ ਇੱਥੇ ਇਹ ਗੱਲ ਉਲਟ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਘੁੱਟਿਆ ਹੋਇਆ ਮਹਿਸੂਸ ਕਰੋਗੇ ਇੱਥੇ ਫਿਰ ਜਿੱਥੇ ਤੁਸੀਂ ਸੁਪਨਾ ਆਪਣੇ ਸਾਕਾਰ ਕਰਨ ਲਈ ਆਏ ਹੋਏ ਹੋ ਤੁਸੀਂ ਉਹ ਸਪੇਸ ਛੱਡ ਕੇ ਵੀ ਫਿਰ ਪਿੰਡ ਵਾਪਸ ਜਾਣਾ ਚਾਹੁੰਦੇ ਹੋ ਤੁਹਾਨੂੰ ਹੋਰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਹੈਗੀ ਤੇ ਇਸ ਦੇ ਵਿੱਚ ਜਿਵੇਂ ਇੱਕ ਹੋਰ ਕਵਿਤਾ ਮੇਰੇ ਇਹ ਗੁਰਪ੍ਰੀਤ ਨੇ ਲਿਖੀ ਹੈ ਚਿੰਤਾ ਕਿ ਧੜ ਨਾਲੋਂ ਸਿਰ ਲੱਥ ਗਿਆ ਹੱਥੀ ਆਪਣੇ ਪੈਰ ਚੁੱਕੀ ਫਿਰਦਾ ਹਾਂ ਡਾਢੀ ਚਿੰਤਾ ਹੈ ਮੈਨੂੰ ਆਉਣ ਵਾਲੀ ਨਸਲ ਦੀ ਸੇਮ ਗੱਲ ਕਿ ਉਹੀ ਉਸੇ ਗੱਲ ਨਾਲ ਜੂਝ ਰਿਹਾ ਹੈ ਕਿ ਜਿਸ ਤੋਂ ਉਹ ਮੁਕਤ ਹੋਣ ਦੇ ਲਈ ਸ਼ਹਿਰ ਵੱਲ ਆਇਆ ਸੀ ਤੇ ਇੱਕ ਕਵਿਤਾ ਹੋਰ ਹੈ ਕਿ ਬੰਦਾ ਕਿੱਦਾਂ ਜਿਹੜਾ ਹੈ ਉਹ ਆਪਣੇ ਆਪ ਨੂੰ ਬਿਲਕੁਲ ਮਰਿਆ ਹੋਇਆ ਮਹਿਸੂਸ ਕਰਦਾ ਜਿਹਨੂੰ ਆਪਾਂ ਜਿਉਂ ਦੀ ਲਾਸ਼ ਕਹਿ ਦਿੰਦੇ ਹਾਂ ਕਿ ਬੰਦਾ ਏਦਾਂ ਆਪਣੇ ਆਪ ਨੂੰ ਉਹ ਪਲ 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 ਜਿਹੜਾ ਹੈ ਮਰ ਰਿਹਾ ਹੈ ਤੇ ਉਸਦੀ ਵਿੱਚ ਕਵਿਤਾ just one minute it's okay yeah hanji hanji ek minute ji ek kavita da title hai man di maut mainu maran di saazish na kad unj hi mar javanga bas mar hi ta reha kyunki main sochan wale purkhyan di aakhri aulaad ha ਪੰਜਾਬੀ ਬੀਂਗਾ ਪੰਜਾਬੀ ਜਦੋਂ ਅਸੀਂ ਇਹ ਪੜ੍ਹਦੇ ਹਾਂ ਤੇ ਸਾਨੂੰ ਕਿੰਨੇ ਇਹ ਨਿਰਾਸ਼ ਕਰਦੀ ਹੈ ਗੱਲ ਇਹ ਪੜ੍ਹਨਾ ਤੁਹਾਨੂੰ ਇੱਕ ਵਾਰ ਤੁਸੀਂ ਰੁਕ ਜਾਂਦੇ ਹੋ ਕਿਉਂਕਿ ਮੈਂ ਸੋਚਣ ਵਾਲੇ ਪੁਰਖਿਆਂ ਦੀ ਆਖਰੀ ਔਲਾਦ ਹਾਂ ਰਫਤਾ ਰਫਤਾ ਰੇਜ਼ਾ ਰੇਜ਼ਾ ਦਮ 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 ਬਦਮ ਬਸ ਮਰ ਹੀ ਤਰੇ ਹਾਂ ਤੇ ਇਹ ਕਵਿਤਾ ਮਸਤ ਜੋ ਮੈਂ ਗੱਲ ਪਹਿਲਾਂ ਕਹੀ ਕਿ ਪੋਇਟਰੀ ਜੋ ਪੋਇਟ ਹੈ ਉਹ ਕਿਸ ਸਿਚੁਏਸ਼ਨ ਦੇ ਵਿੱਚੋਂ ਗੱਲ ਕਰ ਰਹੇ ਹੈ
ਜਦੋਂ ਉਸ ਤੱਕ ਨਹੀਂ ਪਹੁੰਚ ਪਾਵਾਂਗੇ ਫਿਰ ਆਪਾਂ ਆਪਣੇ ਸਮਾਜ ਦੇ ਵਿੱਚ ਕੀ ਵਾਪਰ ਰਿਹਾ ਉਸਨੂੰ ਨਹੀਂ ਸਮਝ ਪਾਵਾਂਗੇ। ਤੇ ਹਿਸਟਰੀ ਪੜ੍ਹੋਗੇ ਹਿਸਟਰੀ ਵਿੱਚ ਇਹ ਗੱਲ ਨਹੀਂ ਆਊਗੀ ਕਿ ਬੰਦਾ ਹਰ ਰੋਜ਼ ਕਿਵੇਂ ਮਰ ਰਿਹਾ, ਇੱਕ ਜਿਉਂਦਾ ਬੰਦਾ ਆਪਣੇ ਆਪ ਨੂੰ ਕਿੱਦਾਂ ਮਹਿਸੂਸ ਕਰ ਰਿਹਾ, ਕਿਵੇਂ ਮਰ ਰਿਹਾ। ਹਿਸਟੋਰੀਕਲ ਡਿਸਕੋਰਸ ਦੇ ਵਿੱਚ ਇਹ ਗੱਲ ਨਹੀਂ ਆਵੇਗੀ, ਉਹਦੀ ਆਪਣੀ ਇੱਕ ਲਿਮਿਟੇਸ਼ਨ ਹੈ, ਉਹਦੀ ਆਪਣੀ ਇੱਕ ਸਪੈਸੀਫਿਸਿਟੀ ਹੈ। ਤੇ ਇਹ ਕਵਿਤਾ ਐਵੇਂ ਹੈ। ਅੱਛਾ, ਇਸ ਇਸ ਕਵਿਤਾ ਇਸ ਇਹ ਨਹੀਂ ਕਿ ਪਹਿਲੀ ਵਾਰੀ ਏਦਾਂ ਯੂਜ਼ ਹੋਇਆ ਹੈਗਾ, ਜਦੋਂ ਤੁਸੀਂ ਜਿਵੇਂ ਮੈਨੂੰ ਇਮਤੋਜ਼ ਬਹੁਤ ਮੁਤਾਸਰ ਕਰਦਾ ਕਿਉਂਕਿ ਉਸਨੇ ਬਹੁਤ ਸ਼ਿੱਦਤ ਨਾਲ ਇਹ ਇਸ ਆਈਡੀਆ ਨੂੰ ਪਕੜਿਆ। ਤੇ ਇਮਤੋਜ਼ ਦੀ ਇੱਕ ਮੈਂ ਥੋੜ੍ਹੀ ਇਸੇ ਕਿਉਂਕਿ ਉਹ ਇਸੇ ਮੈਟਾਫਰ ਦੇ ਵਿੱਚ ਗੱਲ ਕਰਦਾ, ਇੱਕ ਹੋਰ ਕਵਿਤਾ ਮੈਨੂੰ ਪੜ੍ਹਨ ਦਿਓ ਤੇ ਇੱਕ ਕਵਿਤਾ ਗੁਰਪ੍ਰੀਤ ਆਪਾਂ ਪਹਿਲਾਂ ਹੋਰ ਪੜ੍ਹ ਲਈਏ ਤੇ ਫਿਰ ਉਹ ਦੋ ਇਕੱਠੀਆਂ ਹੀ ਗੱਲਾਂ ਹੋ ਜਾਣਗੀਆਂ। ਤੇ ਇਹ ਕਵਿਤਾ ਜਿਹੜੀ ਹੈਗੀ ਹੈ ਵੀਹ ਰੁਪਏ, ਵੀਹ ਰੁਪਏ ਬੇਸਿਕਲੀ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹ ਘਰੋਂ ਵੀਹ ਰੁਪਏ ਲੈ ਕੇ ਤੁਰਦੇ ਆ, ਤੇ ਪੰਜਾਬੀ ਬੰਦਾ ਜਿਹੜਾ ਉਹਨਾਂ ਜੋ ਵੀ ਪੰਜਾਬੀ ਬੰਦਾ ਉਹਨਾਂ ਨੂੰ ਮੁਰਸ਼ਦੇ ਕਾਮਿਲ ਮੰਨਦਾ ਤੇ ਉਹ ਮਹਿਸੂਸ ਕਰਦਾ ਕਿ ਮੈਂ ਵੀ ਉਹਨਾਂ ਰਾਹਾਂ ਤੇ ਹੀ ਤੁਰਾਂ ਜਿਹਨਾਂ ਤੇ ਮੇਰੇ ਪੁਰਖੇ ਤੁਰੇ। ਤੇ ਇਹ ਕਵਿਤਾ ਹੈ ਵੀਹ ਰੁਪਏ। ਮਾਂ ਮੈਨੂੰ ਘਰੋਂ ਤੁਰਨ ਵੇਲੇ ਵੀਹ ਰੁਪਏ ਦਿੰਦੀ, ਵੀਹ ਰੁਪਏ ਬੋਝੇ ਪਾ ਯਾਤਰਾ ਤੇ ਨਿਕਲ ਆਇਆ, ਤੁਰਦਿਆਂ ਤੁਰਦਿਆਂ ਖਿਆਲ ਆਉਂਦਾ ਹੈ ਕਿ ਆਪਣੇ ਆਦ ਬਾਬੇ ਦੀਆਂ ਪੈੜਾਂ ਚ ਪੈਰ ਧਰਨ ਦਾ ਜੇਰਾ ਹੈ ਮੇਰੇ ਅੰਦਰ ਸਵਾਲ। ਫਿਰ ਉਸ ਗੱਲ ਦੇ ਵਿੱਚ ਕਵੀ ਉਲਝ ਗਿਆ ਕਿ ਮੇਰੇ ਕੋਲ ਉਨੀ ਕੈਪੈਸਿਟੀ ਉਨੀ ਸਟਰੈਂਥ ਹੈ ਕਿ ਮੈਂ ਉਸੇ ਤਰ੍ਹਾਂ ਹੀ ਤੁਰ ਪਾਵਾਂ। ਤੇ ਐਵੇਂ ਦੇ ਹੀ ਮੈਟਾਫਰ ਦੇ ਵਿੱਚ ਇਮਤੋਜ਼ ਆਪਣੀ ਕਵਿਤਾ ਲਿਖਦਾ, ਅੰਦਰ ਕੋਈ ਨਹੀਂ, ਮੇਰੀ ਮਾਂ ਨੂੰ ਸੀ ਇਹ ਧੋਖਾ, ਮੈਂ ਪਹਿਲੇ ਦਿਨ ਹੀ ਪਾਂਧੇ ਨੂੰ ਪੜ੍ਹਾ ਕੇ ਪਰਤ ਆਵਾਂਗਾ। ਉਹ ਨਹੀਂ ਸੀ ਜਾਣਦੀ ਕਿ ਆਦਮ ਸ਼ਹਿਰ ਕਿ ਆਦਮਖੋਰ ਸ਼ਹਿਰਾਂ ਵਿੱਚ ਵਿਦਿਆਲਿਆ ਨਹੀਂ ਅੱਜ ਕੱਲ੍ਹ, ਕਿ ਆਦਮਖੋਰ ਸ਼ਹਿਰਾਂ ਵਿੱਚ ਮਹਿਜ਼ ਪ੍ਰਮਾਣ ਪੱਤਰ ਛਾਪਣ ਦੀਆਂ ਸਵੈ ਚਾਲਕ ਮਸ਼ੀਨਾਂ ਹਨ। ਜੇ ਇਹਨਾਂ ਜਾਣਦੀ ਤਾਂ ਉਸ ਮੈਨੂੰ ਵਰਜ ਦੇਣਾ ਸੀ। ਤੇ ਉਹ ਹੁਣ ਸਾਰੇ ਪਾਸੇ ਜੋ ਬੰਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਿਹਾ ਹੈ ਉਹਦੇ ਲਈ ਇੱਕ ਸੁਪਨਾ ਸਾਕਾਰ ਕਰਨ ਦਾ ਉਸਦੇ ਮਨ ਚ ਚਾਅ ਹੈ, ਲੇਕਿਨ ਉਹ ਚਾਹ ਨੂੰ ਪੰਜਾਬੀ ਕਵੀਆਂ ਨੇ ਬੜੀ ਸ਼ਿੱਦਤ ਦੇ ਨਾਲ ਅੱਜ ਤੋਂ 40 ਸਾਲ ਪਹਿਲਾਂ 50 ਸਾਲ ਪਹਿਲਾਂ ਫੜ ਲਿਆ। ਕਸੂਰ ਸਾਡਾ ਇਹ ਰਿਹਾ ਕਿ ਅਸੀਂ ਉਸ ਗੱਲ ਨੂੰ ਪਕੜ ਨਹੀਂ ਪਾਏ, ਜੇ ਅਸੀਂ ਉਸਨੂੰ ਪਕੜਦੇ ਆਪਾਂ ਇਕੱਠੇ ਹੋ ਕੇ ਬੈਠਣਾ ਸੀ ਤੇ ਇਸ ਗੱਲ ਦਾ ਕੋਈ ਆਂਸਰ ਤਾਂ ਨਹੀਂ ਹੋ ਸਕਦਾ, ਲੇਕਿਨ ਉਹ ਸਵਾਲ ਨੂੰ ਮੁਖਾਤਬ ਨਾ ਹੋਣਾ ਹੀ ਆਪਣੇ ਆਪ ਦੇ ਵਿੱਚ ਇੱਕ ਕਮੀ ਰਹਿ ਗਈ। ਤੇ ਮੈਂ 2 ਮਿੰਟ ਹੋਰ ਲਵਾਂਗਾ ਇਸ ਸਾਰੀ ਗੱਲ ਨੂੰ ਸਮਾਪਤ ਕਰਨ ਦੇ ਲਈ। ਇਹ ਠੀਕ ਹੈ ਕਿ ਇੱਕ ਚੇਤਨ ਵਿਅਕਤੀ ਹੈ ਉਹਦੇ ਅੰਦਰ ਉਹ ਇਸ ਗੱਲ ਪੁੱਛ ਰਿਹਾ ਹੈ ਕਿ ਜੋ ਉਹਦੀ ਪੇਨ ਹੈ ਉਸਨੂੰ ਕਨਵੇ ਕਿੱਦਾਂ ਕਰੇ, ਉਹ ਥਰੂ ਪੋਇਟਰੀ ਕਰ ਸਕਦਾ ਹੈ, ਉਹ ਥਰੂ ਸਟੋਰੀਜ਼ ਕਰ ਸਕਦਾ ਹੈ, ਉਹ ਨਾਵਲ ਕਰ ਸਕ ਉਹ ਨਾਵਲ ਦੇ ਥਰੂ ਕਰ ਸਕਦਾ ਹੈ, ਪੇਂਟਿੰਗ ਬਣਾ ਸਕਦਾ ਹੈ, ਜਾਂ ਆਰਟ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਫਾਰਮਸ ਨੇ ਉਹਦੇ ਥਰੂ ਉਹ ਆਪਣੀ ਜਿਹੜੀ ਪੇਨ ਹੈ ਉਹਨੂੰ ਐਕਸਪ੍ਰੈਸ ਕਰ ਸਕਦਾ ਹੈ। ਤੇ ਪਰ ਇਹਦੇ ਵਿੱਚ ਜੇ ਤੁਸੀਂ ਕਾਹਲ ਕਰਕੇ ਇਹ, ਕਿਉਂਕਿ ਮੈਂ ਯੰਗ ਹਾਂ ਤੇ ਮੈਂ ਇਹ ਮੇਰੇ ਆਪਾਂ ਸਾਰੇ ਜਿਹੜੋ ਹਮ ਉਮਰ ਹਾਂ, ਇਹਦੇ ਵਿੱਚ ਉਹ ਇੱਕ ਕਾਹਲ ਤੁਹਾਨੂੰ ਬੈਸਟ ਤੋਂ ਬੈਟਰ ਦੀ ਕੈਟਾਗਰੀ ਚ ਲੈ ਕੇ ਆ ਸਕਦੀ ਹੈ, ਬੈਟਰ ਤੋਂ ਐਵਰੇਜ। ਇਹਦੇ ਵਿੱਚ ਕਾਹਲ ਨਹੀਂ ਮੈਟਰ ਕਰਦੀ, ਜਦੋਂ ਇਹ ਆਈਡੀਆ ਆਈਡੀਆ ਨੇ ਟਾਈਮ ਲੈਣਾ, ਇਹ ਬਿਓਂਡ ਟਾਈਮ ਜਾਣ ਦੀ ਗੱਲ ਹੈ ਕਿ ਤੁਸੀਂ ਇਸ ਗੱਲ ਨਾਲ ਜੂਝ ਰਹੇ ਹੋ, ਲੇਕਿਨ ਕਾਹਲ ਦੇ ਵਿੱਚ ਤੁਸੀਂ ਕਵਿਤਾ ਐਵੇਂ ਦੀ ਲਿਖ ਗਏ, ਉਹ ਉਸਨੇ ਕਵਿਤਾ ਨੇ ਮਰ ਉਸ ਆਈਡੀਆ ਨੇ ਮਰ ਜਾਣਾ, ਤੁਸੀਂ ਉਸ ਨਾਲ ਜਸਟਿਸ ਨਹੀਂ ਕਰ ਪਾਏ। ਤੇ ਜਦੋਂ ਵੀ ਮੈਂ ਇਹ ਗੱਲ ਕਹਿਣਾ ਕਿ ਜਦੋਂ ਥਰੂ ਆਰਟ ਤੁਸੀਂ ਉਸ ਗੱਲ ਨੂੰ ਪ੍ਰੈਜੈਂਟ ਕਰਨਾ ਚਾਹੁੰਦੇ ਹੋ, ਫਿਰ ਉਸਦੇ ਵਿੱਚ ਇਹ ਨਾ ਸੋਚੋ ਕਿ ਇਹ ਇੱਕ ਮਹੀਨਾ ਲੱਗਣਾ ਹੈ, 5 ਸਾਲ ਲੱਗਣੇ ਜਾਂ 10 ਸਾਲ ਲੱਗਣੇ, ਕਿਉਂਕਿ ਇਹ ਇੱਕ 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 ਲੰਮਾ ਪ੍ਰਸਿਊਟ ਹੈ, ਲਾਈਫ ਲੌਂਗ ਪ੍ਰਸਿਊਟ ਹੈਗਾ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਐਸੋਸੀਏਟ ਕਰਦੇ ਹੋ। ਜਿਵੇਂ ਰਿਲਕੇ ਐਂਡ ਦੇ ਵਿੱਚ ਮੈਂ ਰਿਲਕੇ ਦੀਆਂ ਲਾਈਨਾਂ ਪੜ੍ਹਦਾ, ਉਹ ਲਿਖਦਾ ਕਿ ਈਅਰ ਡਜ਼ਨਟ ਮੈਟਰ ਐਂਡ 10 ਈਅਰਸ ਆਰ ਨਥਿੰਗ, ਬੀਂਗ ਐਨ ਆਰਟਿਸਟ ਮੀਨਸ ਨਾਟ ਨੰਬਰਿੰਗ ਐਂਡ ਕਾਊਂਟਿੰਗ ਬਟ ਰਾਈਪਨਿੰਗ ਲਾਈਕ ਅ ਟ੍ਰੀ। ਜਿਵੇਂ ਇੱਕ ਦਰਖਤ ਵੱਡਾ ਹੁੰਦਾ ਹੈ, ਉਹ ਆਰਟਿਸਟ ਦਾ ਪ੍ਰਸਿਊਟ ਏਦਾਂ ਦਾ ਹੋਣਾ ਚਾਹੀਦਾ। ਅਸੀਂ ਸਾਰੀਆਂ ਗੱਲਾਂ ਨਾਲ ਜੂਝ ਰਹੇ ਹਾਂ ਜਿਹੜੀਆਂ ਗੱਲਾਂ ਮੈਂ ਪਿੱਛੇ ਕੀਤੀਆਂ, ਕਿ ਪੰਜਾਬ ਨੂੰ ਇਸ ਹੋਣੀ ਦੇ ਵਿੱਚੋਂ ਜਿੱਥੇ ਦਿਨ ਬ ਦਿਨ ਇਹ ਕ੍ਰਾਈਸਿਸ ਹੋਰ ਵੱਧ ਰਿਹਾ ਹੈ ਕਿ ਲਾਈਫ ਇੰਨੀ ਤੇਜ਼ ਹੋ ਗਈ, ਆਧੁਨਿਕਤਾ ਜੋ ਸਿਰਜੀ ਜਾਣੀ ਸੀ ਉਹ ਉਸ ਰੂਪ ਵਿੱਚ ਨਹੀਂ ਸਿਰਜੀ ਗਈ, ਮੋਰਓਵਰ ਕਿ ਜਦੋਂ ਹੁਣ ਆਪਾਂ ਪੋਸਟ ਮਾਡਰਨ ਇਰਾ ਕਹਿ ਦਿੰਦੇ ਹਾਂ, ਜੇ ਆਪਾਂ ਮੰਨ ਲਈਏ ਜੇ ਆਪਾਂ ਗੱਲ ਨੂੰ
ਤੇ ਉਹਦੇ ਵਿੱਚ ਹੋਰ ਹੇਸਟ ਤੇ ਹੋਰ ਚੀਜ਼ਾਂ ਦੀ ਗਤੀ ਵੱਧ ਗਈ ਤੇ ਉਹ ਇਸ ਕ੍ਰਾਈਸਿਸ ਨੇ ਤਾਂ ਪੈਦਾ ਹੋਣਾ ਹੀ ਹੈ ਪੰਜਾਬੀ ਬੰਦੇ ਕੋਲ ਇਹਦਾ ਕੋਈ ਹੱਲ ਨਹੀਂ ਲੇਕਿਨ ਜਦੋਂ ਤੁਸੀਂ ਉਸਨੂੰ ਪ੍ਰੈਜੈਂਟ ਕਰਨਾ ਹੈਗਾ ਉਹਦੇ ਵਿੱਚ ਕਾਲ ਨਾ ਹੋਵੇ ਨਹੀਂ ਤੇ ਫਿਰ ਕਿਤਾਬਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਤੇ ਬੜਾ ਕੁਛ ਲਿਖਿਆ ਜਾ ਰਿਹਾ ਉਸਦੇ ਵਿੱਚ ਇੱਕ ਠਹਿਰਾਅ ਹੋਵੇ ਉਸ ਵਿੱਚ ਇੱਕ ਗਹਿਰਾਈ ਹੋਵੇ ਤੁਸੀਂ ਉਸ ਗੱਲ ਨੂੰ ਤਫਸੀਲ ਨਾਲ ਸਮਝਣਾ ਸਿੱਖੋ ਤੇ ਉਸਨੂੰ ਪ੍ਰੈਜੈਂਟ ਕਰਨਾ ਸਿੱਖੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਦੁਆਰਾ ਤੇ ਗੁਰਪ੍ਰੀਤ ਨੂੰ ਸ਼ੁਭ ਇਸ਼ਾਵਾਂ ਤੇ ਸ਼ੁਭ ਕਾਮਨਾਵਾਂ ਕਿ ਇਸ ਤੇ ਜੋ ਵੀ ਚਰਚਾ ਹੁੰਦੀ ਹੈ ਮੈਨੂੰ ਲੱਗਦਾ ਇਹ ਕਵੀ ਦਾ ਇਹ ਕੰਮ ਨਹੀਂ ਹੁੰਦਾ ਕਿ ਉਸ ਤੇ ਕਿੱਦਾਂ ਦੀ ਚਰਚਾ ਹੁੰਦੀ ਹੈ ਉਹ ਆਪਣਾ ਕੰਮ ਜਾਰੀ ਰੱਖੇ ਉਹ ਆਪਣਾ ਆਪਣੀ ਆਪਣੀ ਕਲਮ ਨੂੰ ਰੁਕਣ ਨਾ ਦੇਵੇ ਤੇ ਇਹ ਉਹਦੀ ਸ਼ੁਰੂਆਤ ਹੈ ਤੇ ਮੈਂ ਉਮੀਦ ਕਰਦਾ ਕਿ ਇਹ ਹੋਰ ਵੀ ਸੋਹਣੇ ਰੂਪ ਦੇ ਵਿੱਚ ਹੋਰ ਵੀ ਸੂਖਮਤਾ ਦੇ ਨਾਲ ਹੋਰ ਵੀ ਸ਼ਿੱਦਤ ਦੇ ਨਾਲ ਉਹ ਗੱਲਾਂ ਜਿਹਨਾਂ ਨਾਲ ਇਹ ਜੂਝ ਰਿਹਾ ਇਹ ਲੈ ਕੇ ਆਊਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਹਰਵੀਰ ਹਰਵੀਰ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਦੋਂ ਮੈਂ ਇੰਟਰਸੈਕਸ਼ੁਅਲਿਟੀ ਦੀ ਗੱਲ ਕਰ ਰਹੀ ਸੀਗੀ ਔਰ ਜਿਹੜੀਆਂ ਸਮੱਸਿਆਵਾਂ ਦੇ ਨਾਲ ਅਸੀਂ ਜੂਝ ਰਹੇ ਹਾਂ ਚਾਹੇ ਉਹ ਸਾਡੇ ਸਮਾਜਿਕ ਸਰੋਕਾਰ ਨੇ ਜਾਂ ਰਾਜਨੀਤਿਕ ਸਰੋਕਾਰ ਨੇ ਹਰਵੀਰ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੈਨੂੰ ਲੱਗਦਾ ਉਹਨਾਂ ਦੇ ਨਾਲ ਜਸਟਿਸ ਕੀਤਾ ਔਰ ਜਦੋਂ ਗੁਰਪ੍ਰੀਤ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਬੜੀ ਛੋਟੀ ਜਿਹੀ ਪੁਸਤਕ ਦੇ ਵਿੱਚ ਲਿਆਉਂਦਾ ਆ ਤੇ ਮੈਨੂੰ ਲੱਗਦਾ ਵੀ ਇਹ ਪੁਸਤਕ ਦੇ ਆਉਣ ਦੇ ਪਿੱਛੇ ਵੀ ਇੱਕ ਬਹੁਤ ਲੰਬਾ ਸਫ਼ਰ ਆ ਜਿਵੇਂ ਗੁਰਪ੍ਰੀਤ ਕਹਿੰਦਾ ਕਿ ਮੇਰੇ 30 ਸਾਲ ਦਾ ਇਹ ਸਫ਼ਰ ਆ ਜਿਹੜਾ ਉਹਨੇ ਇਹਦੇ ਵਿੱਚ ਬਿਆਨ ਕੀਤਾ ਔਰ ਇੱਕ ਉਸ ਤਰ੍ਹਾਂ ਦੀ ਸਥਿਤੀਆਂ ਦੇ ਵਿੱਚੋਂ ਨਿਕਲ ਕੇ ਜਿਹੜੀ ਕਿ ਸਾਡਾ ਪੇਂਡੂ ਸਮਾਜ ਜਿਹਨੂੰ ਮੈਂ ਕਹਿ ਦਿੰਦੀ ਹਾਂ ਉਹਦੇ ਵਿੱਚੋਂ ਨਿਕਲ ਕੇ ਜਦੋਂ ਮਹਾਂਨਗਰ ਦੇ ਵਿੱਚ ਆ ਕੇ ਉਹ ਸਥਾਪਿਤ ਦੀ ਕੋਸ਼ਿਸ਼ ਕਰਦਾ ਆ ਕਿ ਮੈਂ ਇੱਥੇ ਆਪਣੇ ਭਵਿੱਖ ਨੂੰ ਦੇਖਦਾ ਪਰ ਹਾਲਾਤ ਉਹੀ ਨੇ ਕਿ ਸਾਡੇ ਵਿਰੋਧੀ ਨੇ ਹਨਾ ਚਾਹੇ ਅਸੀਂ ਸਰਕਾਰਾਂ ਦੀ ਗੱਲ ਕਰ ਲਈਏ ਚਾਹੇ ਅਸੀਂ ਸਿਸਟਮ ਦੀ ਗੱਲ ਕਰ ਲਈਏ ਉਹ ਕੋਈ ਵੀ ਸਾਨੂੰ ਸਪੋਰਟ ਨਹੀਂ ਕਰ ਰਿਹਾ ਤੇ ਬਿਲਕੁਲ ਜਿਵੇਂ ਤੁਸੀਂ ਸਿਲਵੀਆ ਦੀ ਗੱਲ ਵੀ ਕੀਤੀ ਵੀ ਸਿਲਵੀਆ ਵੀ ਐਵੇਂ ਕਹਿੰਦੀ ਆ ਵੀ ਮੈਨੂੰ ਐਵੇਂ ਲੱਗਦਾ ਵੀ ਜਿੱਦਾਂ 30 ਸਾਲ ਮੈਂ ਇੱਕ ਬੂਟ ਦੇ ਵਿੱਚ ਬੰਦ ਉਹ ਜਿਹੜਾ ਕਨਸੈਪਟ ਤੁਸੀਂ ਦਿੱਤਾ ਹਨਾ ਬਿਲਕੁਲ ਮੈਨੂੰ ਲੱਗਦਾ ਗੁਰਪ੍ਰੀਤ ਵੀ ਉਸੀ ਉਸ ਚੀਜ਼ ਦੇ ਨਾਲ ਜੂਝ ਰਿਹਾ ਉਹ ਤੇ ਉਹਦੀ ਇੱਕ ਕਵਿਤਾ ਮੈਂ ਛੋਟੀ ਜਿਹੀ ਪੜ੍ਹਨਾ ਚਾਹਾਂਗੀ ਮੈਨੂੰ ਯਾਦ ਆ ਗਿਆ ਉਹਦਾ ਕਿ ਦੋਸਤ ਨੇ ਕਿਹਾ ਉਹਦੀ ਕਵਿਤਾ ਇੱਕ ਕਿ ਸਫ਼ਰ ਦੌਰਾਨ ਲੱਗਦੀ ਹੈ ਮੈਨੂੰ ਬੇ ਇੰਤਹਾ ਪਿਆਸ ਮੈਨੂੰ ਲੱਗਦਾ ਜਿਹੜੀ ਪਿਆਸ ਦੀ ਗੱਲ ਜਦੋਂ ਗੁਰਪ੍ਰੀਤ ਕਰ ਰਿਹਾ ਨਾ ਕਿਤੇ ਉਹਦੀਆਂ ਜਿਹੜੀਆਂ ਇੱਛਾਵਾਂ ਨੇ ਜਾਂ ਉਹਦੇ ਜਿਹੜੇ ਸੁਪਨੇ ਨੇ ਉਹਨਾਂ ਦੀ ਪਿਆਸ ਉਹਦੇ ਪਿੱਛੇ ਛੁਪੀ ਹੋਈ ਆ ਨਜ਼ਦੀਕ ਬੈਠੇ ਦੋਸਤ ਨੇ ਕਿਹਾ ਨਚੋੜਾ ਅੱਖਾਂ ਚੋਂ ਪਾਣੀ ਕੁਐਸਚਨ ਮਾਰਕ ਹੈ ਪਿੱਛੇ ਹੈਰਾਨ ਹੋਇਆ ਕੀ ਸ਼ੁਕਰੀਆ ਕਰਾਂ ਦੋਸਤ ਦਾ ਉਹਦੇ ਸ਼ਬਦਾਂ ਨੇ ਮੇਰੀ ਪਿਆਸ ਡੀਕ ਲਈ ਜਦੋਂ ਮੈਂ ਗੁਰਪ੍ਰੀਤ ਦੀ ਇਹ ਕਵਿਤਾ ਪੜ੍ਹ ਰਹੀ ਸੀ ਤੇ ਮੈਨੂੰ ਦਵਿੰਦਰ ਸੈਫੀ ਯਾਦ ਆ ਗਿਆ ਦਵਿੰਦਰ ਸੈਫੀ ਕੁਝ ਇਹੋ ਜਿਹਾ ਬਿੰਬ ਸਿਰਜਦਾ ਇਹ ਬਹੁਤ ਘੱਟ ਸਿਰਜੇ ਜਾਂਦੇ ਨੇ ਇਹੋ ਜਿਹੇ ਬਿੰਬ ਉਹ ਲਿਖਦੇ ਨੇ ਮੈਂ ਤਰਕ ਸ਼ਾਸਤਰ ਦੇ ਨੇਮ ਪੜ੍ਹਦਾ ਸੀ ਪੜ੍ਹ ਰਿਹਾ ਸੀ ਉਹਨੇ ਹਲੂਣਿਆ ਚੱਲ ਕੋਠੇ ਤੇ ਚੱਲੀਏ ਉਹਨੇ ਹਲੂਣ ਕਿਹਾ ਚੱਲ ਕੋਠੇ ਤੇ ਚੱਲੀਏ ਪੁੰਨਿਆਂ ਦਾ ਚੰਨ ਨਿਚੋੜੀਏ ਤੇ ਸ਼ਿਕੰਜਮੀ ਪੀਵੀਏ ਤਰਕ ਸ਼ਾਸਤਰ ਦੀ ਅੱਧ ਖੁੱਲੀ ਕਿਤਾਬ ਦਾ ਅਗਲਾ ਸਫ਼ਾ ਮੇਥੋਂ ਫੇਰ ਕਦੇ ਪਲਟ ਨਾ ਹੋਇਆ ਇਹ ਉਹ ਸਥਿਤੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਵੀ ਕਵੀ ਨੂੰ ਸਵਾਲ ਕਰਨ ਲਈ ਮਜਬੂਰ ਕਰਦੀਆਂ ਨੇ ਕਿਉਂਕਿ ਉਹਦੇ ਕੋਲ ਜਵਾਬ ਨਹੀਂ ਹੈ ਜਵਾਬ ਸਾਡੇ ਕੋਲ ਭਾਲਦਾ ਉਹ ਇਹਦੇ ਨਾਲ ਨਾਲ ਗੁਰਪ੍ਰੀਤ ਦੀ ਜਿਹੜੀ ਕਵਿਤਾ ਹੈਗੀ ਆ ਜਿਵੇਂ ਕਿ ਆਪਣੀ ਨੇ ਗੱਲ ਕੀਤੀ ਹੈਗੀ ਆ ਵੀ ਬਹੁਤ ਸਾਰੀਆਂ ਚੀਜ਼ਾਂ ਆ ਜਿਹਨਾਂ ਨੂੰ ਉਹ ਇਕੱਠਿਆਂ ਕਰਦਾ ਆ ਪਰ ਨਿਰਾਸ਼ ਵੀ ਹੁੰਦਾ ਕਿਤੇ ਨਾ ਕਿਤੇ ਪਰ ਇੱਕ ਜਿਹੜੀ ਉਹਦੀ ਮਤੇਸ਼ਵਰੀ ਦੇ ਵਿੱਚ ਗੱਲ ਮੈਨੂੰ ਨਿਕਲ ਕੇ ਸਾਹਮਣੇ ਆਈ ਕਿ ਜਿਹੜਾ ਸਾਡਾ ਸੱਭਿਆਚਾਰ ਸਾਡੀ ਵਿਰਾਸਤ ਅਗਲੀ ਪੀੜ੍ਹੀ ਉਹਨੂੰ ਸਾਂਭ ਨਹੀਂ ਰਹੀ ਜਿਵੇਂ ਮਨ ਦੀ ਮੌਤ ਦੀ ਗੱਲ ਹੋਈ ਆ ਮੈਂ ਉਹ ਆਖਰੀ ਪੀੜ੍ਹੀ ਆ ਜਿਹੜੀ ਸੋਚਦੀ ਆ ਹੁਣ ਸਾਡੀ ਸੋਚ ਨੂੰ ਹੀ ਗਲੋਬਲਾਈਜੇਸ਼ਨ ਨੇ ਕੋਲੋਨਾਈਜ਼ ਕੀਤਾ ਹੋਇਆ ਅਸੀਂ ਉਸ ਪੱਧਰ ਤੇ ਸੋਚ ਹੀ ਨਹੀਂ ਰਹੇ ਕਿ ਸਾਡੀ ਵਿਰਾਸਤ ਕੀ ਆ ਸਾਡਾ ਫਲਸਫਾ ਕੀ ਆ ਸਾਡੀਆਂ ਕਦਰਾਂ ਕੀਮਤਾਂ ਕੀ ਨੇ ਉਹਦੀ ਕਵਿਤਾ ਦੇ ਵਿੱਚ ਬਾਰ ਬਾਰ ਵਿਹੜਾ ਆਉਂਦਾ ਉਹਦੀ ਕਵਿਤਾ ਦੇ ਵਿੱਚ ਬਾਰ ਬਾਰ ਚੁੱਲ੍ਹਾ ਆਉਂਦਾ ਹੁਣ ਉਹ ਚੁੱਲ੍ਹਾ ਇੱਕ ਮੈਂ ਉਹਦੀ ਕਵਿਤਾ ਛੋਟੀ ਜਿਹੀ ਪੜ੍ਹਨੀ ਚਾਹਾਂਗੀ ਮਾਂ ਦਾ ਚੁੱਲ੍ਹਾ ਉਹਦੇ ਵਿੱਚ ਤੁਸੀਂ ਦੇਖਣਾ ਕਿੰਨੀ ਖੂਬਸੂਰਤੀ ਦੇ ਨਾਲ ਉਹ ਸਿਰਫ ਚੁੱਲ੍ਹਾ ਚਾਰ ਮੁੱਠ ਮਿੱਟੀ ਦਾ ਉਹ ਇੱਕ ਚੁੱਲ੍ਹਾ ਨਹੀਂ ਬਣਿਆ ਹੋਇਆ ਜਦੋਂ ਪਰੋਟੀਆਂ ਬਣਾਈਆਂ ਜਾਂਦੀਆਂ ਨੇ ਕਹਿੰਦਾ
ਬਲਦਾ ਰਹਿੰਦਾ ਦਿਨ ਰਾਤੀ ਮਾਏ ਨੀ ਇਹ ਤੇਰਾ ਚੁੱਲਾ ਇੱਥੋਂ ਰੱਜ ਰੱਜ ਜਾਂਦੇ ਸਭੇ ਹਿੰਦੂ ਸਿੱਖ ਈਸਾਈ ਮੁੱਲਾ ਮਾਏ ਨੀ ਇਹ ਤੇਰਾ ਚੁੱਲਾ ਅੱਗ ਬਲੇ ਸਦਾ ਮੱਠੀ ਮੱਠੀ ਖਾਵਣ ਰੋਟੀ ਪੱਕੀ ਤੱਤੀ ਖਾਵਣ ਖੈਰ ਮਨਾਵਣ ਸਭੇ ਕੀ ਬੁੱਲਾ ਕੀ ਦੁੱਲਾ ਨਾ ਤਵਾ ਤੇਰਾ ਠੰਡਾ ਹੋਵੇ ਹੁਣ ਇਹ ਡਾਕਟਰ ਮਹਿੰਦਰ ਸਰ ਮੈਂ ਤੁਹਾਨੂੰ ਕਹਾਂਗੀ ਇਹ ਸਤਰਾ ਬਹੁਤ ਧਿਆਨ ਨਾਲ ਤੁਸੀਂ ਦੇਖਣਾ ਨਾ ਤਵਾ ਤੇਰਾ ਠੰਡਾ ਹੋਵੇ ਟੁੱਕ ਸਭਨਾ ਵਿੱਚ ਵੰਡਾ ਹੋਵੇ ਓਟ ਤੇ ਬਰਕਤ ਰਹੇ ਉਸਦੀ ਲੰਗਰ ਚੱਲੇ ਖੁੱਲਾ ਮਾਏ ਨੀ ਇਹ ਤੇਰਾ ਚੁੱਲਾ ਹੁਣ ਜਦੋਂ ਮੈਂ ਇਹ ਉਹਦੀ ਕਵਿਤਾ ਪੜ੍ਹ ਰਹੀ ਸੀਗੀ ਤੇ ਮੈਂ ਇਹ ਕਹਿ ਰਹੀ ਸੀਗੀ ਵੀ ਜਿਸ ਔਰਤ ਨੂੰ ਉਹ ਕਿਤੇ ਨਾ ਕਿਤੇ ਜਿਹੜੀ ਮਾਂ ਦਾ ਅਕਸ ਵੀ ਸਿਰ ਚ ਰਿਹਾ ਹੈਗਾ ਆ ਉਹ ਕਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਕਲਾਸੀਕਲ ਉਸ ਨਾਰੀ ਸਮਾਜ ਦੀ ਵੀ ਉਹ ਗੱਲ ਕਰ ਰਿਹਾ ਜਿਹੜੀ ਕਿ ਔਰਤ ਦੇ ਬਿੰਬ ਨੂੰ ਜਦੋਂ ਅਗਰ ਭੂਮਿਤ ਕਰਦਾ ਆ ਤੇ ਉਹ ਸਿਰਫ ਨਾਰੀ ਸਰੋਕਾਰਾਂ ਦੀ ਗੱਲ ਨਹੀਂ ਕਰਦਾ ਕਿ ਮਾਂ ਜਿਹੜੀ ਹੈਗੀ ਆ ਉਹ ਸਿਰਫ ਤੁਹਾਨੂੰ ਰੋਟੀਆਂ ਹੀ ਬਣਾ ਬਣਾ ਕੇ ਦੇ ਰਹੀ ਕਿ ਜਿਹੜਾ ਵੀ ਆਇਆ ਚਲੋ ਆਂਢ ਗੁਆਂਢ ਵੀ ਆਇਆ ਸ਼ਰੀਕਾ ਵੀ ਆਇਆ ਰਾਹ ਚੱਲਦਾ ਵੀ ਆਇਆ ਆ ਕੇ ਰੋਟੀ ਖਾ ਲਈ ਉਹਨੇ ਪਰ ਉਸ ਚੁੱਲ੍ਹੇ ਦਾ ਉਸ ਤਵੇ ਦਾ ਠੰਡਾ ਨਾ ਹੋਣਾ ਉਹਦੇ ਵਿੱਚ ਬਾਰ ਬਾਰ ਬਾਲਣ ਜਿਹੜਾ ਪਾਉਣਾ ਆ ਉਹ ਸਾਡੀਆਂ ਕਦਰਾਂ ਕੀਮਤਾਂ ਸਾਡੀਆਂ ਵੈਲਿਊਜ਼ ਜਿਹੜੀਆਂ ਨੇ ਸਾਡੀਆਂ ਰਿਚੁਅਲਸ ਜਿਹੜੀਆਂ ਨੇ ਉਹਨਾਂ ਨੂੰ ਵੀ ਨਾਲ ਦੀ ਨਾਲ ਪੀੜ੍ਹੀ ਦਰ ਪੀੜ੍ਹੀ ਜਿਹੜਾ ਉਹ ਚਲਾਉਣ ਦੀ ਭੂਮਿਕਾ ਜਿਹੜੀ ਨਿਭਾ ਰਹੀ ਆ ਔਰ ਪੰਜਾਬ ਜਿਹੜਾ ਇੱਕ ਇਹੋ ਜਿਹਾ ਚੁੱਲ੍ਹਾ ਹੈਗਾ ਜਿਹਦੇ ਵਿੱਚ ਜੋ ਵੀ ਆਇਆ ਜਜ਼ਬ ਹੋਇਆ ਜਿੰਨੇ ਵੀ ਧਾੜਵੀ ਆਏ ਉਹ ਜਜ਼ਬ ਹੋਏ ਉਹਦੇ ਵਿੱਚ ਭਗਤ ਨੇ ਸੂਫੀ ਨੇ ਗੁਰੂ ਨੇ ਜਾਂ ਹੋਰ ਜਿਹੜੇ ਲੋਕ ਨਾਇਕ ਜਿਹੜੇ ਸਾਡੇ ਹੋਏ ਨੇ ਸਾਰਿਆਂ ਨੇ ਉਸ ਚੀਜ਼ ਨੂੰ ਅੱਗੇ ਵਧਾਇਆ ਔਰ ਬਹੁਤ ਕਮਾਲ ਦੇ ਬਿੰਬ ਸਿਰਜਦਾ ਉਹ ਦ੍ਰਿਸ਼ ਬਹੁਤ ਕਮਾਲ ਦੇ ਸਿਰਜਦਾ ਹੈ ਕਦੇ ਕਦੇ ਲੱਗਦਾ ਆ ਵੀ ਉਹ ਸਾਨੂੰ ਉਂਗਲ ਫੜ ਕੇ ਆਪਣੇ ਨਾਲ ਲਈ ਜਾ ਰਿਹਾ ਤੇ ਅਸੀਂ ਹੀਲ ਹੁੱਜਤ ਕੀਤੇ ਬਿਨਾਂ ਉਹਦੇ ਨਾਲ ਨਾਲ ਤੁਰੀ ਜਾ ਰਹੇ ਹਾਂ ਤੇ ਕਿਤੇ ਅਸੀਂ ਇੱਕਦਮ ਠਹਿਰ ਜਾਂਦੇ ਹਾਂ ਉਹਦੀ ਕਵਿਤਾ ਦੇ ਵਿੱਚ ਅਸੀਂ ਕਦਮ ਅੱਗੇ ਵਧਾ ਹੀ ਨਹੀਂ ਪਾਉਂਦੇ ਵੀ ਅੱਛਾ ਏਦਾਂ ਕੁਛ ਇਹੋ ਜਿਹੀਆਂ ਮੈਂ ਹੁਣ ਚਾਹਾਂਗੀ ਕਿ ਗੁਰਦੀਪ ਸਿੰਘ ਢਿੱਲੋਂ ਜਿਹੜੇ ਕਵੀ ਮੈਨੂੰ ਲੱਗਦਾ ਵੀ ਇਹ ਬਹੁਤ ਛੋਟਾ ਜਿਹਾ ਪ੍ਰੋਗਰਾਮ ਆ ਸਾਨੂੰ ਕੀਤਾ ਜਾ ਸਕਦਾ ਪਰ ਫਿਰ ਵੀ ਮੈਂ ਚਾਹਾਂਗੀ ਕਿ ਗੁਰਦੀਪ ਸਿੰਘ ਢਿੱਲੋਂ ਜੀ ਪਲੀਜ਼ ਇਸ ਕਵਿਤਾ ਬਾਰੇ ਤੁਹਾਡੇ ਜੋ ਵਿਚਾਰ ਨੇ ਤੁਸੀਂ 10 ਤੋਂ 15 ਮਿੰਟ ਦੇ ਵਿੱਚ ਆਪਣੇ ਵਿਚਾਰ ਜਿਹੜੇ ਸਾਂਝੇ ਕਰੋ ਗੁਰਪ੍ਰੀਤ ਆਪਣਾ ਮਾਈਕ ਖੋਲੋ ਗੁਰਦੀਪ ਮਾਈਕ ਆਫ ਹੈ ਤੁਹਾਡਾ ਹੈਲੋ ਹਾਂਜੀ ਠੀਕ ਹੈ ਹੁਣ ਬੋਲੋ ਹਾਂਜੀ ਠੀਕ ਹੈ ਸਿਮਰਨ ਠੀਕ ਹੈ ਮੇਰੀ ਆਵਾਜ਼ ਤੁਹਾਡੇ ਤੱਕ ਆਉਣੀ ਸ਼ੁਰੂ ਹੋਈ ਹੈ ਹਾਂ ਠੀਕ ਹੈ ਹੁਣ ਸਤਿਕਾਰਤ ਡਾਕਟਰ ਰਵੇਲ ਸਿੰਘ ਡਾਕਟਰ ਮਹਿੰਦਰ ਸਿੰਘ ਡਾਕਟਰ ਸਿਮਰਨ ਸੇਠੀ ਡਾਕਟਰ ਦਵਿੰਦਰ ਇਸ ਪੁਸਤਕ ਦਾ ਸਿਰਜਕ ਗੁਰਪ੍ਰੀਤ ਬੋੜਾਵਾਲ ਮੇਰੇ ਤੋਂ ਪਹਿਲੇ ਮੇਰਾ ਭਰਾ ਹਰਵੀਰਪਾਲ ਢਿੱਲੋਂ ਸਭ ਦਾ ਧੰਨਵਾਦ ਮੈਂ ਕਰਦਾ ਕਿ ਅਸੀਂ ਪਹਿਲੀ ਗੱਲ ਤਾਂ ਸੁਭਾਗੇ ਹਾਂ ਕਿ ਸਾਡੇ ਸਮਿਆਂ ਦੇ ਵਿੱਚ ਮਾਤੇਸ਼ ਵਰਗੀ ਕਿਤਾਬ ਕੋਈ ਆਉਂਦੀ 15 ਕੁ ਮਿੰਟ ਮੈਂ ਆਪਣੀ ਗੱਲ ਕਰਨੀ ਹੈ ਅਸੀਂ ਸਾਡੇ ਬਹੁਤ ਸਾਰੇ ਸੰਕਟ ਨੇ ਕਿ ਅਸੀਂ ਜਿਸ ਦੌਰ ਦੇ ਵਿੱਚ ਗੁਜ਼ਰ ਰਹੇ ਹਾਂ ਇਹ ਦੌਰ ਦੇ ਆਪਣੀ ਭਾਂਤ ਦੇ ਸੰਕਟ ਨੇ ਤੇ ਇਸ ਦੌਰ ਦੇ ਵਿੱਚ ਸਿਰਜਣਾ ਦੇ ਆਪਣੀ ਤਰ੍ਹਾਂ ਦੇ ਸੰਕਟ ਨੇ ਇਹ ਸੰਕਟ ਸਾਹਿਤ ਦੀ ਸਾਹਿਤਕਤਾ ਦੇ ਨੇ ਕਵਿਤਾ ਦੀ ਕਾਵਿਕਤਾ ਦੇ ਨੇ ਤੇ ਦ੍ਰਿਸ਼ਟੀ ਦੇ ਨੇ ਸਮੇਂ ਦੇ ਨੇ ਸਮੇਂ ਦੀਆਂ ਬਣਤਰਾਂ ਦੇ ਨੇ
ਉਹਦਾ ਕਾਰਨ ਹੈ ਕਿ ਡਾਕਟਰ ਵੇਲ ਸਿੰਘ ਹੋਰਾਂ ਨੇ ਮੀਡੀਆ ਉੱਤੇ ਬਹੁਤ ਕੰਮ ਕੀਤਾ। ਇਹ ਦੌਰ ਬ੍ਰਾਂਡ ਦਾ ਦੌਰ ਹੈ। ਮੈਂ ਇਸ ਬਹਾਨੇ ਗੁਰਪ੍ਰੀਤ ਦੀ ਕਵਿਤਾ ਦੇ ਹਵਾਲੇ ਨਾਲ ਬਹੁਤ ਸਾਰੀਆਂ ਗੱਲਾਂ ਇਸ ਮੰਚ ਤੋਂ ਕਰਨੀਆਂ ਹਨ। ਇਸ ਬ੍ਰਾਂਡ ਦੇ ਦੌਰ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੱਕ ਸਿਰਜਕ ਨਵੀਂ ਸਪੇਸ ਲੱਭ ਰਿਹਾ, ਤੇ ਇੱਕ ਦਿੱਕਤ ਜਿਹੜੀ ਆ ਰਹੀ ਹੈ ਕਿ ਸਿਰਜਕ ਜਿਹੜਾ ਭਾਵੇਂ ਕਿਸੇ ਵੀ ਜੋਨਰ ਦਾ ਹੋਵੇ, ਉਹ ਪੜ੍ਹ ਕੇ ਮਨ ਨੂੰ ਪੜ੍ਹਨ ਲਈ ਇੱਕ ਨਵੀਂ ਤਰ੍ਹਾਂ ਦੇ ਟ੍ਰੈਂਡ ਸੈੱਟ ਕਰਨ ਦੇ ਮੂਡ ਦੇ ਵਿੱਚ। ਇਹਨੂੰ ਮੈਂ ਸਿਰਜਣੀ ਸੱਤਾ ਕਹਿਣਾ ਆਪਣੇ ਇੱਕ ਟਰਮੀਨੋਲੋਜੀ ਦੇ ਵਿੱਚ। ਹੁਣ ਸੱਤਾ ਦਾ ਇੱਕ ਆਪਣਾ ਸੱਤਾ ਦੇ ਅੰਦਰ ਇੱਕ ਆਪਣੀ ਤਰ੍ਹਾਂ ਦੀ ਹਨਾ ਲਭਾਉਣਾਪਣ ਹੁੰਦਾ, ਤੇ ਹੁਣ ਇਹਦੇ ਵਿੱਚ ਕੀ ਹੈ, ਇੱਕ ਦਰਸ਼ਕ, ਇੱਕ ਪਾਠਕ ਜਾਂ ਇੱਕ ਸਰੋਤਾ ਉਹਨੂੰ ਸਾਡੀ ਸਿਰਜਣਾ ਇੱਕ ਗਾਹਕ ਦੇ ਵਾਂਗ ਵੇਖਦੀ ਆ। ਜਿੱਥੋਂ ਮੈਂ ਆਪਣੀ ਗੱਲ ਸ਼ੁਰੂ ਕਰਦਾ, ਕਿਉਂਕਿ ਜਦੋਂ ਅਸੀਂ ਇਕੱਲੇ ਕਹਿੰਦੇ ਕਿ ਸਾਡੇ ਕੋਲ ਪਹਿਲਾਂ ਵੀ ਹਰਵੀਰ ਪਾਲ ਨੇ ਇਸ ਤਰ੍ਹਾਂ ਦੇ ਸੰਕੇਤ ਬਹੁਤ ਕਮਾਲ ਦੇ ਕਰੇ। ਅਮਤੋਜ਼ ਦੀ ਗੱਲ ਨੂੰ ਮੈਂ ਥੋੜ੍ਹੀ ਜਿਹੀ ਜਦੋਂ ਅਗਾਂਹ ਤੋਰਨੀ ਹੋਵੇ ਤਾਂ ਅਮਤੋਜ਼ ਬੜਾ ਪਿਆਰਾ ਸ਼ਾਇਰ ਆ ਸਾਡੇ ਕੋਲ, ਕਿਉਂਕਿ ਅਮਤੋਜ਼ ਦੀ ਕਵਿਤਾ ਤੇ ਉਸ ਦੌਰ ਦੀ ਵਿੱਚ ਜਿਹੜੀ ਪਾਸ਼ ਦੀ ਕਵਿਤਾ, ਉਹ ਨੇੜੇ ਤੇੜੇ ਦੀਆਂ ਕਵਿਤਾਵਾਂ ਨੇ। ਪਿਛਲੇ ਵਾਰੇ ਅਮਤੋਜ਼ ਦੀ ਕਵਿਤਾ ਪੜ੍ਹਨ ਤੋਂ ਬਾਅਦ ਮੇਰਾ ਇੱਕ ਵਿਦਿਆਰਥੀ ਮੇਰੇ ਕੋਲ ਆਉਂਦਾ, ਮੇਰਾ ਇੱਕ ਦੋਸਤ ਮੇਰੇ ਕੋਲ ਆਉਂਦਾ, ਤੇ ਉਹ ਮੈਨੂੰ ਕਹਿੰਦਾ ਕਿ ਇਹ ਤਾਂ ਪਾਸ਼ ਦੀ ਨਕਲ ਹੈ। ਮੈਂ ਉਸਨੂੰ ਕਹਿੰਦਾ ਕਿ ਪਾਸ਼ ਤਾਂ ਕਹਿੰਦਾ ਰਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਅਮਤੋਜ਼ ਦੇ ਸਮੇਂ ਦਾ ਸ਼ਾਇਰ ਹਾਂ। ਹੁਣ ਇਸ ਦੌਰ ਦੇ ਵਿੱਚ ਇਹ ਦੌਰ ਨਾ ਤਾਂ ਸੁਰਜੀਤ ਪਾਤਰ ਦਾ ਦੌਰ ਹੈ, ਨਾ ਅਮਤੋਜ਼ ਦਾ ਦੌਰ ਹੈ, ਨਾ ਪਾਸ਼ ਦਾ ਦੌਰ ਹੈ, ਨਾ ਤਨਵੀਰ ਦਾ, ਨਾ ਗੁਰਪ੍ਰੀਤ ਦਾ। ਮੈਨੂੰ ਲੱਗਦਾ ਕਿ ਇਹ ਸਿਰਜਣਾ ਦਾ ਦੌਰ ਹੈ, ਇਹ ਕਵਿਤਾ ਦਾ ਵੀ ਦੌਰ ਹੈ, ਇਹ ਸਿਰਜਕ ਅਕਹਿਰੇ ਸਿਰਜਕ ਦਾ ਦੌਰ ਹੈ, ਜਿਹਦੇ ਵਿੱਚ ਗੁਰਪ੍ਰੀਤ ਬੋੜਾਵਾਲ ਦੀ ਮਾਤੇਸ਼ਵਰੀ ਆਉਂਦੀ ਹੈ। ਸਿਮਰਨ ਨੇ ਬਹੁਤ ਕਮਾਲ ਦੀ ਗੱਲ ਕਰੀ ਕਿ ਗਲਪ ਨੇ ਜਿਹੜੀਆਂ ਗੱਲਾਂ ਨਹੀਂ ਫੜੀਆਂ, ਹੈਰਾਨ ਹਾਂ ਮੈਂ ਕਿ ਸੈਫੀ ਵਰਗਾ ਸਿਰਜਕ ਪੁੰਨਿਆਂ ਦਾ ਚੰਨ ਨਿਚੋੜਨ ਦੀਆਂ ਗੱਲਾਂ ਕਰਦਾ, ਤੇ ਗੁਰਪ੍ਰੀਤ ਵਰਗਾ ਸਿਰਜਕ ਅੱਖਾਂ ਦੇ ਪਾਣੀ ਨਿਚੋੜਨ ਵਰਗੀ ਗੱਲ ਕਰਦਾ। ਮੈਨੂੰ ਲੱਗਦਾ ਕਿ ਪੰਜਾਬੀ ਕਵਿਤਾ ਦੇ ਵਿੱਚ ਇਸ ਤਰ੍ਹਾਂ ਦੇ ਬਿੰਬ ਬਹੁਤ ਘੱਟ ਫੜੇ ਗਏ। ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦੇ ਵਿੱਚ ਮੈਂ ਗੁਰਪ੍ਰੀਤ ਨੂੰ ਵਧਾਈ ਦਿੰਦਾ। ਸੇਠੀ ਦੀ ਮੈਂ ਗੱਲ ਨੂੰ ਥੋੜ੍ਹਾ ਜਿਹਾ ਅਗਾਂਹ ਤੋਰਿਆ ਸੀ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਐਚ ਐਮ ਅਬਰਾਮ ਦੇ ਹਵਾਲੇ ਦੇ ਨਾਲ ਜੇ ਮੈਂ ਆਪਣੀ ਗੱਲ ਕਰਨੀ ਹੋਵੇ, ਉਹਨਾਂ ਦੀ ਕਿਤਾਬ ਦਾ ਮਿਰਰ ਐਂਡ ਦੀ ਲੈਂਪ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ ਇੱਕ ਕੁਦਰਤੀ ਪ੍ਰਤਿਭਾ ਹੈ ਸਾਡੇ ਕੋਲੇ, ਇੱਕ ਜਤਨ ਚੋਂ ਪੈਦਾ ਹੋਈ ਸਿਰਜਣਾ, ਇੱਕ ਜਤਨ ਚੋਂ ਪੈਦਾ ਹੋਈ ਸਿਰਜਣਾ ਜਿਹਨੂੰ ਤੁਸੀਂ ਕਹੋ ਕਿ ਉਹ ਭਾਵੇਂ ਕਵਿਤਾ ਹੈ, ਭਾਵੇਂ ਗਲਪ ਹੈ, ਭਾਵੇਂ ਵਾਰਤਕ ਆ। ਇੱਥੇ ਸਭ ਤੋਂ ਵੱਡੀ ਦਿੱਕਤ ਸਾਡੇ ਸਾਹਮਣੇ ਆਉਂਦੀ ਹੈ ਜਦੋਂ ਮੈਂ ਇਸ ਕਿਤਾਬ ਨੂੰ ਵੀ ਸਾਹਮਣੇ ਰੱਖੂੰਗਾ। ਸਿਰਫ ਕਮੈਂਟ ਦੇ ਰੂਪ ਦੇ ਵਿੱਚ ਮੈਂ 4-5 ਕਮੈਂਟ ਇਸ ਕਿਤਾਬ ਤੇ ਕਰਨੇ ਆ। ਸਾਡੇ ਕੋਲ ਮੈਨੂਫੈਕਚਰਡ ਪੋਇਟਰੀ ਵੱਧ ਹੈ, ਫਿਰ ਸਾਡੇ ਸਵਾਲ ਹੈ ਕਿ ਸਾਡੇ ਕੋਲ ਖਾਲਸ ਪੋਇਟਰੀ ਕਿੰਨੀ ਕੁ ਹੈ, ਮੈਨੂਫੈਕਚਰਡ ਕਿੰਨੀ ਕੁ ਹੈ। ਪਹਿਲੀ ਗੱਲ ਤਾਂ ਕਿ ਸਾਨੂੰ ਸਾਡੀ ਪੂਰੀ ਸਿਰਜਣਾ ਨੂੰ ਮੈਨੂਫੈਕਚਰਡ ਲਿਟਰੇਚਰ ਤੋਂ ਬਚਣ ਦੀ ਬਹੁਤ ਵੱਡੀ ਜ਼ਰੂਰਤ ਹੈ ਇਸ ਸਮੇਂ। ਹਰਵੀਰ ਪਾਲ ਨੇ ਬੜੇ ਸੰਕੇਤ ਕੀਤੇ। ਹੁਣ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ, ਵਿਦਵਾਨਾਂ ਨਾਲ ਗੱਲ ਕਰਦੇ ਹਾਂ ਕਿ ਇਸ ਦੌਰ ਦੀ ਕਵਿਤਾ ਬਾਰੇ ਕੋਈ ਕਮੈਂਟ, ਉਹ ਕਹਿੰਦੇ ਨੇ ਕਿ ਇਸ ਦੌਰ ਦੇ ਵਿੱਚ ਸਟੇਟਮੈਂਟਾਂ ਦੀ ਕਵਿਤਾ, ਪੱਤਰਕਾਰਤਾ ਦੀ ਕਵਿਤਾ, ਕਵਿਤਾ ਕਿੱਥੇ ਆ। ਪਰ ਜਦੋਂ ਚਿੰਤਨ ਦੇ ਵਿੱਚ ਉਹੀ ਗੱਲ ਆਉਂਦੀ ਹੈ ਤਾਂ ਉਸੇ ਗੱਲ ਨੂੰ ਪੜਿਆ ਜਾਂਦਾ। ਇਹ ਸਾਡੀ ਚਿੰਤਨ ਦੀ ਸਭ ਤੋਂ ਵੱਡੀ ਦਿੱਕਤ ਮੈਨੂੰ ਲੱਗਦਾ ਹੁਣ ਤੱਕ ਰਹੀ ਹੈ। ਸਾਡੀ ਨਵੀਂ ਨਜ਼ਮ, ਖਾਸ ਕਰਕੇ ਜਿਹਦੇ ਵਿੱਚ ਦਿੱਲੀ ਯੂਨੀਵਰਸਿਟੀ ਦੇ ਦੋ ਬਹੁਤ ਪਿਆਰੇ ਵਿਦਿਆਰਥੀ ਨੇ, ਜਿਹਦੇ ਵਿੱਚ ਗੁਰਪ੍ਰੀਤ ਬੋੜਾਵਾਲ ਵੀ ਹੈ, ਕਰਨੀਤ ਕੋਮਲ ਵੀ ਆ, ਜਿਹਦੇ ਵਿੱਚ ਨਵਿਆਂ ਦੇ ਵਿੱਚੋਂ 3-4 ਬੰਦਿਆਂ ਦੇ ਮੈਂ ਜ਼ਿਕਰ ਕਰਨਾ ਹੋਵੇ, ਤੇ ਖਮੋਸ਼ੀ ਨੂੰ ਅਨਪਵੀ ਜ਼ਬਾਨ ਦੇਣ ਵਾਲੀ ਕਵਿਤਾ ਹੈ, ਪਾਠਕ ਨੂੰ ਸਪੇਸ ਦੇਣ ਵਾਲੀ ਕਵਿਤਾ ਹੈ, ਜਿਹਦੇ ਵਿੱਚ ਬਰਕਤ ਕਿਤਾਬ ਹੈ, ਜਿਹਦੇ ਵਿੱਚ ਰਾਣੀ ਤੱਤ ਹੈ, ਜਿਹਦੇ ਵਿੱਚ ਸੂਹੇ ਅੱਖਰ ਹੈ, ਜਿਹਦੇ ਵਿੱਚ ਮਾਤੇਸ਼ਵਰੀ ਹੈ, ਜਿਹਦੇ ਵਿੱਚ ਅੰਮ੍ਰਿਤ ਵੇਲਾ ਵਰਗੀਆਂ ਕਿਤਾਬਾਂ ਨੇ, ਜਾਂ ਹੋਰ ਇਸ ਤਰ੍ਹਾਂ ਦੀਆਂ ਇੱਕ
चार पांच किताबां दा मैं जिक्र करना होवे, मैं पिछले बारे वेखियां किताबां सारियां, पर साडा चिंतन इहनूं सुट दिंदा, क्योंकि साडे चिंतन की सब तो वड्डी दिक्कत है कि साडा चिंतन जिस तरह की पोइट्री लभ रहा इस पोइट्री वर्गी पोइट्री नहीं है, तां करके इस तरह की जिहड़ी चंगी कविता है वह साइड ते रह जांदी है। पर इस किताब के हवाले जो कमाल दी गल्लां आईयां, मोहनजीत का कमेंट आउंदा इस किताब के बारे कि लंबे समय बाद इस तरह की कविता मैनूं पढ़ी है। डॉक्टर योगराज का कमेंट इस किताब बारे आउंदा कि मां बारे एक थां ते इन्नियां सोहणियां इन्नी कमाल दी काव्य भाषा दे विच कवितावां मिलनियां कहिंदा औखियां। तां फिर मैनूं इकदम याद आउंदा सभी जिहदा सेठी ने जिक्र करिया, मुनव्वर राणा, गुरभजन गिल, जिन्हां ने मां बारे तां सभी की पूरी किताब हैगी है, पर बोरावर गुरप्रीत दी ते सभी की बखरता वो बखरता दी जिहड़ी मैनू कंसोल लभदी है वह लगती है कि सभी जिथे जाके मां ते बाप का डायलॉग करवाउंदा है, वार्तालाप करवाउंदा, वो बाप नूं इक हुक्मरान धिर वजों उहदी आइडेंटिटी करदा, जिथे औरतली स्पेस खत्म होंदी है गुरप्रीत इस गल नूं बिल्कुल वक्रे तरीके नाल अपने गल करदा। उहदियां कवितावां पढ़ के वेखो, प्रभात वेला पढ़ के वेखो, उहदियां होर कवितावां दे हवाले नाल भी मैं इत्थे अगली गल जिहड़ी करूंगा। जदों मैं मैनुफैक्चर लिटरेचर की गल करदा सी, मैं गुरप्रीत नूं बड़ा संकेत नहीं, मैं बड़े सीधे रूप दे विच इह गल करदा कि सानूं इस तरह की गल तो बचना पवेगा, क्योंकि जिहड़ी पोस्ट मॉडर्निज्म है, पोस्ट मॉडर्निज्म दे विच जिहड़ा हैपर रियलिटी का कॉन्सैप्ट आ रहा है, यह बड़ा सिरजना दे विच जदों आउंदा है यह एक खतरनाक वर्तारा है। रियलिटी दे पैरलल हैपर रियलिटी है साडे कोले, हैपर रियलिटी जदों असीं सोशल मीडिया के दौर वेखते हैं तो यह एक वक्री तरह का साडे कोले प्रसंग उभरदा। तां जदों गुरप्रीत भी मैनुफैक्चर दे राह पैंदा पिछलियां उहदियां कवितावां पढ़ो, मैं कहिंदा कि इस वर्गे पोइट नूं तुकबंदी तों बचना चाहिंदा, जिहड़ा वड्डा पोइट है गुरप्रीत इस नूं किसी भी तुकबंदी वाली कविता का सहारा लैण की जरूरत नहीं है। कमेंट जदों ये लंबे समय तो चलता आ रहा कि एक पूरी टैक्सट जदों कोई कवि पढ़ता है तो उहदे पात्र नाल मुहब्बत हुंदी है, उहदे ख्याल नाल मुहब्बत हुंदी है, उह ख्याल नूं आधार बना के कोई पोइट कविता लिखता, जिवें गुरप्रीत ने गुरदयाल सिंह कविता लिखी, जिवें टीपू सुल्तान कविता लिखी, अवीर पीए कविता लिखी। मैनूं लगदा कि यह थोड़ी जी ट्रेंडिंग तादा लिटरेचर हैगा, यह तो बचना चाहिए, इहनूं मैनुफैक्चर्ड लिटरेचर हैगा तो बचना चाहिए। यह कविता यह नहीं कि कविता नहीं है, यह लिटरेचर की जिहड़ी परत इस दे विच आउणी चाहीदी सी ओह तो किते ना किते गुरप्रीत दूर गया। हुण एक साढ़े कोल हैगा पाठकी स्पेस का मसला, साडी कविता असर गुरप्रीत की कविता मैं इसनूं जो पढ़दा तो बहुत सारिया कवितावां मेरे सामने पईआं ने। 40 नंबर पन्ने ते गुरप्रीत एक बहुत कमाल की नज़म जिहड़ी दा मैं इत्थे पढ़ना मैं ठीक समझदा कि डुल रहे पानी दी आवाज सुन के कोई अंदरों जागदा है, हैरान होके कही जा रहा है खून कित्थे बह रहा है। मैं कहना कि इन्नी स्पेस दे रही है पाठक नूं, इह पाठक नूं समझण दी सोचण दी मजबूर होण दी जिन्नी इह कविता स्पेस दिंदी है, इस कविता दा इह सब तों वड्डा हासल है। साडे हुण दे दौर दे विच कविता कोले पाठक नूं देण लई स्पेस की बहुत वड्डी कमी है। कविता अपनी सारी गल कंप्लीट कह दिंदी है, उंगल फड़दी है कर छड़दी है, तां करके सिठी दा जिहड़ा जिक्र सी कि वार्तक दे नेड़े कविता जदों हुंदी है उह पाठकी स्पेस वाले मसले दे विच मैं उसनूं सारी नूं कदे ना कदे कोट करदा हुंदा। फिर साडे कोल मानसा दे विच तनवीर साडे कोल बहुत कमाल दा पोइट है, गुरप्रीत है, देवनीत है, राम सिंह चहल है, दीपक धलेमा, सतपाल की कविता तुसीं पढ़ो कदे कविता सुनोहे रह गई, इन्नी कमाल की स्पेस दिंदियां ने कवितावां। होर बहुत सारिया पूरी पोइट्री दे विच बहुत पोइट ने, सारे पोइट दी सारे कवियां दी सारियां कवितावां ने, सिंगल सिंगल कवितावां
ਕਿ ਪਾਠਕ ਨੂੰ ਅਜਮੇਰ ਲੋਡੇ ਦੀ ਨਜ਼ਮ ਜਿਹਦੇ ਬਾਰੇ ਪਿਛਲੇ ਦਿਨੀ ਤਨਵੀਰ ਨੇ ਬਹੁਤ ਕਮਾਲ ਦਾ ਕਮੈਂਟ ਕਰਿਆ ਕਿ ਕੰਪਲੀਟ ਕਰਦੀਆਂ ਨੇ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੱਕ ਜਿਹੜਾ ਸਾਡੇ ਦਿੱਕਤ ਰਹੀ ਔਰ ਇੱਕ ਜਿਹੜਾ ਸਾਡੇ ਮਾਰਕਸਿਸਟ ਚਿੰਤਨ ਹੈ ਕੰਪਲੀਟ, ਉਹਦੀ ਸਭ ਤੋਂ ਵੱਡੀ ਦਿੱਕਤ ਜਿਹੜੀ ਰਹੀ, ਮੈਂ ਦਿੱਕਤ ਸ਼ਬਦ ਵਰਤਣਾ, ਮੈਂ ਪੂਰਾ ਸੁਚੇਤ ਹੋ ਕੇ ਵਰਤਣਾ ਕਿ ਉਹਨੇ ਬੱਥ ਤੇ ਬਹੁਤ ਜ਼ੋਰ ਦਿੱਤਾ, ਉਹਨੇ ਵਿਚਾਰਧਾਰਾ ਦੇ ਵਿਸਥਾਰ ਤੇ ਬਹੁਤ ਦਿੱਤਾ, ਵਿਚਾਰਧਾਰਾ ਦੇ ਵਿਸਥਾਰ ਨੂੰ ਤੇ ਬੱਥ ਨੂੰ ਬਹੁਤ ਕਮਾਲ ਦੇ ਤਰੀਕੇ ਨਾਲ ਫੜਿਆ, ਪਰ ਉੱਥੇ ਕਿਤੇ ਨਾ ਕਿਤੇ ਜਿਹੜੀ ਲਿਟਰੇਰੀ ਕਾਵਕਤਾ ਜਾਂ ਸਾਹਿਤਕਤਾ ਮੈਂ ਕਹਾਂ ਉਹ ਕਿਤੇ ਨਾ ਕਿਤੇ ਉਹ ਤੋਂ ਅਣਗੌਲੀ ਰਹਿ ਗਈ। ਹੁਣ ਮੈਂ ਜਿਹੜੀ ਗੱਲ ਕਰਦਾ ਗੁਰਪ੍ਰੀਤ ਦੇ ਹਵਾਲੇ ਦੇ ਨਾਲ, ਬਹੁਤ ਜਿਹੜੀ ਮੈਨੂੰ ਇੱਕ ਗੱਲ ਯਾਦ ਆ ਰਹੀ ਆ, ਸੱਤਿਆਜੀਤ ਰੇ ਨੇ ਆਪਣੀ ਮਾਂ ਨੂੰ, ਸੱਤਿਆਜੀਤ ਰੇ ਆਪਣੀ ਮਾਂ ਨਾਲ ਸ਼ਾਂਤੀ ਨਿਕੇਤਨ ਜਾਂਦਾ, ਉਹਦੇ ਕੋਲ ਆਟੋਗ੍ਰਾਫ ਕਾਪੀ ਆ, ਉਹਦੀ ਮਾਂ ਨੇ ਟੈਗੋਰ ਨੂੰ ਫੜਾਉਂਦਿਆਂ ਕਿਹਾ ਕਿ ਮੇਰੇ ਪੁੱਤ ਦੀ ਖਾਹਿਸ਼ ਹੈ ਕਿ ਇਹਦੇ ਉੱਤੇ ਆਪਣੀ ਕਵਿਤਾ ਦੀਆਂ 4 ਸਤਰਾਂ ਲਿਖ। ਹੁਣ ਅਗਲੇ ਦਿਨ ਟੈਗੋਰ ਨੇ ਉਹ ਕਾਪੀ ਫੜਾਉਂਦਾ, ਉਹ ਜਿਹੜੀ ਗੱਲ ਦਾ ਜ਼ਿਕਰ ਕਰਿਆ ਕਿ ਇਸ ਵਿੱਚ ਮੈਂ ਤੇਰੇ ਲਈ ਕੁਝ ਲਿਖਿਆ, ਜੇ ਇਸ ਉਮਰ ਵਿੱਚ ਸਮਝ ਨਹੀਂ ਆਉਣਾ ਵੱਡਾ ਹੋ ਕੇ ਸਮਝ ਆਊਗਾ। ਉਸ ਵਿੱਚ ਲਿਖਿਆ ਗਿਆ ਸੀ ਕਿ ਮੈਂ ਵਿਸ਼ਵ ਭਰ ਦੀਆਂ ਨਦੀਆਂ ਤੇ ਪਹਾੜ ਵੇਖਣ ਲਈ ਬਹੁਤ ਸਾਰਾ ਪੈਸਾ ਖਰਚ ਕੀਤਾ, ਮੈਂ ਦੂਰ ਦੁਰਾਡੇ ਦੇਸ਼ਾਂ ਚ ਗਿਆ, ਬਹੁਤ ਕੁਝ ਵੇਖਿਆ, ਪਰ ਮੈਂ ਆਪਣੇ ਘਰ ਦੇ ਬਾਹਰ ਉੱਗੀ ਘਾਹ ਦੀ ਛੋਟੀ ਜਿਹੀ ਪੱਤੀ ਤੇ ਤਰੇਲ ਤੁਪਕਾ ਵੇਖਣਾ ਭੁੱਲ ਗਿਆ, ਜਿਸ ਵਿੱਚ ਪੂਰਾ ਬ੍ਰਹਿਮੰਡ ਵਿਖਾਈ ਦਿੰਦਾ। ਇਹ ਗੱਲ ਗੁਰਪ੍ਰੀਤ ਕਰਦਾ, ਗੁਰਪ੍ਰੀਤ ਘਰ ਦੇ ਅੰਦਰ ਬਹਿ ਕੇ ਘਰ ਦੇ ਵਿੱਚ ਪਏ ਹੋਏ ਕਵਿਤਾ ਨੂੰ ਲੱਭਦਾ, ਉਹ ਮਤੇਸ਼ਵਰੀ ਨੂੰ ਆਦਿ ਸ਼ਕਤੀ ਕਹਿੰਦਾ, ਓਮਨੀ ਕਹਿੰਦਾ, ਧੁਨ ਕਹਿੰਦਾ, ਸ਼ਬਦ ਕਹਿੰਦਾ, ਬਾਗ ਕਹਿੰਦਾ, ਤਾਂ ਕਿ ਮੈਂ ਕਹਿੰਦਾ ਕਿ ਮਾਂ ਤੋਂ ਈਸ਼ਵਰ ਤੱਕ ਦੀ ਇੱਕ ਬਹੁਤ ਵੱਡੀ ਪਲਾਂਗ ਇਸ ਕਵਿਤਾ ਨੇ ਪੁੱਟੀ ਹੈ, ਉਹਦੀ ਮਾਂ ਗੇਜੋ ਇੱਕ ਬਹੁਤ ਵੱਡਾ ਗੌਰਵ ਬਣ ਕੇ ਇਸ ਨਜ਼ਮ ਦੇ ਵਿੱਚ ਆਈ ਹੈ। ਜਿਸ ਘਰ ਮਾਵਾਂ ਹੱਸਣ, ਬੱਚੇ ਖੇਡਣ, ਪੰਛੀ ਗਾਵਣ, ਉਹ ਘਰ ਰੱਬ ਦੇ ਛਿੜਕੇ ਇੱਤਰ ਹੁੰਦੇ ਨੇ, ਸੱਚੀ ਉਹ ਘਰ ਬਹੁਤ ਪਵਿੱਤਰ ਹੁੰਦੇ। ਇਹ ਸਪੇਸ ਆ ਗੁਰਪ੍ਰੀਤ ਨੇ ਮਾਨਸਾ ਦੀ ਕਵਿਤਾ ਦੇ ਵਿੱਚ ਜਿਹੜੀ ਬਹੁਤ ਸੰਘਣੀ ਤਰ੍ਹਾਂ ਦੀ ਕਵਿਤਾ ਜਿੱਥੇ ਲਿਖੀ ਜਾ ਰਹੀ ਹੈ ਉਸ ਦੇ ਵਿੱਚ ਬਹੁਤ ਕਮਾਲ ਦਾ ਥਾਂ ਲੱਭਿਆ, ਜਿਹਦੇ ਵਿੱਚ ਉਹਦੀ ਇੱਕ ਪੂਰੇ ਪੂਰੇ ਲਿਟਰੇਚਰ ਦੇ ਵਿੱਚ ਉਹਦੀ ਨਵੀਂ ਕਵਿਤਾ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਉਹਨੇ ਗੱਲ ਸਾਹਮਣੇ ਲਿਆਂਦੀ ਹੈ। ਹੁਣ ਜਿਹੜੀ ਗੱਲ ਅਗਲੀ ਹੈਗੀ ਆ, ਕਵਿਤਾ ਦੇ ਵਿੱਚ ਟੇਢ ਦਾ ਹੋਣਾ ਬਹੁਤ ਜ਼ਰੂਰੀ ਹੈ। ਕਵਿਤਾ ਵਿੱਚ ਟੇਢ ਕਿੱਥੇ ਆ? ਜਿਹੜੀ ਨੇ ਪਾਠਕ ਨੂੰ ਠਿੱਠ ਕੀਤਾ ਹੋਇਆ, ਕਿਉਂਕਿ ਕਵਿਤਾ ਸੌਪੜੇ ਤੋਂ ਹੈ ਰੰਦਾ ਫੇਰ ਦਿੰਦੀ ਆ। ਹੁਣ ਜਿਹੜੀ ਗੁਰਬਚਨ ਜਦੋਂ ਕਹਿੰਦਾ ਕਿ ਪਾਵਰ ਜਿਹੜੀ ਉਹ ਦਰਵੇਸ਼ੀ ਸਿੱਧਤ ਦਾ ਦਮਨ ਨਹੀਂ ਕਰ ਸਕਦੀ, ਅਸਲ ਵਿੱਚ ਜਿਹੜੀ ਦਰਵੇਸ਼ੀ ਸਿੱਧਤ ਹੈ ਜਾਂ ਨਾਵਰਪਣ ਹੈ ਇਹ ਠਿੱਠ ਕਰਦੇ ਨੇ ਪੂਰੀ ਪਾਵਰ ਨੂੰ, ਇੱਕ ਰਾਜ ਦੀ ਪੂਰੀ ਪਾਵਰ ਨੂੰ, ਹਾਕਮ ਦੀ ਪੂਰੀ ਧਿਰ ਨੂੰ। ਇਹਦੀ ਇੱਕ ਨਜ਼ਮ ਮੇਰੇ ਸ਼ਾਇਦ ਉਹਦਾ ਪੰਨਾ ਮੈਂ ਮੋੜਿਆ ਹੋਵੇ, ਜਿਹਦੇ ਵਿੱਚ ਇੱਕ ਬਹੁਤ ਕਮਾਲ ਦਾ ਮੈਟਾਫਰ ਉਹਨੇ ਸਿਰਜਿਆ, ਬਾਅਦ ਦੇ ਵਿੱਚ ਮੈਂ ਉਹਦਾ ਜ਼ਿਕਰ ਕਰੂੰ ਜੇ ਮੈਨੂੰ ਉਹ ਯਾਦ ਰਹੀ, ਜਿਹਦੇ ਵਿੱਚ ਉਹਦੇ 14 ਅਗਸਤ ਵਾਲੇ ਦਿਨ ਮਾਂ ਸਵੇਰੇ ਵੇਲੇ ਰੋਟੀਆਂ ਪਕਾਉਂਦੀ ਹੋਈ, ਰੋਟੀਆਂ ਪਕਾ ਕੇ ਧਰਦੀ ਹੈ 14 ਅਗਸਤ ਵਾਲੇ ਅਖਬਾਰ ਵਿੱਚ ਛੱਪੇ ਹੋਏ ਲੀਡਰਾਂ ਦੇ ਸਿਰ ਤੇ, ਅਚਾਨਕ ਲੀਡਰਾਂ ਤੇ ਵਿਛ ਜਾਂਦੀ ਹੈ ਮੇਰੀ ਤਲਖ ਨਜ਼ਰ। ਅਖਬਾਰ ਚ ਬੈਠੇ ਲੀਡਰਾਂ ਨੂੰ ਮੈਂ ਪੁੱਛਦਾ ਹਾਂ, ਐ ਮੇਰੇ ਆਜ਼ਾਦ ਦੇਸ਼ ਦੇ ਲੀਡਰੋ, ਸਵਾਦ ਚੱਖੋ ਮੇਰੀ ਮਾਂ ਦੇ ਪਾਟੇ ਹੱਥਾਂ ਦੀਆਂ ਬਿਲਕਦੀਆਂ ਚੰਨ ਵਰਗੀਆਂ ਰੋਟੀਆਂ ਦਾ, ਆਨੰਦ ਲਓ ਕਾਮੇ ਦੀ ਕੁੱਲੀ ਵਿੱਚ ਲਮਕਦੇ ਜਾਲਿਆਂ ਦੀ ਸ਼ਬਦਾਂ ਸਵਾਦਲੀ ਦਾਲ ਦਾ। ਚੁੱਪ ਕਿਉਂ ਹੋ? ਮੈਂ ਤਾਂ ਤੁਹਾਡੀ ਬਖਸ਼ੀ ਹੋਈ ਆਜ਼ਾਦੀ ਚੋਂ ਤੁਹਾਡੇ ਲਈ ਥਾਲੀ ਪਰੋਸੀ ਹੈ। ਹਾਂ ਨੇਤਾ ਜੀ, ਅਸੀਂ ਆਜ਼ਾਦ ਦੇਸ਼ ਦੇ ਵਾਸੀ, ਆਜ਼ਾਦ ਹੀ ਗੱਲਾਂ ਕਰ। ਹੁਣ ਤੁਸੀਂ ਵੇਖੋ, ਹੁਣ ਸਾਡਾ ਜਿਹੜਾ ਇੱਕ ਹੋਰ ਵੀ ਸੰਕਟ ਰਿਹਾ
ਜਿਹਨੂੰ ਗੁਰਬਚਨ ਨੇ ਬਹੁਤ ਕਮਾਲ ਦੇ ਤਰੀਕੇ ਨਾਲ ਆਪਣੀਆਂ ਉਹਨਾਂ ਕਿਤਾਬਾਂ ਦੇ ਵਿੱਚ ਉਹਦਾ ਜ਼ਿਕਰ ਕਰਿਆ ਤੇ ਸੁੱਕੀ ਵਿਚਾਰਧਾਰਾ ਦਾ ਸੰਤਾਪ ਪੰਜਾਬੀ ਲਿਟਰੇਚਰ ਨੇ ਬਹੁਤ ਹੰਡਾਇਆ। ਅਸੀਂ ਬਹੁਤ ਲੰਮੇ ਅਰਸੇ ਤੋਂ ਪ੍ਰਗਤੀਸ਼ੀਲਤਾ ਦੀ ਰੌਲੀ ਨੇ ਲਫ਼ਜ਼ਾਂ ਤੇ ਪੰਜਾਬੀ ਬੰਦੇ ਤੇ ਰਿਸ਼ਤੇ ਵਿਚਲੇ ਸਾਰੇ ਕਿਸੇ ਨੂੰ ਪਸਤ ਕਰੀ ਰੱਖਿਆ, ਜੋ ਲਿਟਰੇਚਰ ਦੀ ਭਾਸ਼ਾ ਹੀ ਨਹੀਂ ਜਾਣਦੇ, ਲਿਟਰੇਚਰ ਦੀ ਭਾਸ਼ਾ ਤੋਂ ਕੋਰੇ ਨੇ, ਉਹ ਲਿਖ ਰਹੇ ਨੇ, ਪੜ੍ਹਦਾ ਗੌਲਦਾ ਉਹਨਾਂ ਨੂੰ ਕੋਈ ਨਹੀਂ, ਉਹਨਾਂ ਨੂੰ ਭਾਸ਼ਾ ਦੀ ਮਹਿਮਾ ਦਾ ਪਤਾ ਨਹੀਂ। ਇਹ ਅਸਲ ਦੇ ਵਿੱਚ ਇਸ ਵਿਸ਼ੇ ਤੇ ਡਾਇਲੋਗ ਹੋਣਾ ਚਾਹੀਦਾ। ਇਸ ਡਾਇਲੋਗ ਨੂੰ ਕਰਨ ਦੇ ਲਈ ਮੇਰੇ ਸਾਹਮਣੇ ਗੁਰਪ੍ਰੀਤ ਇੱਕ ਨਜ਼ਮ ਹੈ, ਪ੍ਰਭਾਤ ਵੇਲਾ ਅੰਬਰ ਤੇ ਟਾਵਾਂ ਟਾਵਾਂ ਤਾਰਾ, ਪੌਣਾ ਰੁੱਖਾਂ ਨਾਲ ਸਰਗੋਸ਼ੀਆਂ ਕਰਦੀ, ਪੰਛੀ ਆਲ ਨੇ ਪ੍ਰਵਾਸ ਭਰਦੇ, ਬਾਪੂ ਮੋਕਸ਼ ਪ੍ਰਾਪਤੀ ਲਈ ਕਰਦਾ ਹੈ ਰੱਬ ਦੀ ਇਬਾਦਤ, ਭੂਕ ਸੁੱਤੀ ਪਈ ਬੇਪਰਵਾਹ ਮਾਂ, ਕੋਈ ਤਾਲੁਕ ਨਹੀਂ ਰੱਬ ਦੀ ਇਬਾਦਤ ਨਾਲ, ਇਸ ਜਨਮ ਵਿੱਚ ਉਹ ਮਾਂ ਬਣ ਕੇ ਆਈ ਹੈ। ਇਸ ਕਵਿਤਾ ਦੇ ਵਿੱਚੋਂ ਕਿਸੇ ਵੀ ਪਰੰਪਰਕ ਸੰਦਾਂ ਨਾਲ ਇਹਦੇ ਅਰਥ ਨਹੀਂ ਲੱਭੇ ਜਾ ਸਕਦੇ। ਇਹਨੂੰ ਇਹਨੂੰ ਇਹ ਅਹਿਸਾਸ ਦੀ ਕਵਿਤਾ, ਇਹ ਇਹਨੂੰ ਇਹਨੂੰ ਜਿਉਂਿਆ ਜਾ ਸਕਦਾ। ਇਸ ਤਰ੍ਹਾਂ ਦੇ ਵਿੱਚ ਮੈਨੂੰ ਜਦੋਂ ਨਵੀਂ ਨਜ਼ਮ, ਦੋ ਤਿੰਨ ਗੱਲਾਂ ਮੈਂ ਹੋਰ ਬਸ, ਨਵੀਂ ਨਜ਼ਮ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਖਾਸ ਕਰਕੇ, ਉਹ ਕਵਿਤਾ ਦੇ ਵਿੱਚ ਘਰ, ਜਦੋਂ ਉਹਨਾਂ ਦੀ ਕਵਿਤਾ ਦੇ ਵਿੱਚ ਘਰ ਮੈਟਾਫਰ ਦੇ ਰੂਪ ਦੇ ਵਿੱਚ ਆਉਂਦਾ, ਘਰ ਰੱਦ ਹੋ ਕੇ ਆਉਂਦਾ ਜਿਸ ਗੱਲ ਦਾ। ਹੁਣ ਉਹ ਇਕੱਲਤਾ ਵੱਲ ਤੁਰ ਰਹੀਆਂ ਨੇ, ਇਕੱਲਤਾ ਦਾ ਅਖੀਰ ਕਿੱਥੇ ਆ ਇਹ ਗੁਰਪ੍ਰੀਤ ਜਾਣਦਾ ਹੈ। ਤਾਂ ਕਰਕੇ ਉਹਦੀ ਮਾਂ ਜਿਹੜੀ ਗਿਜੋ ਹੈ ਉਹ ਮਤੇਸ਼ਵਰੀ ਬਣਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਗੁਰਪ੍ਰੀਤ ਨੂੰ ਪਿੱਤਰ ਕੀ ਪੂਰੀ ਫੋਮ ਦਾ ਸਮਝ ਨਹੀਂ ਆ, ਉਹ ਜਾਣਦਾ, ਉਹ ਸਮਝਦਾ। ਇੱਥੇ ਇੱਥੇ ਜਾ ਕੇ ਉਹ ਬੀਬੀਆਂ ਤੋਂ ਬਹੁਤ ਵੱਖਰਾ। ਉਹ ਘਰ ਉਹਦੀ ਪ੍ਰਭਾਤ ਵੇਲਾ ਪੜ੍ਹੋ, ਜਾਂ ਉਹਦੀ ਘਰ ਵੱਲ ਮੁੜਨ ਵਾਲੀ ਕਵਿਤਾ ਮੇਰੇ ਦੋਸਤ ਨੇ ਪੜ੍ਹੀ ਸੀ, ਤਾਂ ਕਰਕੇ ਉਹ ਮਾਂ ਨੂੰ ਉਸਾਰਦਾ। ਮਾਂ ਦੇ ਡਿਸਕੋਰਸ ਦੇ ਵਿੱਚ ਉਹ ਕਿਤੇ ਤਲਖ ਨਹੀਂ ਹੁੰਦਾ, ਉਹ ਬੜਾ ਸਹਿਜ ਹੈ, ਉਹ ਬੜਾ ਸੋਹਜਮਈ ਭਾਸ਼ਾ ਦੇ ਵਿੱਚ ਆਪਣੀ ਗੱਲ ਡਿਫਾਈਨ ਕਰ ਰਿਹਾ। ਮੈਨੂੰ ਮੈਨੂੰ ਯਾਦ ਆਉਂਦਾ ਪੰਜਾਬ ਦੇ ਸੰਦਰਭ ਦੇ ਵਿੱਚ, ਖਾਸ ਕਰਕੇ ਪੰਜਾਬ ਪੰਨੂ ਦੀ ਇੱਕ ਬਹੁਤ ਕਮਾਲ ਦੀ ਟਿੱਪਣੀ ਕਿਸੇ ਸਮੇਂ ਅਖਬਾਰ ਦੇ ਵਿੱਚ ਛਪੀ ਸੀ ਪੰਜਾਬੀ ਟ੍ਰਿਬਿਊਨ ਦੇ ਵਿੱਚ, ਜਦੋਂ ਪਲੰਗ ਭੰਗੂੜਾ ਕਿਤਾਬ ਇਕਬਾਲ ਮਾਲ ਲੈ ਕੇ ਆਉਂਦਾ, ਪੰਨੂ ਨੇ ਕਿਹਾ ਸੀ ਕਿ ਪੰਜਾਬ ਦੇ ਲੋਕ ਮਨ ਵਿੱਚ ਮਾਂ ਤੇ ਪੁੱਤ ਦਾ ਰਿਸ਼ਤਾ ਰੱਬ ਦੀ ਬੰਦਗੀ ਤੋਂ ਘੱਟ ਨਹੀਂ, ਬੱਚੇ ਲਈ ਮਾਂ ਰੱਬ ਹੈ, ਮਾਂ ਹੀ ਸਾਰੀ ਕੁਦਰਤੀ ਗੋਦੀ ਉਹਦਾ ਬੱਚਾ। ਹੁਣ ਪੰਜਾਬੀਆਂ ਨੇ ਫੈਸਲਾ ਕੀਤਾ ਕਿ ਮਾਂ ਮਾਂ ਹੈ, ਉਹ ਭਾਵੇਂ ਮਤਰੇਈ ਹੋਵੇ। ਇਸ ਕਮੈਂਟ ਦੇ ਆਧਾਰ ਤੇ ਸ਼ਿਵ ਕੁਮਾਰ ਦੀ ਲੂਣਾ ਰੱਦ ਹੁੰਦੀ ਹੈ। ਪਰ ਗੁਰਪ੍ਰੀਤ ਦਾ ਬਹੁਤ ਕਮਾਲ ਦਾ ਪ੍ਰਸੰਗ ਉਸਾਰਦੇ ਪੈਰਲਲ, ਉਹਦੇ ਅੰਦਰ ਉਹਦੀ ਮਾਂ ਦੇ ਅੰਦਰੋਂ ਇਸ਼ਕ ਗੁਜ਼ਰਦਾ। ਉਹਦੀ ਮਾਂ ਦਾ ਇਸ਼ਕ ਆਪਣੇ ਘਰ ਪ੍ਰਤੀ, ਸਮਾਜ ਪ੍ਰਤੀ, ਪੁੱਤ ਪ੍ਰਤੀ, ਧੀਆਂ ਪ੍ਰਤੀ, ਜਿੱਥੇ ਉਹਦੀ ਭੈਣ ਜਾ ਕੇ ਮਾਂ ਬਣਦੀ ਹੈ। ਅੱਜ ਦੇ ਦੌਰ ਦਾ ਇੱਕ ਬਹੁਤ ਵੱਡਾ ਪੋਇਟ ਹੋਰ ਹੈ ਸਾਡੇ ਕੋਲ ਵਾਹਿਦ, ਉਹਦਾ ਇੱਕ ਸ਼ੇਅਰ ਮੇਰੇ ਕੰਪਲੀਟ ਤਾਂ ਯਾਦ ਨਹੀਂ ਹੈ ਪਰ ਹੁਣ ਯਾਦ ਆ ਰਿਹਾ ਕਿ ਦੇਹ ਚੋਂ ਲੰਘਦਾ ਕਰੰਟ ਕੋਈ, ਇਸ਼ਕ ਮੇਰੇ ਚੋਂ ਕਿਉਂ ਗੁਜ਼ਰਿਆ ਹੈ। ਇਹ ਮੁਹੱਬਤ ਦੀ ਬੜੀ ਬਰੀਕ ਤੰਦ ਉਹਦੀ ਮਾਂ ਨੇ ਸਾਂਭੀ ਹੋਈ। ਅਸਲ ਦੇ ਵਿੱਚ ਮੈਂ ਇਹ ਗੱਲ ਤਾਂ ਕਰਦਾ ਕਿ ਇਹ ਨਜ਼ਮਾਂ ਮਾਂ ਦੀ ਆਤਮ ਕਥਾ ਨਹੀਂ ਹਨ, ਇਹ ਨਜ਼ਮਾਂ ਮਾਂ ਦਾ ਰੁਦਨ ਨਹੀਂ ਹਨ, ਇਹ ਨਜ਼ਮਾਂ ਸਮਾਜ ਦਾ, ਮਾਂ ਦਾ, ਪੂਰੇ ਪੰਜਾਬ ਦਾ ਜਾਂ ਪੂਰੇ ਵਿਸ਼ਵ ਦਾ ਰੁਦਨ ਨਹੀਂ ਹਨ। ਇਹ ਮਾਂ ਦੀ ਉਸ ਮਹੀਨ ਮੁਹੱਬਤ ਦੀ ਉਸ ਮਹੀਨ ਤੰਦ ਨੂੰ ਫੜਦੀਆਂ ਨੇ ਜਿਹੜੀ ਬਾਰੇ ਗੱਲ ਹੋਣੀ ਚਾਹੀਦੀ ਹੈ ਤੇ ਪੰਜਾਬੀ ਕਵਿਤਾ ਦੇ ਵਿੱਚ ਜਿਹਦੇ ਬਾਰੇ ਬਹੁਤ ਘੱਟ ਗੱਲ ਹੋ ਰਹੀ ਹੈ। ਤੇ ਕਿਉਂਕਿ ਅਸਲ ਦੇ ਵਿੱਚ ਇਹ ਕਿਤੇ ਨਾ ਕਿਤੇ ਪੰਜਾਬ ਦੇ ਗੌਰਵ ਦੀ ਪੇਸ਼ਕਾਰੀ ਕਰਨ ਵਾਲੀਆਂ ਕਵਿਤਾਵਾਂ ਨੇ। ਇੱਕ ਇੱਕ ਤਾਂ ਇਹ ਵੀ ਲੱਗਦਾ ਕਿ ਗੁਰਪ੍ਰੀਤ ਦਿੱਲੀ ਬੈਠਾ ਯੂਨੀਵਰਸਿਟੀ ਦੇ ਵਿੱਚ, ਉਹ ਉਹਦੇ ਵਿੱਚ ਹੇਰਵੇ ਦੇ ਵਿੱਚ ਤਾਂ ਨਹੀਂ ਕਿਤੇ ਕਵਿਤਾ ਆ ਰਹੀ, ਕਿਤੇ ਹੇਰਵੇ ਦੀ ਕਵਿਤਾ ਤਾਂ ਨਹੀਂ ਹੈ ਇਹ, ਪਰ ਉਹਦੀਆਂ ਕਵਿਤਾਵਾਂ ਪੜ੍ਹਦਿਆਂ ਸਮਝ ਪੈਂਦੀ ਹੈ ਕਿ ਹੇਰਵੇ ਦੀ ਕਵਿਤਾ ਨਹੀਂ ਹੈ ਇਹ, ਇਹ ਕਵਿਤਾ ਦਾ ਬੂਹਾ
अंदर नूं खुलदा जांदे जांदे एक गल जिहड़ी मैं करनी है कि दुनिया के एक बहुत मशहूर चित्रकार हंट ने एक जीसस क्राइटस का चित्र बनाया। उहदे विच की है जीसस अद्धी रात नूं बाग विच विखाया गया, तुसीं नेट ते पिया होया बूहे ते जीसस दे एक हथ विच लाल टैन है, दूजा हथ बूहे वल वध रहा। जदों चित्रकार जदों चित्र मेरे वर्गे कोल आया, मेरे वर्गे दी कचहरी च आया, तां एक बंदे ने कहा कि इस विच गलती है क्योंकि बूहे नूं खोलण लई हैंडल नहीं दिखाया गया। सवाल सी उत्तर सी हंट ने की कहा कि यह बूहा बंदे दे दिल दा बूहा है जिहड़ा सिर्फ अंदरों खुलदा। मैं कहना कि यह नज़मा यह कवितावां दिल दा वह बूहा है जिहड़ियां अंदरों खुलदियां, जिहड़ियां महसूस कीतियां जा सकदियां ने, जिन्हां ते किसे बाद दा एक पूरे दा पूरा आरा नहीं चलाया जा सकता। जदों असीं इस नूं बाद ते खास तरह के संदां नाल खोलण की कोशिश करांगे, असीं प्रोफेसर पूर्ण सिंह नूं भी पहला इवें कीता, असीं मां दी ट्रेडिशन दे विच पंजा होई पूरी पोएट्री नूं इवें खोलण की कोशिश करी है। पंजाब दे गौरव नूं एक संकट साढ़े लिटरेचर का यह रहा कि ट्रेडिशन दे विच पंजा होईआं जिहड़ियां कथावां ने जदों मॉडर्निटी आउंदी आ जां जिहनूं असीं उत्तर आधुनिकता हुण कहिंदे आ पोस्ट मॉडर्निज़म आउंदा, इहनें एक नवें तरह के तरीके नाल इह सारीआं चीज़ां नूं खोलणा शुरू कीता होया। इस प्रसंग के कादर यार प्रोफेसर पूर्ण सिंह का पूर्ण ऋषभ कुमार की लूणा, उस तो बाद पलंग भंगूड़ा, ज उस तो बाद पाली भुपिंदर ने जिस तरह के रंग भाग लाए ने। मैं रंग भाग ना कर रहा कि असि जो जो बदल रहे हैं उस आदर्श नीते ना कि तोड़न के मूड के लगे हुए हैं, असं नहीं तोड़ रहे। मैं लगता कि जो समा आ रहा जड़िया स्थितियां आ रही ने यह कितना कित दो चार हो रही ने गल्लां होर बहुत सारियां ने, क्योंकि मेरे कोल समां सीमित सी, किसे वेले इह लिख के असीं सांझियां करांगे। इस मंच तों मैनूं लगदा कि कुछ गल्लां तलखी दे विच कुछ होर होईआं इधर उधर लिटरेचर दे हवाले नाल। तुहाडा शुक्रिया सिठी जी, ते तुसीं मैनूं सुणिआ सभ ने। बहुत ही कमाल दे जिहड़े टिप्पणियां वी नाल नाल कीतीआं, और एक सलाह एक दोस्त होने के नाते मैं लगता गुरप्रीत को बहुत वधिया सलाह भी दी थी। बिल्कुल वही मैं गल कर रही थी, क्योंकि गुरप्रीत का यह एक हजे उहदी शुरुआत है ना, और एक नौजवान आलोचक होने के नाते और एक दोस्त होने के नाते जदों असी उन्हूं पॉलिश करन की कोशिश कर रहे हैं। हालांकि गुरप्रीत का यह लगता नहीं है कि वह पहला काव्य संग्रह है, क्योंकि मैच्योरिटी उहदे विच हैगी आ, जिस लैवल दी कविता उह लिख रहा है ना, क्योंकि यूट्यूब दे उप्पर जां असीं जदों फेसबुक दे उप्पर अजकल दी पोएट्री नूं देखदे आ, ते उहदे विच कम से कम गुरप्रीत दी मतेश्वरी जिहड़ी आ पहली ही किताब दे नाल एक इंटरनेशनल लैवल दे उप्पर पंजाबी समाज दे विच पंजाबी साहित्य दे विच एक अपनी थां स्थापित करना, यह बहुत मैं लगदा माण वाली गल हैगी साडे वास्ते। जिवें गल कीती गुरदीप ने कि जदों उह बेपरवाह मां दी गल करदा कि मां बेपरवाह आ, है ना, भी उहनूं है ही नहीं कोई बाप, तां हैगा कि अपने मोक्ष दे वास्ते उह कर रहा भगती, पर मां मां बन के आई आ ते मां नूं रब दा रूप ही मन्निया जांदा, है ना, ते उहनूं जरूरत ही नहीं है, उहदे हर काज दे विच उह चीज़ जिहड़ी आ उह प्रतक रूप दे विच जिहड़ी सानूं उह नज़र आउंदी आ। एक गुरदीप ने गल कीती कि बीबियां तों मातेश्वरी, जदों गुरप्रीत बोलदा आ आदि शक्ति की गल करदा उत्थे किते ना किते उह उहदा रुतबा जिहड़ा उहनूं होर भी उपर लै जांदा जदों आदि शक्ति दे वजह उहनूं स्थापित करदा। गुरप्रीत भी अपनी मतेश्वरी दे विच कुछ एहो जिहियां सलाहां कुछ एहो जिही सेध दिंदा है जदों उह कविता लिखदा डायरी, जिहदे विच बोलदा, मैं सारी कविता नहीं पढ़ांगी, कि जिस विच तुहाडे पुरखे तुहाडी मां बोली च तुहाडे नाल गोश्त रचाउंदे ने, रात तों पहलां, रात नूं सिंगल कॉमास च रखदा उह, रात तों पहलां आओ अपनी अपनी डायरी फरोल लईए, अज ही हुणे ही इसे पल ही
ਅਸਮਾਨ ਦਾ ਮੌਸਮ ਠੀਕ ਨਹੀਂ ਲੱਗ ਰਿਹਾ। ਹੁਣ ਕਿਹੜੇ ਮੌਸਮ ਦੀ ਗੱਲ ਕਰ ਰਿਹਾ ਗੁਰਪ੍ਰੀਤ? ਉਹੀ ਮੌਸਮ ਜਿਹਦਾ ਸ਼ਿਕਾਰ ਅੱਜ ਪੂਰੀ ਦੁਨੀਆ ਹੋਈ ਪਈ ਹੈ। ਚਾਹੇ ਤੁਸੀਂ ਨਫ਼ਰਤ ਦੀ ਗੱਲ ਕਰ ਲਓ, ਚਾਹੇ ਤੁਸੀਂ ਨਸਲਵਾਦ ਦੀ ਗੱਲ ਕਰ ਲਓ, ਚਾਹੇ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰ ਲਓ, ਉਸ ਮੌਸਮ ਦੀ ਉਹਨੂੰ ਚਿੰਤਾ ਗੁਰਪ੍ਰੀਤ ਨੂੰ। ਇਸੇ ਕਰਕੇ ਉਸ ਦੇ ਵਿੱਚੋਂ ਅੰਦੋਲਨ ਜਨਮ ਲੈਂਦਾ। ਅੰਦੋਲਨ ਕਿਹੜਾ? ਚੁੱਪ ਦਾ ਅੰਦੋਲਨ, ਜਿਹਨੂੰ ਤੁਸੀਂ ਥਾਂ ਥਾਂ ਤੇ ਦੇਸ਼ ਵਿਦੇਸ਼ ਚ ਦੇ ਸਕਦੇ ਹੋ। ਚੁੱਪ ਦਾ ਅੰਦੋਲਨ, ਉਹਦੀ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ। ਬੜੀ ਖੂਬਸੂਰਤ ਲੱਗਦੀ ਹੈ ਮੈਨੂੰ ਉਹਦੀ ਕਵਿਤਾ, ਇਹ ਕਿ ਕਿੰਨਾ ਤਿੱਖਾ ਕਟਾਕਸ਼ ਹੈ ਜਿਹੜਾ ਉਹ ਕਰਦਾ ਹੈ, ਹਨਾ। ਇੱਕ ਮੈਨੂੰ ਕਵੀ ਦਾ ਨਾਮ ਨਹੀਂ ਯਾਦ ਆ ਰਿਹਾ, ਉਹ ਲਿਖਦੇ ਸੀ, ਸੱਚ ਬੋਲਿਆ ਤਾਂ ਮਾਰ ਦੇਣਗੇ, ਸੱਚ ਬੋਲਿਆ ਤਾਂ ਮਾਰ ਦੇਣਗੇ, ਚੁੱਪ ਰਿਹਾ ਤਾਂ ਮਰ ਜਾਵਾਂਗਾ। ਕੁਝ ਇਹੋ ਜਿਹੀ ਸਥਿਤੀ ਹੁੰਦੀ ਆ, ਪਰ ਉਹਦੇ ਵਿੱਚੋਂ ਬਾਹਰ ਨਿਕਲਦਾ ਹੋਇਆ ਗੁਰਪ੍ਰੀਤ ਜਦੋਂ ਚੁੱਪ ਦੇ ਅੰਦੋਲਨ ਦੀ ਗੱਲ ਕਰਦਾ, ਤੇ ਇੱਕ ਤਿੱਖਾ ਕਟਾਕਸ਼ ਹੈ ਅੱਜ ਦੀਆਂ ਸਰਕਾਰਾਂ ਦੇ ਉੱਪਰ ਕਿ ਜੋ ਸਰਕਾਰਾਂ ਇੰਨੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ, ਉਹਨਾਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਗੁਰਪ੍ਰੀਤ। ਮਹਾਂਨਗਰ ਦੀ ਬਸਤੀ ਰੇਲ ਪਟੜੀ ਤੇ ਲਸ਼ਕਰ ਵਾਂਗ ਨਜ਼ਰੀ ਪੈ ਰਹੀਆਂ ਝੁੱਗੀਆਂ, ਰੇਲ ਗੱਡੀ ਵੱਲ ਪਿੱਠ ਕਰਦੀ ਹੈ ਔਰਤ ਜੰਗਲ ਪਾਣੀ, ਰੇਲ ਗੱਡੀ ਸਾਵੇਂ ਹੋ ਮਾਰਦਾ ਹੈ ਬੱਚਾ ਪੇਸ਼ਾਬ ਦੀ ਤਤੀਰੀ। ਸਾਡੇ ਸਮਿਆਂ ਦੀ ਲੜਾਈ ਬਾਪੂ ਇੰਜ ਵੀ ਲੜੀ ਜਾ ਰਹੀ ਹੈ। ਕਿੰਨਾ ਵੱਡਾ ਕਟਾਕਸ਼ ਹੈ ਇਹ ਕਿ ਜਦੋਂ ਸਵੱਛ ਭਾਰਤ ਦੀ ਗੱਲ ਕੀਤੀ ਜਾ ਰਹੀ ਆ, ਇਹ ਅਸਲੀ ਚਿਹਰਾ ਸਾਡੇ ਸਰੋਤਿਆਂ ਨੂੰ, ਸਾਡੇ ਪਾਠਕਾਂ ਨੂੰ ਦਿਖਾਉਣ ਦੇ ਵਿੱਚ ਗੁਰਪ੍ਰੀਤ ਕਿੰਨੀ ਵੱਡੀ ਭੂਮਿਕਾ ਨਿਭਾ ਰਿਹਾ। ਮਾਂ ਦੀਆਂ ਰੋਟੀਆਂ ਦੀ ਗੱਲ ਕੀਤੀ ਗੁਰਦੀਪ ਨੇ ਵੀ ਕਿ ਹਾਂ ਨੇਤਾ ਜੀ, ਅਸੀਂ ਆਜ਼ਾਦ ਦੇਸ਼ ਦੇ ਵਾਸੀ ਆਜ਼ਾਦ ਹੀ ਗੱਲਾਂ ਕਰਦੇ ਹਾਂ। ਬਿਲਕੁਲ ਉਸੇ ਆਜ਼ਾਦੀ ਦੀ ਗੱਲ ਜਦੋਂ ਕਰਦਾ ਤੇ ਫਿਰ ਚੁੱਪ ਦਾ ਅੰਦੋਲਨ ਜਿਹੜਾ ਉਹ ਵੀ ਸ਼ੁਰੂ ਹੁੰਦਾ ਆ। ਹੁਣ ਮੈਂ ਚਾਹਾਂਗੀ ਕਿ ਜਿਸ ਸ਼ਾਇਰ ਬਾਰੇ, ਜਿਸ ਦੀ ਕਵਿਤਾ ਬਾਰੇ ਅਸੀਂ ਆਪਣੇ ਵਿਚਾਰ ਸਾਂਝੇ ਕੀਤੇ, ਆਪਣੀ ਆਪਣੀ ਮੰਦਬੁੱਧੀ ਦੇ ਨਾਲ, ਮੈਂ ਚਾਹਾਂਗੀ ਉਹ ਮਹਾਨ ਸ਼ਾਇਰ ਜਿਹੜਾ ਆ ਨੌਜਵਾਨ ਪੀੜ੍ਹੀ ਦਾ, ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਬਹੁਤ ਬਹੁਤ ਮੁਬਾਰਕ ਦਿੰਦੀ ਹਾਂ ਆਪਣੇ ਛੋਟੇ ਭਰਾ ਵਜੋਂ, ਕਿ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੇ ਮਾਤੇਸ਼ਵਰੀ ਜਿਹੜੀ ਆ ਸਾਡੇ ਸਾਹਮਣੇ ਲਿਆਂਦੀ। ਮੈਂ ਚਾਹਾਂਗੀ ਗੁਰਪ੍ਰੀਤ, ਇੱਕ ਤੇ ਇਹ ਮੈਂ ਉਹਨਾਂ ਕੋਲ ਜਾਣਨਾ ਚਾਹਾਂਗੀ ਕਿ ਮਾਤਾ ਸ਼੍ਰੀ ਸ਼ਬਦ ਜਿਹੜਾ ਆ ਇਹ ਅਸੀਂ ਸੁਣਿਆ, ਵਰਤਦੇ ਵੀ ਹਾਂ। ਮਾਤੇਸ਼ਵਰੀ ਨਾ ਪੰਜਾਬੀ ਸ਼ਬਦ ਹੈ, ਨਾ ਹਿੰਦੀ ਸ਼ਬਦ ਹੈ, ਸੰਸਕ੍ਰਿਤ ਦਾ ਸ਼ਬਦ ਹੈ। ਇਹਦੀ ਆਮਦ ਜਿਹੜੀ ਆ ਉਹ ਕਿਵੇਂ ਹੁੰਦੀ ਆ? ਗੇਜੋ ਤੋਂ ਮਾਤੇਸ਼ਵਰੀ ਕਿਵੇਂ ਬਣਦੀ ਆ? ਕੀ ਸਫ਼ਰ ਹੈ? ਜਾਂ ਇਹ ਬਾਹੂਬਲੀ ਇੱਕ ਫਿਲਮ ਆਈ ਸੀ, ਉਹਦੇ ਵਿੱਚ ਮਾਤੇਸ਼ਵਰੀ ਸ਼ਬਦ ਜਿਹੜਾ ਉਹ ਇਸਤੇਮਾਲ ਕੀਤਾ ਗਿਆ ਸੀ, ਕਿ ਕੀ ਇਹ ਉੱਥੋਂ ਉਹਨਾਂ ਦੇ ਜ਼ਿਹਨ ਦੇ ਵਿੱਚ ਆਇਆ, ਜਾਂ ਉੱਥੋਂ ਉਹਨਾਂ ਨੇ ਸੇਧ ਲਈ, ਜਾਂ ਕਿਵੇਂ? ਤੇ ਦੂਸਰਾ ਮੈਂ ਚਾਹਾਂਗੀ ਕਿ ਗੁਰਪ੍ਰੀਤ ਕੁਝ ਸਾਡੇ ਨਾਲ ਉਹ ਵੀ ਸਾਂਝ ਕਰਨ ਕਿ ਅਸੀਂ ਜਿਹੜੀਆਂ ਚੀਜ਼ਾਂ ਨੂੰ ਨਹੀਂ ਫੜ ਪਾਏ। ਹਾਲਾਂਕਿ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਸੀਗਾ ਕਿ ਇਹ ਬਹੁਤ ਘੱਟ ਸਮਾਂ ਕੇ ਇੱਕ ਡੇਢ ਘੰਟੇ ਦੇ ਵਿੱਚ ਇੰਨੀ ਖੂਬਸੂਰਤ ਕਿਤਾਬ ਦੇ ਉੱਪਰ ਡਿਸਕਸ਼ਨ ਜਿਹੜੀ ਆ ਉਹ ਕੀਤੀ ਜਾਵੇ। ਸੋ ਮੈਂ ਗੁਰਪ੍ਰੀਤ ਨੂੰ ਕਹਾਂਗੀ ਕਿ ਉਹ ਕੁਝ ਆਪਣੀਆਂ ਨਜ਼ਮਾਂ ਜਿਹੜੀਆਂ ਨੇ ਉਹ ਸਾਡੇ ਨਾਲ ਸਾਂਝੀਆਂ ਕਰਨ, ਸਾਡੇ ਸਾਰੇ ਹੀ ਸਰੋਤਿਆਂ ਦੇ ਨਾਲ, ਕਿਉਂਕਿ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਸਰੋਤਾਗਣ ਜਿਹੜੇ ਉਹ ਜੁੜੇ ਹੋਏ ਨੇ, ਤੇ ਉਹ ਵੀ ਗੁਰਪ੍ਰੀਤ ਨੂੰ ਸੁਣਨ, ਤੇ ਇੱਕ ਜਿਹੜਾ ਮੇਰਾ ਸਵਾਲ ਹੈ ਉਹਦਾ ਵੀ ਉਹ ਜਵਾਬ ਦੇਣ। ਸੋ ਮੈਂ ਗੁਰਪ੍ਰੀਤ ਨੂੰ ਦਾ ਸਵਾਗਤ ਕਰਦੀ ਹਾਂ ਕਿ ਉਹ ਆਪਣੀ ਗੱਲ ਸ਼ੁਰੂ ਕਰਨ। ਗੁਰਪ੍ਰੀਤ, ਤੁਸੀਂ ਆਪਣਾ ਅਨਮਿਊਟ ਕਰ ਲਓ ਆਪਣੇ ਆਪ ਨੂੰ। ਪਹਿਲਾਂ ਅਨਮਿਊਟ ਸੀ, ਹੁਣ ਮਿਊਟ ਹੋ ਗਿਆ, ਦੁਬਾਰਾ ਕਰ ਲਓ ਇੱਕ ਵਾਰੀ। ਜੀ ਜੀ, ਕੀ ਹੋ ਗਿਆ? ਆਵਾਜ਼ ਆ ਰਹੀ ਹੈ? ਆ ਰਹੀ ਹੈ ਜੀ, ਆ ਰਹੀ ਜੀ। ਵੈਲਕਮ
जी नमस्ते जी। सब तो पहला सारे दर्शकों और श्रोतियों नूं सत श्री अकाल आदाब नमस्ते इस्तकबाल करदा कि जो इस प्रोग्राम नाल जां इस स्क्रीन नाल जुड़े हुए हैं। विशेष तौर पर धन्यवाद भाई वीर सिंह सदन नवी दिल्ली के सत्कारयोग डायरैक्टर डॉक्टर महेंद्र सिंह जी का और साढ़े सत्कारयोग अध्यापक साहबान डॉक्टर रवेल सिंह जी का जिन्हां की बदौलत मेरी जिहड़ी पलेठी कापुस्तक मातेश्वरिया वो आप सब दे रूबरू हो रही है। खास करके धन्यवाद आ भाई वीर सिंह सह सदन के कन्वीनर और साढ़े प्यारे वीर देवेंद्र जी का जिन्हां की मेहनत और लगन नाल पोस्टर डिजाइन भी होया और सानू तकनीकी पक्ष तो गाइड भी किया। कवितावां दा पाठ करन तो पहला एक बार फिर विशेष तौर पर मेरे गुरुदेव सत्कारयोग डॉक्टर रवि रविंद्र जी का और उन्हां दी धर्मपत्नी और साढ़े सत्कारयोग गुरु माता डॉक्टर रंजू वाला जी का विशेष तौर पर धन्यवाद आ कि जिवें स्टार्टिंग से सवाल पूछे थे भी गेजो तो मतेश्वरी किवें रूप धारदी है वो साढ़े सत्कारयोग डॉक्टर रंजू वाला जी ने जिहड़े नैचुरल प्रोसैस के जी ये टाइटल निकलिया क्योंकि वो जो रीड कर रहे थे कवितावां नूं क्योंकि लगभग ये सारिया ही कवितावान ने मां नाल रिलेटड ने मोस्टली पर मैं इत्थे ये भी कोट करना चाहुंदा कि सिर्फ मां नाल ही रिलेट नहीं मां दे नाल बहुत सारिया जिहड़ियां साडियां तंदां समाजिक तंदां जुड़ियां होंदियां ने वो सारिया चीज़ों का रिएक्शन भी है इस कविता दे विच। मैं निजी तौर पर फिर दोनों स्पीकर का बुला रहा मेरे बड़े भी गुरदीप सिंह ढिल्लो हरवीर सिंह ढिल्लो का भी धन्यवाद करदा जिन्होंने खूबसूरत मैं सुझाव भी दिते और मैं छोटे वीर के नाते से बहुत सारिया कवितावान के नाल मैं बहुत सब खूबसूरत जो सुझाव ने मैं ये इंप्रूवमेंट करने की कोशिश करा क्योंकि ये मेरा निमाणा जहा यतन पहला यतन आ। सो मैं हूँ कुछ कवितावान का पाठ करा मेरी एक कविता है मां रोटी वेलदी है मां रोटी वेल तवे उत्ते पौंदी रोटी चंद सूरज धरती विच बदल जांदी मां रोटी वेल तवे उत्ते पौंदी रोटी चंद सूरज धरती विच बदल जांदी स्वाद आ रहा पर रज नहीं रज चाहुंदा भी नहीं बस स्वाद बनया रहे एक कविता है या होली बसलेरी दी बोतल लै कर रहा हां बस च सफर बसलेरी दी बोतल लै कर रहा हां बस च सफर नजर शीशियां तो पार पहुंचती है पट्ठे ते कम करदे होए पत्तेरां वल बसलेरी दी बोतल लै कर रहा बस सफर नजर शीशियां तो पार पहुंचती है पट्ठे ते कम करदे हो पत्थेरां वल जिन्हां दे बच्चे रंगां दी होली नहीं पानी दी होली खेल रहे ने अचानक बसलेरी दी बोतल मेरे हत्थां चों डिग जांदी है बोतल चुकदिया सोचदा कि बच्चे किन्ना महंगा त्यौहार मना रहे हैं बहुत खूब थैंक यू। एक छोटी जी कविता फिकर क्योंकि मैं लगता है मतेश्वरी दे विच ज्यादा चिंता फिकर ज्यादा इहदे विच झलकदा मैनू अपनी बीत रही उम्र का फिकर तद हुंदा मैनू अपनी बीत रही उम्र का फिकर तद हुंदा जद कविता मत्थे थानी बेल वांगर फुटे ना कविता लिख के अपनी जीउण दी उम्र वधा रहिंदा हां ਮੈਨੂੰ ਡਾਕਟਰ ਇੰਨੀਆਂ ਕੀ ਕਵਿਤਾਵਾਂ ਠੀਕ ਹੋਣੀਆਂ ਥੈਂਕ ਯੂ ਸ਼ੁਕਰੀਆ ਸ਼ੁਕਰੀਆ ਸਰ ਥੈਂਕ ਗੱਲ ਇਸ ਤਰ੍ਹਾਂ ਹੈ ਕਿ ਗੁਰਪ੍ਰੀਤ ਮੁਬਾਰਕਾਂ ਤੇ ਤੈਨੂੰ ਹੈ ਹੀ ਥੈਂਕ ਯੂ ਸਰ ਦੁਰਾਇ ਨਹੀਂ ਜਿਹੜਾ ਸੀਗਾ ਨਾ ਆਪਾਂ ਜਿਹੜੀ ਗੱਲ ਹਰਬੀਰ ਨੇ ਵੀ ਕੀਤੀ ਜਾਂ ਗੁਰਦੀਪ ਵੀ ਕਰਿਆ ਸੀ ਜੀ ਜੀ ਪਾਠਕ ਦੇ ਸਪੇਸ ਦੀ ਗੱਲ ਜਾਂ
ਨਿਊ ਹਿਸਟੋਰਿਸਿਜ਼ਮ ਦੀ ਗੱਲ ਹਰਬੀਰ ਨੇ ਕੀਤੀ ਜਾਂ ਨਵੀਂ ਕਵਿਤਾ ਦੀ ਗੱਲ ਕਰਦੇ ਕਹਿੰਦੇ ਕਿ ਕਵਿਤਾ ਨੂੰ ਇਸ ਤਰ੍ਹਾਂ ਸਮਝਿਆ ਨਹੀਂ ਗਿਆ ਪਹਿਲੋਂ ਜਾਂ ਇਸ ਤਰ੍ਹਾਂ ਕਵਿਤਾ ਨੂੰ ਸਮਝਾਇਆ ਨਹੀਂ ਗਿਆ ਪਹਿਲੋਂ ਮੈਨੂੰ ਲੱਗਦਾ ਕਿ ਹਰ ਸਮੇਂ ਦੀ ਆਲੋਚਨਾ ਹਰ ਸਮੇਂ ਦੇ ਸਾਹਿਤ ਹਰ ਸਮੇਂ ਦੀ ਕਾਵਿਕਤਾ ਆਪੋ ਆਪਣੀ ਹੁੰਦੀ ਹੈ ਜੇ ਆਲੋਚਨਾ ਚ ਮੋਹਨ ਸਿੰਘ ਦੀਵਾਨਾ ਵਰਗੇ ਬੰਦੇ ਨੂੰ ਅਸਾਂ ਉਸ ਵੇਲੇ ਜਦੋਂ ਦੀਵਾਨਾ ਲਿਖ ਰਿਹਾ ਸੀ ਜਾਂ ਜਦੋਂ ਸੰਤ ਸਿੰਘ ਸੇਖੋਂ ਕਿਸ਼ਨ ਸਿੰਘ ਦਾ ਪੰਗਾ ਪਿਆ ਹੋਇਆ ਸੀ ਜਾਂ ਜਦੋਂ ਹਰਭਜਨ ਸਿੰਘ ਇੰਟਰ ਕਰਦੇ ਉਹ ਇੱਕ ਆਲੋਚਨਾ ਦਾ ਆਪਣਾ ਜ਼ਮਾਨਾ ਸੀ ਉਸ ਹਰ ਹਰ ਸਮੇਂ ਦੇ ਵਿੱਚ ਆਲੋਚਨਾ ਦੀ ਇੱਕ ਵੱਖਰੀ ਸਪੇਸ ਹੁੰਦੀ ਹੈ ਹਰ ਸਮੇਂ ਦੇ ਵਿੱਚ ਕਵਿਤਾ ਦੀ ਇੱਕ ਵੱਖਰੀ ਸਪੇਸ ਹੁੰਦੀ ਹੈ ਜਿਹੜਾ ਹੁਣ ਦਾ ਜ਼ਮਾਨਾ ਸਾਡਾ ਇਹਦੇ ਵਾਸਤੇ ਸਾਡੀਆਂ ਸਾਡੇ ਸਾਹਮਣੇ ਨਵੀਆਂ ਮੁਸ਼ਕਲਾਂ ਨੇ ਨਵੇਂ ਔਕੜਾਂ ਨੇ ਨਵਾਂ ਮਾਹੌਲ ਹੈ ਨਵੀਂ ਸੋਚ ਹੈ ਤੇ ਜਿਹੜੀ ਜੇ ਆਪਾਂ ਕਹੀਏ ਕਿ ਮਾਰਕਸਵਾਦੀ ਆਲੋਚਨਾ ਫੜ ਨਹੀਂ ਸਕੀ ਸੀ ਤੇ ਮੈਨੂੰ ਲੱਗਦਾ ਕਿ ਮਾਰਕਸਵਾਦੀ ਆਲੋਚਨਾ ਦਾ ਜਾਂ ਮਾਰਕਸਵਾਦੀ ਲਿਟਰੇਚਰ ਦਾ ਉਸ ਵਿੱਚ ਆਪਣਾ ਬਹੁਤ ਵੱਡਾ ਰੋਲ ਸੀ ਬਹੁਤ ਵੱਡਾ ਉਹਨੇ ਸਾਡੇ ਸਾਡੇ ਸਮਾਜ ਨੂੰ ਬਹੁਤ ਦਿੱਤਾ ਉਹਨੇ ਉਸ ਵੇਲੇ ਆਪਾਂ ਵੀ ਕੈਂਟ ਨੀਗੇਟ ਆਲ ਦੀਸ ਥਿੰਗਸ ਮੈਨੂੰ ਵੈਸੇ ਬੋਲਣਾ ਨਹੀਂ ਚਾਹੀਦਾ ਅੱਜ ਕਿਉਂਕਿ ਤੁਹਾਡਾ ਦਿਨ ਹੈ ਆਪਾਂ ਸਭ ਕੁਛ ਨਿਗੇਟ ਨਹੀਂ ਕਰ ਸਕਦੇ ਪਿੱਛੇ ਜੇ ਪੰਜ ਛੇ ਸਾਲ ਸੱਤ ਸਾਲ ਪੁਰਾਣੀ ਗੱਲ ਹੈ ਜਸਵੰਤ ਦੀਦ ਮੋਹਨਜੀਤ ਵਗੈਰਾ ਨੇ ਕੋਈ ਜਲੰਧਰ ਗੋਸ਼ਟੀ ਕੀਤੀ ਔਰ ਉਹ ਬਾਅਦ ਵਿੱਚ ਛਪੀ ਸ਼ਾਇਦ ਨਵਾਂ ਜ਼ਮਾਨਾ ਚ ਜਾਂ ਹੁਣ ਚ ਛਪੀ ਸੀ ਮੈਨੂੰ ਯਾਦ ਨਹੀਂ ਉਹਦੇ ਵਿੱਚ ਇਹ ਕਿਹਾ ਗਿਆ ਕਿ ਮੋਹਨ ਸਿੰਘ ਜਦੋਂ ਅਸੀਂ ਕਿਸੇ ਅੰਮ੍ਰਿਤਸਰ ਦੇ ਪੋਇਟ ਦਾ ਨਾਂ ਲਿਆ ਆਈ ਵਿਲ ਨੋਟ ਨੇਮ ਹਿਮ ਕਿ ਜਦੋਂ ਅਸੀਂ ਉਹਦੀ ਕਵਿਤਾ ਪੜ੍ਹਦੇ ਹਾਂ ਤੇ ਲੱਗਦਾ ਕਿ ਮੋਹਨ ਸਿੰਘ ਦੀ ਕਵਿਤਾ ਜਾਂ ਬਾਬਾ ਬਲਵੰਤ ਦੀ ਕਵਿਤਾ ਉਹ ਕਵਿਤਾ ਹੀ ਨਹੀਂ ਸਾਨੂੰ ਲੱਗਦੀ ਹਨਾ ਇਹ ਅੱਤ ਕਥਨੀਆਂ ਜਿਹੜੀਆਂ ਨਾ ਇਹ ਮੈਂ ਬੱਚੋ ਤੁਹਾਨੂੰ ਇਸ ਲਈ ਬੇਟਾ ਕਹਿ ਰਿਹਾ ਸਾਰਿਆਂ ਨੂੰ ਕਿ ਜਿਹੜਾ ਹੈਗਾ ਨਾ ਇਹੋ ਜਿਹਾ ਦੇ ਕਮੈਂਟਸ ਤੋਂ ਗਰੇਜ਼ ਕਰਨਾ ਸਾਨੂੰ ਚਾਹੀਦਾ ਵਾ ਕਿ ਬਹੁਤ ਵਧੀਆ ਡੀਕੋਡ ਜਿਹੜਾ ਕੀਤਾ ਹਰਵੀਰ ਨੇ ਤੁਹਾਡੀ ਨੂੰ ਉਹ ਬਹੁਤ ਵਧੀਆ ਕੀਤਾ ਉਹਦੇ ਚ ਕੋਈ ਦੋ ਰਾਏ ਨਹੀਂ ਹੈਗੀਆਂ ਬਟ ਜਿਹੜਾ ਜਿਹੜੀ ਹੁੰਦੀ ਨਾ ਜਿਹੜੀ ਇੱਕ ਅੱਤ ਕਥਨੀਆਂ ਆਪਾਂ ਬੋਲ ਦਿੰਦੇ ਹਾਂ ਕਿ ਇਹ ਸ਼ਾਇਦ ਹੋਇਆ ਹੀ ਨਹੀਂ ਪਹਿਲੋਂ ਅਸੀਂ ਨਵਾਂ ਕਰ ਰਹੇ ਹਾਂ ਜਾਂ ਸਾਡੀ ਪੀੜ੍ਹੀ ਦਾ ਪਤਾ ਨਹੀਂ ਕਿਹੜਾ ਆ ਕੇ ਕ੍ਰਾਂਤੀ ਲੈ ਆਉਣੀ ਆ ਜਦੋਂ ਤੁਸੀਂ ਸਾਡੇ ਹਾਲਾਤ 'ਚ ਹੋਣਾ ਫਿਰ ਤੁਸੀਂ ਪੁਰਾਣੇ ਹੋਣਾ ਹਨਾ ਇਹ ਸਭ ਨੇ ਸਾਰੇ ਮੌਸਮ ਨੇ ਪੁਰਾਣਾ ਹੋਣਾ ਹੁੰਦਾ ਹੈ ਸਵੇਰ ਨੇ ਸ਼ਾਮ 'ਚ ਢਲਣਾ ਹੁੰਦਾ ਹੈ ਔਰ ਹਰ ਸਵੇਰ ਨਵੀਂ ਹੁੰਦੀ ਹੈ ਠੀਕ ਹੈ ਨਾ ਤੇ ਇਸ ਤਰ੍ਹਾਂ ਵੈਸੇ ਮੈਂ ਤੁਹਾਨੂੰ ਸਭ ਨੂੰ ਵਧਾਈ ਦਿੰਦਾ ਤੇਰੀ ਕਵਿਤਾ ਬਹੁਤ ਵਧੀਆ ਦੋਨਾਂ ਬੰਦਿਆਂ ਨੇ ਸਾਡੇ ਦੋਨਾਂ ਨੇ ਤਿੰਨਾਂ ਨੇ ਈਵਨ ਸਿਮਰਨ ਨੇ ਵੀ ਵਿੱਚ ਆਪਣੀਆਂ ਟਿੱਪਣੀਆਂ ਕੀਤੀਆਂ ਕਵਿਤਾ ਨੂੰ ਡੀਕੋਡ ਕਰਨ ਦੇ ਟੂਲਸ ਜਿਹੜੇ ਹੈਗੇ ਆ ਉਹਨਾਂ ਨੇ ਸਾਰੀ ਤਰ੍ਹਾਂ ਵਰਤੇ ਆ ਔਰ ਇਹ ਠੀਕ ਹੈ ਹੁਣ ਵਿਚਾਰਧਾਰਾ ਹੈ ਕੋਈ ਤੇ ਕਿਸ ਵਿਚਾਰਧਾਰਾ ਦੇ ਨਾਲ ਜਿੱਥੇ ਆਪਾਂ ਪੋਸਟ ਮਾਡਰਨਿਜ਼ਮ ਦੀ ਗੱਲ ਜਦੋਂ ਕਰਦੇ ਹਾਂ ਤੇ ਫਿਰ ਅਸੀਂ ਉਹਨੂੰ ਨਾ ਤੇ ਮਾਰਕਸਿਜ਼ਮ ਦੇ ਨਾਲ ਉਹਨੂੰ ਜਿਹੜੀ ਉਹਦੇ ਵਿੱਚ ਉਹਨੂੰ ਡੀਕੋਡ ਕਰਾਂਗੇ ਨਾ ਅਸੀਂ ਐਸਥੈਟਿਕਸ ਨਾਲ ਕਰਾਂਗੇ ਹੁਣ ਜੇ ਬਿਹਤਰ ਹੁਣ ਜਿਹੜੀਆਂ ਦੋਨੋਂ ਨਜ਼ਮਾਂ ਸੁਣੀਆਂ ਮੈਂ ਉਹ ਨਜ਼ਮਾਂ ਤੇ ਤੁਹਾਡੀਆਂ ਦਲਿਤ ਚੇਤਨਾ ਵੱਲ ਜਾ ਰਹੀਆਂ ਹਨਾ ਤੇ ਆਪਾਂ ਸਿਰਫ ਬਤੇਸ਼ਵੀ ਦੀ ਗੱਲ ਕਰੀਏ ਕਿਤਾਬ ਦੇ ਨਾਂ ਦੇ ਨਾਲ ਸਾਰੀ ਕਵਿਤਾ ਨੂੰ ਮਾਨਾ ਵੀ ਨਹੀਂ ਜੋੜ ਸਕਦੇ ਜੀ ਜੀ ਬਟ ਇਟ ਵਾਸ ਵੈਰੀ ਗੁੱਡ ਮੈਨੂੰ ਲੱਗਦਾ ਕਿ ਜੋ ਅਸੀਂ ਸੋਚਿਆ ਸੀ ਕਿ ਅਸੀਂ ਭਾਈ ਵੀਰ ਸਿੰਘ ਸਿਆਸਤ ਸਦਨ ਵੱਲੋਂ ਇੱਕ ਮੰਚ ਇੱਦਾਂ ਦਾ ਕ੍ਰੀਏਟ ਕਰੀਏ ਕਿ ਜਿੱਥੇ ਤੁਹਾਡੇ ਵਰਗੇ ਨਵੇਂ ਜਿਹੜੇ ਲੋਕ ਹੈ ਨਵੇਂ ਸਿਰਜਕ ਹੈ ਨਵੇਂ ਕ੍ਰਿਟਿਕ ਜੁੜਨ ਔਰ ਜਿਹੜੀ ਇੱਕ ਨਵੀਂ ਵੇਵ ਪੈਦਾ ਕਰ ਸਕੀਏ ਇੱਕ ਨਵੀਂ ਹਵਾ ਚਲਾ ਸਕੀਏ ਜੇ ਆਪਾਂ ਸਾਰੇ ਰਲ ਮਿਲ ਕੇ ਤੇ ਉਹਦੀ ਵਾਸਤੇ ਮੈਨੂੰ ਲੱਗਿਆ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਜ਼ਰੂਰ ਇੱਕ ਮਾਈਲ ਸਟੋਨ ਹੈ ਹਨਾ ਆਪਾਂ ਇਹਨੂੰ ਕਹਿ ਸਕਦੇ ਇੱਕ ਮਾਈਲ ਸਟੋਨ ਹੈ ਕਿ ਸਾਡੇ ਕੋਲ ਇੰਨੇ ਵਧੀਆ ਸੋਚਣ ਵਾਲੇ ਕ੍ਰਿਟਿਕਸ ਹੈਗੇ ਸਾਡੇ ਕੋਲ ਇੰਨੇ ਵਧੀਆ ਲਿਖਣ ਵਾਲੇ ਕਵਿਤਾ ਲਿਖਣ ਵਾਲੇ ਨਵੇਂ ਬਹੁਤ ਤੁਹਾਡੇ ਵਰਗੀ ਉੱਭਰ ਰਹੀ ਆ ਸੋ ਤੁਹਾਨੂੰ ਚਾਰਾਂ ਨੂੰ ਵੀ ਬਹੁਤ ਬਹੁਤ ਵਧਾਈ ਤੇ ਤੁਹਾਡਾ ਚੌਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਤੇ ਅਸੀਂ ਹਰ ਮਹੀਨੇ ਦੇ ਦੂਜੇ ਸ਼ੁੱਕਰਵਾਰ ਕਰਾਂਗੇ ਔਰ ਸਗੋਂ ਤੁਹਾਡੇ ਕੋਲ ਕੋਈ ਸੁਝਾਅ ਹੋਇਆ ਤੇ ਦਵਿੰਦਰ ਨੂੰ ਜ਼ਰੂਰ ਭੇਜੋ ਦਵਿੰਦਰ ਦਾ ਨੰਬਰ ਤੁਹਾਡੇ ਕੋਲ ਹੈਗਾ ਜਿਹੜਾ ਅਗਲੇ ਪ੍ਰੋਗਰਾਮ ਅਸੀਂ ਉਲੀਕਾਂਗੇ ਤੁਹਾਡੇ ਸੁਝਾਵਾਂ ਦੇ ਹਿਸਾਬ ਨਾਲ ਕੋਸ਼ਿਸ਼ ਕਰਾਂਗੇ ਕਿ ਜਿਹੜੀ ਨਵੀਂ ਜਿਹੜੀ ਆਲੋਚਨਾ ਆ ਰਹੀ ਆ ਜਾਂ ਨਵੀਂ ਸੋਚ ਬਣ ਰਹੀ ਹੈ ਉਹਦੇ ਬਾਰੇ ਕੋਈ ਨਵੀਆਂ ਗੱਲਾਂ ਛੇੜ ਸਕੀਏ ਜਿਵੇਂ ਜਦੋਂ ਹਰਭਜਨ ਸਿੰਘ ਹੁਣੀ ਆਏ ਆ ਤੇ ਉਹਨੇ ਸੰਤ ਸਿੰਘ ਸੇਖੋਂ ਤੇ ਕਿਸ਼ਨ ਸਿੰਘ ਨੂੰ ਵੰਗਾਰਿਆ ਸੀ ਜਦੋਂ ਡਾਕਟਰ ਨੂਰ ਜਗਬੀਰ ਤਰਲੋਕ ਸਿੰਘ ਕਮਨ ਆਉਂਦੇ ਤੇ ਉਹਨੇ ਹਰਭਜਨ ਸਿੰਘ ਨੂੰ ਵੰਗਾਰਿਆ ਸੀ ਕਵਿਤਾ ਵਿੱਚ ਵੀ ਆਲੋਚਨਾ ਵਿੱਚ ਵੀ ਤੁਸੀਂ ਉਹ ਜਾਂ ਜੋ ਗੁਰਬਚਨ ਨੇ ਬਾਅਦ ਵਿੱਚ ਕੀਤਾ ਭਾਵੇਂ ਗੁਰਬਚਨ ਦੀ ਭਾਸ਼ਾ ਜਿਹੜੀ ਆ ਉਹ ਸਲੀਕੇ ਵਾਲੀ ਨਹੀਂ ਹੈਗੀ ਪਰ ਗੁਰਬਚਨ ਗੱਲਾਂ ਬਹੁਤ ਸਿਆਣੀਆਂ ਕਰਦਾ ਸੋ ਇਸ ਤਰ੍ਹਾਂ ਨਵੇਂ ਤੁਸੀਂ ਵੰਗਾਰਨ ਵਾਲੇ ਲੋਕ ਆਏ ਹੋ ਪੁਰਾਣੇ ਨੂੰ ਵੰਗਾਰਨਾ ਚਾਹੀਦਾ ਔਰ ਉਸ ਵੰਗਾਰ ਦੇ ਵਿੱਚੋਂ ਹੀ ਕੋਈ ਨਵੀਆਂ ਗੱਲਾਂ ਪੈਦਾ ਹੋਣਗੀਆਂ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਵਿੰਦਰ ਦਾ ਵੀ ਸ਼ੁਕਰੀਆ ਇਹਨੇ ਬਹੁਤ ਵਧੀਆ ਨਿਭਾਇਆ ਦਵਿੰਦਰ ਨੂੰ ਹਨਾ ਸਾਰਿਆਂ ਨੂੰ ਆਸ਼ੀਰਵਾਦ ਵੀ ਤੁਹਾਨੂੰ ਸਭ ਨੂੰ
वेरी गुड थैंक यू सी ओके वेरी ओके ओके सर ओके थैंक यू जी थैंक यू सर अगला प्रोग्राम दस दियो डॉक्टर साहब तुम दसो जी हूँ तुम अनाउंस करो मुझे याद नहीं ठीक जी मैं इस मंच का नजायज फायदा उठा के मेरे अध्यापक डॉक्टर गंडा से ठीक है जी मेरे ख्याल में पहले हिस्टोरी से लेके सिस्टमेटिक हिस्ट्री लिखी बेस्ड ऑन फैक्ट पंजाब में दिल्ली मेरे टीचर पीएचडी प्रोफेसर विपिन चंद्रा विपिन चंद्रा बड़ा फेयर सी बंदा मार्क्सिस्ट लेकिन बड़ा फेयर एक छोटी जी गल सुना डोमेस्टिक सर्वेंट सब्जी लेन गया एक्सीडेंट हो गया तो उन्हें विपिन ने पहला तो हॉस्पिटल जाके इलाज कराया फिर दो नौकर हो रखे क्यों एक तो उसके इलाज के लिए बैठे उसको लुक आफ्टर करने के लिए क्या बात मैं क्या सर है क्या कहते बेटे ही मेट विद एक्सीडेंट ऑन ड्यूटी डोमेस्टिक सर्वेंट मेट विद एक्सीडेंट ऑन ड्यूटी दो सर्वेंट कहते पॉटी पे आप साफ करता हूँ तो सीख नहीं थी विपिन जी का दूसरा डॉक्टर गंडा सिंह मैं ना मार्क्सिस्ट बनया ना गंडा सिंह बनया पर एक गल मैं खास के वीर दे कॉन्टेक्स्ट कहना चाहना कि भाई वीर सिंह शुड बी स्टडीड इन हिज कॉन्टेक्स्ट जाओ ही कर रहे हैं वीर सिंह कॉन्टेक्स्ट की सीगा अंग्रेजों दा पंजाब सिखां दा राज फस गया हुंदा की ना असी रेल मेरा पीड़ा समझदा होएगा कि नवीं सरकार आ रही है ते मेरे जेएनजी मृदुला मुखा सी रोज रोंदे जाने मैं रोना नहीं चाहिए साडा वक्त सी कोने में आके कोई गल नहीं सो मैं कहना चाहना कि रणजीत सिंह राज दा बड़ा रोला सी सिखी सुखी कोई नहीं सी पर हवा बड़ी सी सिखा नाराज थी जब चला गया ठाठा फिर सफाई करनी शुरू हो गई मॉडर्न होने उस वेले मॉडर्निटी जी थी पत्त होना मॉडर्निटी थी भाई भी इसने की मजबूरी सी ओनू जी छोटी मोटी सिखी संभाले सो मैं खुद बड़ा क्रिटिक रहा भाई भीर सिंह का किसी ने परचा पढ़िया यूनिवर्सिटी में भाई भीर सिंह एज ए नैशनलिस्ट हिस्टोरियन मैं जाके पै गया मैं क्या पीर वीर सिंह तो नैशनलिस्ट ही क्योंकि जरा वाला बाग लगे एक और ने मैडल चढ़ता तो भाई वीर सिंह की किया नहीं सी नैशनलिस्ट एंड हिस्टोरियन नहीं सी क्योंकि सुंदरी हिस्ट्री नहीं है ना आप स्टडी करिए मैं भी स्टडी किया है कि सुंदरी ब्रेव है टीम ही बड़ी ब्रेव है पर कदों पगड़ी बन गए तो सलवार कमीज दिता तो बंदे वर्गे दस पा ब्रेव की हुई गल सो भाई वीर सिंह का अपने कंटेक्ट डिपिकेट है ठीक है उसकी क्रिटिकल स्टडी होनी चाहिए है दूसरा एक मेरा अपना निजी तजर्बा है दो मॉडल है ने मार्क्सिस्ट मॉडल कैपिटलिस्ट मॉडल दोनों फेल हो चुके हैं मेरे ख्याल मार्क्सिस्ट मॉडल फेल हो चुका है कैपिटलिस्ट मॉडल हैज टू फेल बिकॉज देयर इज नो गॉड इन दिस तीजा मॉडल जो है साढ़े को रहेगा जापान को रहेगा वह कहने मैन आर मैन वूमन आर वूमन जो तो लिबरेशन है ना वूमन लिबरेशन एक निके निमाने बंदा सीगा मैं जापानी मॉडल अच्छा लगे मैं दोनों छड़ के तीजा मॉडल दिता कि असं भाई अपने जड़ों जुड़े रही है ना मैं फजूल थोड़ा सा भावक होना शुरू हो गया होना नहीं चाहिए जो तो मैं नैशनल कमीशन का मैंबर सीगा सिख जो माइनॉरिटी सर्टिफिकेट लेना होंगे ठीक है जी एक सज्जन आए चंडीगढ़ बहुत स्कूल सीगा देव जी चेयरमैन कहता भी तेरी सिखी कितने कहते वेल आप बिकम मॉडर्न फाइन क्लीनिशियन होकर आ गया कहते ओके इफ यू बिकम मॉडर्न देन देन आस्क डोंट आस्क फॉर अ सर्टिफिकेट यू आर मॉडर्न You want best of both. Sikhi da sadi bil lena hai ga. Monadi da. So, eh jalan, kuch sanu vich vich chale raha lamna pae ga. Sorry. So, eh kitab te charcha jari, mera teacher si Dr. Gandha Singh. Kuchun jana cha bane, chairman, NBD da. Ona ma kya, bita hai te kitab rini Dr. Gandha Singh de. Kyun likhni hai? O kanda, Gandha Singh di tragedy ki hai, ke na Marxist, na capitalist. O vichkar raste neutral to raya ga. Facts based. और गंडा सिंह सिख भी नाराज सी मार्क्सिस्ट भी नाराज सके पर विपिन चंद्रा की बड़ी तारीफ करता सीगा एक ऐसा समा आया हरेक सब तुम पता इन्नी निश्चित कांग्रेस बड़ी आता से पॉलिटिक्स होंगी है ना तो प्रोफेसर नूरुल हसन जो एजुकेशन मिनिस्टर से हिस्ट्री कांग्रेस प्रधान बनाना सीगा विपिन खड़ा हो गया नौ सरदार गंडा सिंह बनेंगे क्यों कहता जी अगले साल बन सकते हैं तो मंत्री है नजदीक है इंदिरा गांधी के नजदीक है तो विपिन ने मेरी ड्यूटी लाई से चर्चा करनी है तो मैं रवेल सिंह की आगे रही क्योंकि मैं इस प्लेटफॉर्म को मिसयूज नहीं सी करना चाहता तो अगली भी होगी चर्चा होगी हाँ चर्चा हिस्सा लेंगे प्रोफेसर प्रीतिपाल सिंह कपूर रीजन यह है कि प्रोफेसर कपूर उन्होंने डॉक्टर गंडा सिंह के नाल काम करते सन
ਉਦੋਂ ਬੜੀ ਖੜਕਦੀ ਸੀ ਇਹਨਾਂ ਦੀ ਕਿ ਟੀਚਰ ਨੇ ਬੜਾ ਔਖਾ ਕੰਮ ਕੀ ਹੈਗਾ, ਦਸ ਤੋਂ ਪੰਜ ਕੁਰਸੀ ਦੇ ਬਣਾ, ਔਖਾ ਕਿ ਨਹੀਂ? ਕਿਸੇ ਟੀਚਰ ਨੂੰ ਕਹੋ ਦਸ ਤੋਂ ਪੰਜ ਦਫ਼ਤਰ ਵਾ, ਤੇ ਕਪੂਰ ਲੈਕਚਰ ਤੋਂ ਆ ਕੇ ਜਾ ਕੇ ਗੰਨਾ ਸਿੰਘ ਦੇ ਰਿਸਰਚ ਜਾ ਕੇ ਬੜੀ ਲੜਕਦੀ ਸੀ। ਹੁਣ ਕਹਿੰਦਾ ਵੀ ਗੰਨਾ ਸਿੰਘ ਗ੍ਰੇਟ ਸੀ, ਮੈਂ ਉਹਦੇ ਬਾਰੇ ਬੋਲਣਾ ਚਾਹਾਂਗਾ। ਤੇ ਦੂਸਰਾ ਸਪੀਕਰ ਹੋਏਗਾ ਪ੍ਰਿੰਸੀਪਲ ਉਪਿੰਦਰ ਸਿੰਘ ਉਬਾ, ਪਟਿਆਲੇ ਖਾਲਸਾ ਕਾਲਜ ਜਿਹੜਾ ਨਾ, ਖਾਲਸਾ ਕਾਲਜ ਪਟਿਆਲਾ ਜਿਹੜਾ ਸੀਗਾ ਜਦੋਂ ਮੈਂ ਉੱਥੇ ਪੜ੍ਹਦਾ ਸੀਗਾ। ਦੁੱਖ ਨਿਵਾਰਨ ਦੇਖਿਆ ਹੋਣਾ ਤੁਸੀਂ ਸਾਰਿਆਂ ਨੇ, ਸਾਰਿਆਂ ਨੇ ਬਹੁਤਿਆਂ ਨੇ ਦੇਖਿਆ ਹੋਣਾ, ਠੀਕ ਹੈ? ਗੁਰਦੁਆਰਾ ਦੁੱਖ ਨਿਵਾਰਨ ਉੱਥੇ ਪਿੱਛੇ ਵੱਡਾ ਸਾਰਾ ਆਜੀ ਤਿੰਨਾਂ ਦਾ ਉੱਥੇ ਸ਼ੁਰੂ ਹੋਇਆ ਸੀ, ਤੇ ਜਿਹੜਾ ਉਬਾ ਨੇ ਹੁਣ ਕਾਲਜ ਨੂੰ ਮਾਡਰਨ ਕਰਤਾ ਹੈਗਾ, ਇਹਦੇ ਬਾਰੇ ਚਰਚਾ ਕਰਨਗੇ। ਆ ਜ਼ਰੂਰੀ ਨਹੀਂ ਕਿ ਤੁਸੀਂ ਇਹਨੂੰ ਸੁਣੋ, ਲੇਕਿਨ ਮੈਂ ਅਨਾਊਂਸ ਕਰਨਾ ਚਾਹੁੰਦਾ ਕਿ ਅਗਲੇ ਸ਼ੁੱਕਰਵਾਰ ਨੂੰ 4 ਵਜੇ ਇਸੀ ਮੰਚ ਹੋਏਗੀ। ਧੰਨਵਾਦ, ਧੰਨਵਾਦ, ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਮੈਂ ਭਾਈ ਵੀਰ ਸਿੰਘ ਸਦਨ ਦਾ, ਔਰ ਖਾਸ ਕਰਕੇ ਡਾਕਟਰ ਮਹਿੰਦਰ ਸਿੰਘ ਜੀ ਦਾ, ਜਿਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇੰਨੇ ਵੱਡੇ ਪਲੇਟਫਾਰਮ ਦੇ ਉੱਪਰ ਆ ਕੇ ਕਿਸੇ ਵੀ ਜਿਹੜਾ ਕਿ ਪੁਸਤਕ ਸੱਭਿਆਚਾਰ ਜਿਹੜਾ ਉਹਨਾਂ ਨੇ ਚਲਾਇਆ ਹੈਗਾ, ਵੀ ਜਿਵੇਂ ਟਾਈਮ ਟੂ ਟਾਈਮ ਜਿਹੜਾ ਆ ਉਹ ਇਸ ਤਰ੍ਹਾਂ ਦੀ ਲੜੀਆਂ ਚਲਾਉਂਦੇ ਰਹਿੰਦੇ ਨੇ, ਔਰ ਸਾਡੇ ਕੋਲ ਕੋਈ ਗਲਤੀ ਹੋ ਗਈ ਹੋਵੇ ਜਾਂ ਕੁਛ ਹੋਵੇ ਉਹਦੇ ਵਾਸਤੇ ਤੁਹਾਡੇ ਬੱਚੇ ਆ ਮਾਫੀ ਚਾਹੁੰਦੇ ਆ, ਹਮੇਸ਼ਾ ਤੁਹਾਡੇ ਤੋਂ ਸੇਧ ਲੈਂਦੇ ਰਹਿੰਦੇ ਆ। ਰਵਿੰਦਰ ਸਰ ਨੇ ਹਮੇਸ਼ਾ ਗਾਈਡ ਕਰਦੇ ਨੇ ਔਰ ਗਾਈਡ ਕਰਦੇ ਰਹਿਣਗੇ, ਮੈਨੂੰ ਲੱਗਦਾ ਜਿੱਥੇ ਵੀ ਸਾਡੀ ਜ਼ਰੂਰਤ ਹੋਵੇ ਅਸੀਂ ਸਾਰੇ ਹੀ ਤੁਹਾਡੇ ਨਾਲ ਖੜੇ ਹਾਂ। ਮੈਂ ਫਿਰ ਤੋਂ ਇੱਕ ਵਾਰੀ ਜਿਹੜੇ ਸਾਡੇ ਸਪੀਕਰ ਸੀ ਹਰਵੀਰ ਪੌਲ ਉਹਨਾਂ ਦਾ, ਗੁਰਦੀਪ ਹੋਣਾ ਦਾ, ਤੇ ਮੈਂ ਗੁਰਪ੍ਰੀਤ ਦਾ, ਦਵਿੰਦਰ ਦਾ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਇੰਨਾ ਵਧੀਆ ਸਪੋਰਟ ਕੀਤਾ। ਥੈਂਕ ਯੂ ਸਰ ਰਵਿੰਦਰ ਸਰ, ਥੈਂਕ ਯੂ ਮਹਿੰਦਰ ਸਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੇ ਸਾਰੇ ਜਿੰਨੇ ਸਾਡੇ ਹੋਏ ਨੇ ਦੇਸ਼ ਤੋਂ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।